ਸਿੱਖ ਨਿਊਜ਼ ਐਕਸਪ੍ਰੈਸ ਦੇਖ ਰਹੇ ਸਾਰੇ ਦਰਸ਼ਕਾ ਦਾ ਨਿੱਘਾ ਸਵਾਗਤ ਹੈ ਅੱਜ ਪ੍ਰੋਗਰਾਮ ਰਿਐਲਿਟੀ ਚੈੱਕ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਸਿੱਖ ਚਿੰਤਕ ਤੇ ਸਿੱਖ ਰਾਈਟਰ ਸਰਦਾਰ ਰਾਜਵਿੰਦਰ ਸਿੰਘ ਰਾਹੀ ਜਿਨ੍ਹਾਂ ਨੇ ਸਿੱਖ ਹਿਸਟਰੀ ਨੂੰ ਖਾਸ ਕਰ ਗਦਰੀ ਮੂਵਮੈਂਟ ਨੂੰ ਗਦਰੀ ਬਾਬਿਆਂ ਬਾਰੇ ਇੱਕ ਨਵਾਂ ਸਿੱਖ ਪਰਸਪੈਕਟਿਵ ਤੋਂ ਕਿਤਾਬਾਂ ਵੀ ਲਿਖੀਆਂ ਨੇ ਤੇ ਹੋਰ ਵੀ ਚੀਜ਼ਾਂ ਇਹਨਾਂ ਨੇ ਇੱਕ ਨਵੇਂ ਪਰਫੈਕਟ ਤੋਂ ਲਿਖੀਆਂ ਨੇ ਅੱਜ ਅਸੀਂ ਇਹਨਾਂ ਨਾਲ ਜਾਣਾਂਗੇ ਇਹਨਾਂ ਦਾ ਜਿਹੜੀ ਜਿਹੜਾ ਇਹਦੀ ਮਾਹਿਰੀ ਹੈ ਜਿਹਨਾਂ ਦਾ ਬੈਕਗ੍ਰਾਉਂਡ ਹੈ ਉਹ ਨਕਸਲ ਲਹਿਰ ਨਾਲ ਵੀ ਜੁੜਿਆ ਹੈ ਕਮਿਊਨਿਸਟ ਲਹਿਰ ਨਾਲ ਵੀ ਜੁੜਿਆ ਹੈ ਤੇ ਉਸ ਤੋਂ ਬਾਅਦ ਇਹਨਾਂ ਦੀ ਸਿੱਖੀ ਦੇ ਵਿੱਚ ਵਾਪਸੀ ਆਈ ਤੇ ਅੱਜ ਅਸੀਂ ਇਹਨਾਂ ਤੋਂ ਜਾਣਾਂਗੇ ਕਿ ਇਹ ਜਿਹੜੀਏ ਦੋਨੋਂ ਆਈਡਿਓਲੋਜੀਜ਼ ਨੇ ਹਾਊ ਸਿਮਿਲਰ অর ਡਿਫਰੈਂਟ ਆਰ ਦੇ ਤੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਵੈਲਕਮ ਟੂ ਦਾ ਸ਼ੋਅ ਸਰ ਸਾਡਾ ਸਾਡੇ ਚੌ ਵਿੱਚ ਬਹੁਤ ਬਹੁਤ ਸਵਾਗਤ ਹੈ ਸਮੂਹ ਸ੍ਰੋਤਨ ਜੀ ਮੇਰੇ ਵੱਲੋਂ ਪਿਆਰ ਭਰੀ ਸ਼ਾਸਤਰੀ ਕਾਲ ਪਤੇ ਪ੍ਰਵਾਨ ਕਰਨੀ ਬਹਿ ਗੁਰੂ ਜੀ ਕਾ ਖਾਲਸਾ ਬਹਿ ਗੁਰੂ ਜੀ ਕੀ ਫਤਿਹ ਜੀ ਬਈ ਖਾਲਸਾ ਜੀ ਫਤਿਹ ਜੀ ਅਵੀ ਜੀ ਮੈਂ ਚਾਹਾਂਗਾ ਸੰਖੇਪ ਦੇ ਵਿੱਚ ਤੁਸੀਂ ਥੋੜਾ ਆਪਣਾ ਪਿਸ਼ੋਕੜ ਜਿਵੇਂ ਤੁਸੀਂ ਪਹਿਲਾਂ ਨਕਸਲ ਲਹਿਰ ਨਾਲ ਵੀ ਜੁੜੇ ਸੀ ਉਸ ਤੋਂ ਬਾਅਦ ਤੁਸੀਂ ਸਿੱਖੀ ਦੇ ਵਿੱਚ ਆਏ ਇਹਦੇ ਬਾਰੇ ਥੋੜਾ ਜਿਹਾ ਬਰੀਫਲੀ ਦੱਸੋ ਹਾਊ ਦਿਸ ट्रांजिशन ਹੈਪਨ ਐਟ ਦਾ ट्रांजिशन ਸੀ ਕਿਵੇਂ ਅਹ ਦੇਖੋ ਗੱਲ ਇਹ ਵੀ ਜਿਹੜਾ ਸਿੱਖੀ ਦੀ ਗੱਲ ਆ ਜੀ ਮੈਂ ਸਿੱਖ ਪਰਿਵਾਰ ਤੋਂ ਜੰਮਿਆ ਪੜਾਂਗਾ ਜੀ ਸਿੱਖੀ ਤਾਂ ਮੇਰੇ ਖੂਨ ਚ ਸੀ ਮੇਰੇ ਜੀਨ ਚ ਆ ਸਿੱਖੀ ਜੀ ਜੀ ਤੇ ਜਿਹੜਾ ਮਤਲਬ ਮੇਰੇ ਭਾਵੇਂ ਮੈਂ ਦਲਿਤ ਪਰਿਵਾਰ ਨਾਲ ਸੰਤ ਰੱਖਦਾ ਜ ਤੇ ਦਲਿਤ ਪਰਿਵਾਰ ਜਿਹੜਾ ਸੀ ਉਹ ਜਾਂ ਦਲਿਤ ਵਰਗ ਜਿਹੜਾ ਇਹ ਪੜ੍ਹਾਈ ਲਿਖਾਈ ਨਾਲ ਬਹੁਤ ਪਛੜਿਆ ਹੋਇਆਗਾ ਜੀ ਗੁਰੂ ਸਾਹਿਬ ਦੇ ਬਾਅਦ ਇਹ ਜਿਹੜਾ ਸੀਗਾ ਜ਼ਮੀਨ ਦਾ ਪ੍ਰਕਾਸ਼ਟ ਉੱਪਰ ਆ ਗਈ ਤੇ ਇਹ ਵਰਗ ਨੂੰ ਦਰੜਤਾ ਉਹਨਾਂ ਨੇ ਜੀ ਪਰ ਫਿਰ ਇਹਦੇ باوجود ਵੀ ਜਿਹੜੇ ਮੇਰੇ ਪੁਰਖੇ ਸੀਗੇ ਮੇਰੇ ਪਰਦਾਦੇ ਉਹਨਾਂ ਉਹ ਗੁਰੂ ਗ੍ਰੰਥ ਸਾਹਿਬ ਉਤਾਰੇ ਕਰਦੇ ਹੁੰਦੇ ਸੀਗੇ ਗੁਰੂ ਗ੍ਰੰਥ ਸਾਹਿਬ ਦੇ ਚਾਰ ਸਰੂਪ ਉਹਨੇ ਉਤਾਰੇ ਕੀਤੇ ਨੇ ਕੁਝ ਹੋਰ ਗ੍ਰੰਥ ਵੀ ਕੀਤੇ ਨੇ ਉਹ ਛੱਡੀ ਬਦ ਕਿਸਮ ਤੇ ਵੀ ਸੱਥੋਂ ਉਹ ਜਿਹੜੀਆਂ ਬੀੜਾ ਸੰਭਾਲ ਨਹੀਂ ਸਕੇ ਤੇ ਪਰਿਵਾਰ ਨੂੰ ਕੋਈ ਬਹੁਤੀ ਸੋਝੀ ਨਹੀਂ ਸੀ ਉਹ ਪ੍ਰਤਨ ਬੀੜਾਂ ਜਾ ਕੇ ਗੋਵਿੰਦਵਾਲ ਸਾਹਿਬ ਅਰਸਰ ਦਿੱਤੇ ਜੀ ਤਾਂ ਬਿਰਤ ਹੋ ਗਈਆਂ ਉਹਨਾਂ ਨੇ ਚੱਕ ਕੇ ਸੁਸਕਰ ਕਰਤੇ ਕੁਝ ਗ੍ਰੰਥ ਪੰਜ ਗ੍ਰੰਥੀ ਵਗੈਰਾ ਨਜੋਬਜੀਤ ਸਾਹਿਬ ਦੇ ਜਿਹੜੇ ਹੋ ਉਹਨਾਂ ਦੇ ਸਾਡੇ ਕੋਲ ਇਹਨਾਂ ਜਾਤ ਵਜੋਂ ਮੌਜੂਦ ਨੇ ਕਰਜਾ ਠੀਕ ਹੈ ਉਹ ਕਰਤੇ ਜੀਨ ਤਾਂ ਸੀਗਾ ਹੀ ਪਹਿਲਾਂ ਹੀ ਠੀਕ ਹੈ ਗੁਰਸਿੱਖੀ ਵਾਲਾ ਵੀ ਲਿਖਣ ਪੜ੍ਹਨ ਦਾ ਵੀ ਉਸ ਸਮਾਂ ਜਿਹੜਾ ਪਰਿਵਾਰ ਸੀ ਕੋਸ਼ਣ ਪੜ੍ਹਤਾ ਦੇ ਕਾਰਨ ਕੁਝ ਮਜ਼ਦੂਰੀ ਕਰਨ ਕਰਕੇ ਓਕੇ ਤੇ ਸਾਡਾ ਜਿਹੜਾ ਪਰਿਵਾਰ ਸੀ ਮੇਰੇ ਦਾਦਾ ਜੀ ਸਰਦਤੁੱਲਾ ਸਿੰਘ ਜੀ ਉਹ ਫਸਟ ਵਰਲਡ ਵਾਰ ਦੇ ਵਿੱਚ ਲੜੇ ਨੇ 1914 ਦੇ ਵਿੱਚ ਠੀਕ ਹੈ ਤੇ ਉਦੋਂ ਉਹ ਆ ਕੇ ਸਾਡਾ ਪਰਿਵਾਰ ਜਿਹੜਾ ਹੈਗਾ ਜਿਵੇਂ 12 ਆਵਾਦ ਕੀਤੀਆਂ ਨੇ ਜੀ ਉਹ ਲਹਿਲਪੁਰ ਜ਼ਿਲ੍ਹੇ ਦੇ ਵਿੱਚ ਚੱਕ ਨੰਬਰ 64 ਦੇ ਵਿੱਚ ਲੇ ਗਏ ਓਕੇ ਛੁ ਜਿਵੇਂ ਮੇਰੇ ਦਾਦਾ ਜੀ ਦਾ ਨਾਂ ਗਦੁੱਲਾ ਸਿੰਘ ਜੀ ਤੇ ਮੇਰੇ ਪਰਦਾਦੇ ਦਾ ਨਾਂ ਵਜੀਰ ਸਿੰਘ ਸੀ ਜੀ ਤੇ ਨਾਂਵਾਂ ਤੋਂ ਕਈ ਵਾਰੀ ਪਤਾ ਲੱਗਦਾ ਪਰਿਵਾਰਾਂ ਦਾ ਵੀ ਪਰਿਵਾਰ ਦੀ ਜਿਹੜੀ ਸੋਚੀ ਸੀ ਨਾਂ ਰੱਖਣ ਦੀ ਉੱਚਕ ਨਾਵਰੀ ਆ ਵਜੀਰ ਆਪਣੇ ਆਪ ਨੂੰ ਕਹੋਣਾ ਬਹੁਤ ਵੱਡੀ ਗੱਲ ਆ ਉਹਨਾਂ ਮੇਲੇ ਚ ਆਮ ਤੌਰ ਤੇ ਜਿਹੜੇ ਨਾਲ ਸੀ ਕੂੜਾ ਉਹ ਕਿਲਾ ਪੀਲਾ ਇਹ ਜੇ ਨਾਂ ਹੁੰਦੇ ਸੀ ਮਾਰੇ ਧੜੇ ਦਾ ਜੀ ਜੀ ਉਹ ਨਾਂਵਾਂ ਤੋਂ ਪਤਾ ਲੱਗਦਾ ਮੈਨੂੰ ਜਦੋਂ ਅਪਸ਼ੋਕੜ ਵਾਲਾ ਦੇਖਦਾ ਜੀ ਜੀ ਵੀ ਨਾਂ ਉਹਨੇ ਬੜੇ ਚੁੰੜਕੇ ਰੱਖੇ ਹੋਏ ਨੇ ਜੀ ਜੀ ਜਦੋਂ ਹੁਣ ਮਤਲਬ ਵਜੀਰ ਸਿੰਘ ਜੀ ਜੀ ਤੇ ਉਦੋਂ ਜਦੋਂ ਲਾਲਪੁਰ ਵੱਲ ਜਾਂਦੇ ਨੇ ਹੁਣ 12 ਦੇ ਵਿੱਚ ਦੁੱਲੇ ਦੀ ਵਾਰ ਆ ਜਾਂ ਹੋਰ ਆ ਦੁੱਲੇ ਦਾ ਨਾਂਗਾ ਕਿਤੇ ਤਾਂ ਮੇਰੇ ਦਾਦਾ ਜੀ ਦਾ ਨਾਂ ਉਹ ਕੱਲੇ ਭਰਾ ਸੀ ਬੱਚੇ ਸੀ ਮੇਰੇ ਵਾਂਗੂ ਮੈਂ ਵੀ ਕੱਲੇ ਆ ਤੇ ਉਰੇ 4-5 ਭੈਣਾ ਸੀ ਮੇਰੇ ਦਾਦਾ ਜੀ ਦੇ ਅਦੁੱਲਾ ਸਿੰਘ ਦੇ ਉਹਦਾ ਨਾਂ ਅਦੁੱਲਾ ਸਿੰਘ ਰੱਖਿਆ ਤੇ ਉਹ ਤੋਂ ਬਾਅਦ ਮਤਲਬ ਮੇਰਾ ਦਾਦਾ ਜਿਹੜਾ ਦੁੱਲਾ ਸਿੰਘ ਆ ਫਸਟ ਵਾਰਲਡ ਵਾਰ ਲੜਿਆ ਤੇ ਫਿਰ ਉਹ ਲਾਇਲਪੁਰ ਦੇ ਵਿੱਚ ਉਹਨਾਂ ਨੇ ਜਿਹੜੀਆਂ ਜ਼ਮੀਨਾਂ ਵਗੈਰਾ ਦਾ ਖੇਤੀ ਕਰਨੀ ਸ਼ੁਰੂ ਕੀਤੀ ਜੀ ਤੇ ਉੱਥੇ ਮੇਰੇ ਪਿਤਾ ਜੀ ਦਾ ਜਨਮ ਹੋਇਆ 1918 ਦੇ ਕਰੀਬ ਤੋਂ ਅੰਦਰ ਉਹਨੇ ਕਰਤਾਰ ਸਿੰਘ ਰੱਖਿਆ ਤੋਂ ਕਰਤਾਰ ਸਿੰਘ ਨੂੰ ਮੈਂ ਕਈ ਵਾਰੀ ਸੋਚਦਾ ਵੀ ਸ਼ਾਇਦ ਉਹ ਤੋਂ ਉਹਨੇ 16 ਦੇ ਵਿੱਚ ਅਸੀਰ ਕਰਤਾਰ ਸਿੰਘ ਸਰਬਰ ਸ਼ਹਾਦਤ ਹੋਈ ਆ ਜੀ ਜੀ ਸ਼ਾਇਦ ਪਰਿਵਾਰ ਨੇ ਉਸ ਤੋਂ ਢੰਗ ਨਾਲ ਉਹ ਨਾਪਰੀ ਵਾਲੀ ਜਿਵੇਂ ਗੱਲ ਆ ਵੀ ਆਪਣੇ ਬੱਚੇ ਦਾ ਨਾਮ ਉਹਨਾਂ ਨੇ ਕਰਤਾਰ ਸਿੰਘ ਰੱਖਿਆ ਠੀਕ ਹੈ ਠੀਕ ਹੈ ਇਸ ਤਰ੍ਹਾਂ ਦਾ ਗੱਲ ਉਹ ਪਰਿਵਾਰ ਦੇ ਵਿੱਚ ਵਿਸ਼ੋਕੜ ਨਾਬਰੀ ਵਾਲੀ ਜਾਂ ਕੋਈ ਸੋਜੀ ਵਾਲੀ ਸੱਤਕ ਪੱਖੋਂ ਵੀ ਗੁਰਸਿੱਖੀ ਦੇ ਪੱਖੋਂ ਵੀ ਤੇ ਸਿੰਘ ਸਭਾ ਚੋਂ ਲਹਿਰ ਚੱਲੀ ਆ ਏ 1872 ਦੇ ਵਿੱਚੋਂ ਜੀ ਜੀ ਤੇ ਫਿਰ ਜਿਹੜੇ ਸਾਡੇ ਪੁਰਖੇ ਸੀ ਮੇਰੇ ਪੜਦਾਦੇ ਜੀ ਇਹ ਸਿੰਘ ਸਭਾ ਲਹਿਰ ਦੇ ਪ੍ਰਭਾਵ ਤੇ ਲ ਉਹਨਾਂ ਨੇ ਇੱਕ ਜਿਹੜਾ ਦਲਤ ਵਰਗ ਸ ਨੂੰ ਅਮਰਤ ਸ਼ਕਾ ਕੇ ਤਿਆਰ ਬਰਤਾਰ ਸਿੰਘ ਸਜਾਉਣਾ ਸ਼ੁਰੂ ਕੀਤਾ ਠੀਕ ਹੈ ਤੇ ਇਹ ਪ੍ਰਕਾਸ਼ ਨੂੰ ਕਹਿਣਾ ਸਾਨੂੰ ਕੁਤਵੇਂ ਤਾਂ ਆਪਣੇ ਭਰਾ ਨੇ ਖੁਣੇ ਅਮਰਤ ਸ਼ਕ ਲਿਆ ਹੁਣ ਜੋਨਾ ਪਰਦਾ ਸਕ੍ਰਿਮੀਨੇਸ਼ਨ ਕਰਦੇ ਆ ਸੂਤਸਤ ਮੰਨਦੇ ਆ ਹੋਰ ਆ ਗੁਰਦੁਆਰਿਆਂ ਚ ਨਹੀਂ ਬੜਨ ਦਿੰਦੇ ਦੇਖ ਨਹੀਂ ਦਿੰਦੇ ਇਹਨਾਂ ਨੂੰ ਖੂਹਾਂ ਤੇ ਚੜਨ ਦਿੰਦੇ ਉਹ ਰਹਤੀ ਸਿੱਖ ਬਣਾਉਣ ਦੀ ਅਰਦਾਸ ਕੀ ਸਿੱਖ ਮੱਧਵੀ ਸਿੱਖ ਇੱਕ ਵੀ ਰਹਤੀਏ ਨੇ ਵੀ ਰਹਿਤ ਰੱਖਣ ਲੱਗ ਗਏ ਸੀ ਤਾਂ ਪ੍ਰਕਾਸ਼ ਨੂੰ ਖੁਸ਼ ਕਰਦੇ ਇੱਕ ਤਰੀਕਾ ਮੈਂ ਸਮਝਦਾ ਉਹ ਸਾਡਾ ਪਰਿਵਾਰ ਰਹਤੀਆਂ ਦਾ ਪਰਿਵਾਰ ਬਣ ਕੇ ਵੀ ਰਹਤੀਆਂ ਸਿੱਖ ਨੇ ਅੱਛਾ ਤੇ ਚੰਗੀ ਸੋਝੀ ਉਹ ਚਾਗੀ ਸਿੱਖੀ ਦੇ ਵਿਚੋਂ ਜਿਹੜੇ ਮੇਰੇ ਪੜਦਾਤੇ ਸੀ ਕਿ ਗੁਰਦੁਆਰਿਆਂ ਤੋਂ ਉਤਾਰੇ ਕਰੋਂ ਸੰਗਸਪਾ ਲੈਰਦਾ ਸਾਡੇ ਤੇ ਪ੍ਰਭਾਵ ਪਿਆ ਕਾਫੀ ਜੀ 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 ਤੇ ਫਿਰ ਉਹ ਦੂਦੂ ਵਾਰ ਮੇਰੇ ਪਿਤਾ ਜੀ ਮਤਲਬ ਸਿਆਸੀ ਤੌਰ ਤੇ ਕਾਫੀ ਚੇਤਨ ਹੋਏ ਤੇ ਜਿਹੜੀ ਕੌਮਸਟ ਲਹਿਰ ਚੱਲੀ ਇੱਥੇ ਗਦਰੀ ਬਾਬਿਆਂ ਦੀ ਜੀ ਜੀ ਤੇ ਉਹ ਕੌਮਸਟ ਲਹਿਰ ਦੇ ਪ੍ਰਭਾਵ ਥਲੇ ਆ ਗਏ ਤੇ ਮਾਲਵੇ ਦੇ ਵਿੱਚ ਜਦੋਂ 47 ਤੋਂ ਬਰੇ ਦਰ ਸਾਰਾ ਪਰਿਵਾਰ ਆ ਗਿਆ ਉਹ ਉੱਥੇ ਮਤਲਬ ਸਾਡੇ ਮਾਲਵੇ ਵਿੱਚ ਮੂਵਮੈਂਟ ਚੱਲਦੀ ਸੀ ਮੁਜਾਰਾ ਮੂਵਮੈਂਟ ਉਹ ਮੁਜਾਰਾ ਮੂਵਮੈਂਟ ਸ਼ਾਮਲ ਰਹੇ ਲਾਲ ਪਾਰਟੀ ਸ਼ਾਮਲ ਰਹੇ ਜੀ ਫਿਰ ਕੌਮਸਟ ਪਾਰਟੀ ਚ ਸ਼ਾਮਲ ਰਹੇ ਫਿਰ ਉਸ ਚੌੜ ਦੇ ਵਿੱਚ ਦੋ ਪਾਰਟੀਆਂ ਬਣ ਗਈਆਂ ਇੱਕ ਸੀਪੀਐਮ ਬਣ ਗਈ ਇੱਕ ਸੀਪੀਆਈ ਉਹ ਸੀਪੀਐਮ ਚ ਆ ਗਈ ਫਿਰ 68 69 ਦੇ ਵਿੱਚ ਨਕਸਲਵਾੜੀ ਲਹਿਰ ਚੱਲ ਪਈ ਤੇ ਮੇਰੇ ਪਿਤਾ ਜੀ ਜਿਹੜੇ ਸੀਗੇ ਉਹ ਨਕਸਰੜੀ ਲਹਿਰ ਚ ਸ਼ਾਮਲ ਹੋ ਗਏ ਜਿਹੜਾ ਸਾਡਾ ਘਰ ਸੀਗਾ ਉਹ ਜਿਹੜੇ ਵੱਡੇ ਨਕਸਰ ਦੇ ਆਗੂ ਸੀ ਬਾਬਾ ਬੂਝਾ ਸਿੰਘ ਵਰਗੇ ਉਹਦੀ ਸਟਡੀ ਸਰਕਲ ਲੱਗਦੇ ਸੀ ਸਕੂਲਿੰਗ ਲੱਗਦੀ ਸੀ ਜਿਹੜੇ ਅੰਡਰਗਰਾਉਂਡ ਸਾਡੇ ਲੱਕੇ ਦੇ ਮੁੰਡੇ ਭਗੋੜੇ ਹੋਏ ਹੋਏ ਸੀਗੇ ਉਹਨਾਂ ਦੇ ਵੀ ਸਾਡੇ ਘਰੇ ਆਉਣ ਜਾਣ ਸੀ ਤੇ ਇੱਕ ਮੁਜਾਰਿਆਂ ਦੇ ਤੌਰ ਤੇ ਸਾਡੇ ਕੋਲ ਜ਼ਮੀਨ ਸੀਗੀ ਨਹਿਰ ਦੇ ਉੱਤੇ ਸਾਡੀ ਕੁਲੀ ਹੁੰਦੀ ਸੀ ਖੇਤ ਚ ਉੱਥੇ ਮੀਟਿੰਗਾਂ ਹੁੰਦੀਆਂ ਸੀ ਅਸੀਂ ਵੀ ਮੈਂ ਤੇ ਮੇਰੀ ਭੈਣ ਨੇ ਬੱਟੀ ਨੇ ਉੱਥੇ ਰੋਟੀਆਂ ਲੈ ਕੇ ਜਾਣੀਆਂ ਹੋਰ ਇਹਦਾ ਸਾਡਾ ਸੀਗਾ ਸਾਡੇ ਤੋਂ ਮੇਰੇ ਤੇ ਬਚਪਨ ਤੋਂ ਉਹਨਾਂ ਦੀਆਂ ਗੱਲਾਂ ਸੁਣਨ ਤੋਂ ਕਰਦੇ ਲੋ ਪਰਿਵਾਰਕ ਮਾਹੌਲ ਹੁੰਦਾ ਵੀ ਇੱਕ ਸਿਆਸੀ ਪਰਿਵਾਰ ਆ ਸੱਸ ਦੀਆਂ ਗੱਲਾਂ ਹੋਣਗੀਆਂ ਜਿਹੜੋ ਕਾਮਪੀਟਾ ਨੇ ਵੋਟਾਂ 'ਚ ਖੜਨਾ ਸੀ ਵੀ ਉਹਨੇ ਲਾਲ ਝੰਡੇ ਚੱਕੀ ਫਿਰਨੇ ਉਹਦੇ ਪੋਸਟਰ ਲਾਉਣੇ ਜਾਂ ਹੋਰ ਆ ਜਦੋਂ ਨਿਹਾਰ ਜਾਣਾ ਆਰਜਨ ਦੇ ਸੈਕਟਰ ਕਾਮਪੀਟਾ ਸਾਨੂੰ ਵੀ ਮਜੂਸੀ ਹੋਣੀ ਦਾ ਸਾਡਾ ਬੰਦਾਰਗਾ ਸੀ ਉਹ ਨਾਰੇ ਮਾਰਦੇ ਫਿਰਦੇ ਸੀ ਕਿ ਉਹ ਹੈ ਜੋ ਤਰਾ ਚੜਾ ਬਚਪਨ ਚ ਵੀ ਹੋਣੇ ਫਿਰ ਉਹ ਨਕਸਲਵਾੜੀ ਲਹਿਰ ਦੇ ਵਿੱਚੋਂ ਜਣੀ ਕਿ ਮੇਰੇ ਤੇ ਵੱਡਾ ਪ੍ਰਭਾਵ ਪਿਆ ਤੇ ਚਲੋ ਮੈਨੂੰ ਉਹ ਸ਼ਾਇਦ ਤੀਨੇ ਚ ਤੂੰ ਮੈਂ ਲਹਿਰ ਨਾਲ ਜੁੜ ਗਿਆ ਪਰ ਮੈਂ ਸੈਕੰਡ ਫੇਸ ਨਾਲ ਜੁੜਿਆ ਨਾ ਫਸਟ ਫੇਸ ਉਹ 70 72 ਵਾਲਾ ਇਰੋਦ ਦੇ ਬੰਦਿਆਂ ਦੇ ਮਤਲਬ 80 83 ਬੰਦਿਆਂ ਦੇ ਮਾਰਡਰ ਹੋਏ ਨਾ ਸ਼ਹੀਦ ਕੀਤੇ ਨੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਬਦਲ ਨੇ ਉਹ ਫਸਟ ਫੇਸ ਸੀ ਫੇਜ ਉਹਦਾ ਲਹਿਰ ਦਾ ਉਦੋਂ ਵਾਰ ਸੈਕੰਡ ਫੇਸ ਸ਼ੁਰੂ ਹੋੰਦਾ ਸਟੂਡੈਂਟ ਜੁਨੀਆ ਨਾਲ ਨੌਜਰ ਭਾਰ ਉਹਦੇ ਤੇ ਪਰ ਮੈਂ ਉਹਨਾਂ ਜੁੜਿਆ ਉਸ ਲਹਿਰ ਨਾਲ ਪਰ ਮੇਰੇ ਅੰਦਰ ਜਿਵੇਂ ਹੁੰਦਾ ਵੀ ਕੋਈ ਜਿਹੜੀ ਅਲਟਰਾ ਪੋਲਿਟਿਕਸ ਹੈ ਨਹੀਂ ਅਲਟਰਾ ਅਲਟਰਾ ਮੈਨੂੰ ਖੱਚ ਪਾਉਂਦੀ ਆ ਜਿਵੇਂ ਖੜਕੂ ਲਹਿਰਦਾ ਵੀ ਅਲਟਰਾ ਵੀ ਇਦਨੂੰ ਖੱਚ ਪਾਏ ਇਦਨੂੰ ਆਏ ਤੇ ਪਹਿਲਾਂ ਨਕਸਲ ਬੜੀ ਲਹਿਰ ਦੇ ਵਿੱਚ ਸੀ ਤਾਂ ਦੂਜੇ ਪਾਸੇੋਂ ਕੱਚ ਨਹੀਂ ਪਈ ਇਹ ਉਹ ਅਲਟਰਾ ਜਿਹੜੀ ਹੈਗੀ ਆ ਤੀਜ ਉਹ ਮੈਨੂੰ ਖਿੱਚ ਪਾਉਂਦੀ ਸੀ ਯਾਰ ਕੋਈ ਚੱਕ ਮੀਰੀ ਗੱਲੋ ਵੀ ਇਸ ਤਰ੍ਹਾਂ ਤੇ ਥਾਰਾ ਬਿਨਾਂ ਨਹੀਂ ਗੱਲ ਬਣਦੀ ਥਿਆਰ ਬੰਦਾ ਨਕਸਲ ਬੜੀ ਉਹ ਸੀ ਜੇ ਖੜਕੂ ਨਾ ਤਾਂ ਇਹ ਵੀ ਥਿਆਰ ਬੰਦਾ ਵੀ ਉਹ ਵੀ ਠੀਕ ਆ ਵੀ ਥਿਆਰ ਨਾਲ ਕੋਈ ਵਾਸਤਾ ਉਹ ਸਾਡੇ ਖੂਨ ਚ ਪਛੋਕਰ ਤੇ ਰਲੀਆਂ ਹੁੰਦੀਆਂ ਗੱਲਾਂ ਤੇ ਚਲੋ ਕੁਝ ਸਮਾਂ ਮੈਨੂੰ ਕੁਝ ਕਰਦੇ ਹਾਲਾਤ ਬਣੇ ਵੀ ਮੋਤੀ ਪੜ੍ਹਾਈ ਲਿਖਾਈ ਦਾ ਮੌਕਾ ਨਹੀਂ ਮਿਲਿਆ ਮੈਨੂੰ 8ਵਾਂ ਚੋਂ ਪੜ੍ਹਾਈ ਛੱਡਣੀ ਪੈਗੀ ਫਿਰ ਮੈਂ ਰੁੱਲਦੇ ਖੁੱਲਦੇ ਨੇ 10ਵੀਂ ਕੀਤੀ ਕਈ ਸਾਲਾਂ ਬਾਅਦ ਪ੍ਰਾਈਵੇਟ ਕੋਸ਼ਿਸ਼ ਕੀਤੀ ਕਿ ਹਾਂ ਪੜ੍ਹਨੀ ਪਰ ਸੁਪਨਾ ਨਹੀਂ ਬਣ ਸਕਿਆ ਪਰਿਵਾਰ ਖਲਾਤੀ ਹੈ ਜੇ ਬਣ ਗਏ ਤੇ ਮੇਰੇ ਪਿਤਾ ਜੀ ਦੇ ਐਕਸੀਡੈਂਟ ਹੋ ਗਿਆ ਉਹ ਲੱਤ ਟੁੱਟ ਗਈ ਘਰੇ ਬੈਠ ਕੇ ਮੈਨੂੰ ਕੰਮ ਕਰ ਸੰਭਾਲਣਾ ਪੈ ਗਿਆ ਦੋ ਭੈਣਾਂ ਦੇ ਵਿਆਹ ਕਰਨੇ ਪੈਗੇ ਹੋਰ ਉਹ ਕਬੀਲਰ ਨੇ ਮੈਨੂੰ ਰੋਲਤਾ ਪਰ ਮੇਰੇ ਅੰਦਰ ਕਿਤੇ ਨਾ ਕੁਝ ਜਿਹਾ ਸਾ ਸੀ ਗਿਆਨ ਹਾਸਲ ਕਰਨ ਦੀ ਕੁਝ ਪੜਨ ਲਿਖਣ ਦੀ ਉਹ ਫਿਰ ਮੈਂ ਆਪਣੇ ਤੌਰ ਤੇ ਯਤਨ ਕਰਦੇ ਰਹੇ ਨੂੰ ਸੈਲਫ ਮੇਡ ਕੰਨ ਫਿਰ ਮੈਂ ਆਪਣੇ ਤੌਰ ਤੇ ਯਤਨ ਕਰਕੇ ਅੰਗਰੇਜ਼ੀ ਸਿੱਖੀ ਅੰਗਰੇਜ਼ੀ ਮੈਨੂੰ ਪੜ ਲੈਂਦਾ ਮੈਂ ਅੰਗਰੇਜ਼ੀ ਦਾ ਚੰਗਾ ਟਰਾਂਸਲੇਸ਼ਨ ਵੀ ਕਰ ਲੈਣਾ ਫਿਰ ਪੰਜਾਬੀ ਲਿਟਰੇਚਰ ਪੜਿਆ ਸਾਰਾ ਹੋਰ ਬੜਾ ਲੈਣਾ ਤੇ ਹੰਡਾਇਆ ਅਨੁਭਵ ਤੇ ਫਿਰ ਇਹ ਖਰਕੂ ਲਹਿਰ ਦੇ ਵੀ ਹਮਦਰਦੀ ਹਾਸਲ ਕੀਤੀ ਇਹ ਨਹੀਂ ਗੱਲ ਜਿੱਦ ਤੋਂ ਵੀ ਕਿਤੇ ਕੋਈ ਝੂਠੇ ਪਲਸ ਮੁਕਾਬਲੇ ਬਣਦੇ ਜਾਂ ਕੋਈ ਔਰਤਾਂ ਨੂੰ ਤੰਗ ਕਰਦੇ ਸੀ ਉਹ ਚ ਵੀ ਮੈਂ ਆਪਣਾ ਵਿਰੋਧ ਦਰਜ ਕਰਾਇਆ ਜਿਹੜੇ ਵੱਖਰੇ ਦੂਜੇ ਕੰਵਰਸਟ ਚ ਉਹਨਾਂ ਸਾਡੇ ਇੱਕ ਵੱਖਰੀ ਲੈਂਸ ਸੀ ਜੋ ਤਾਂ ਜਿਹੜਾ ਹੁਣ ਜਿਵੇਂ ਅਗਰਾਹਾ ਗਰੁੱਪ ਦਾ ਗੱਲ ਕਰਾਂਗੇ ਉਹਦਾ ਆਪਣਾ ਗਰੁੱਪ ਆਪੇਸ਼ੇ ਨਕਸਲੇਟਾਂ ਦਾ ਜੀ ਜਾਂ ਸੁਰਖ ਰੇਖਾ ਦਾ ਗਰੁੱਪ ਸੀ ਉਹ ਤਾਂ ਸਿਰਫ ਇਹਨੂੰ ਸਾਂਝੀ ਦੇ ਸੀ ਜਿਹੜਾ ਪੰਜਾਬ ਦਾ ਹੈਗਾ ਇਹ ਲਾਂਡ ਆਊਟਰ ਦਾ ਮਸਲਾ ਹੈ ਅੱਛਾ ਵਿਜੋ ਉਥੇ ਖਾਲਸਾ ਦੀ ਮੁੰਡਿਆਂ ਜੋ ਕਰ ਰਹੇ ਨੇ ਲਾ ਐਂਡ ਆਰਡਰ ਦਾ ਮਸਲਾ ਸਰਕਾਰ ਦੇ ਨੂੰ ਖਤਮ ਕਰ ਰਹੀ ਨੇ ਇਹਨਾਂ ਨੂੰ ਚੰਗਾ ਹੀ ਕਰ ਰਹੀ ਨੇ ਠੀਕ ਕਰ ਰਹੀ ਆ ਠੀਕ ਹੈ ਤੋ ਹਮੈ ਤਾਂ ਵੀ ਉਹਨੇ ਸਟੇਟ ਦੀ ਕੀਤੀ ਸਟੇਟ ਦੇ ਹੱਥ ਟੋਕੇ ਬਣ ਕੇ ਚੱਲੇ ਪਰ ਮੈਂ ਸਮਝਦਾ ਸੀ ਇੰਟੈਲੈਕਚੁਅਲੀ ਜਾਂ ਸਾਡੇ ਇੱਕ ਗਰੁੱਪ ਆਫ ਇੰਟੈਲੈਕਚੁਅਲ ਬੰਦੇ ਦਾ ਉਸੇ ਸਮੇਂ ਦੇਖ ਵੀ ਨਹੀਂ ਹੈ ਪੰਜਾਬ ਜਿਹੜਾ ਮਸਲਾ ਹੈ ਪੋਲਿਟਿਕਲ ਮਸਲਾ ਇਹ ਪੋਲਟਿਕਸ ਦਾ ਮਸਲਾ ਇੱਕ ਘੱਟ ਗਣਤੀ ਦਾ ਮਸਲਾ ਜਿਹੜੀ ਬਹੁਤ ਗਣਤੀ ਆ ਜਾਂ ਹੋਰ ਸੈਂਟਰ ਜਿਹੜੀ ਕੇਂਦਰੀ ਚਟੇਟ ਆ ਉਹ ਇੱਕ ਘੱਟ ਗਣਤੀ ਨੂੰ ਦਬਾ ਰਹੀ ਆ ਉਹਦੀਆਂ ਜਿਹੜੀਆਂ ਸ਼ਾਮਾਂ ਤੇ ਪੰਜਾਬ ਤੋਂ ਉਹਨੇ ਵਸਤੀ ਬਣਾਇਆ ਪੰਜਾਬ ਦੇ ਪਾਣੀ ਖੋਲੇ ਪੰਜਾਬ ਦੀ ਬੋਲੀ ਦਾ ਪੰਜਾਬੀ ਸੂਬਾ ਕਿੰਨੇ ਜੱਦੂ ਜਹਤੋਂ ਬਾਦ ਬਣਿਆ ਪੰਜਾਬੀ ਭਾਸ਼ਾ ਹਿੰਦ ਤੱਕ ਲਾਗੂ ਨਹੀਂ ਹੋਈ ਸ਼ੋ ਇਹ ਪੋਲਿਟਿਕਲ ਮਸਲਾ ਮੇਥੇ ਸਟੇਟ ਜਿਹੜੀ ਹੈਗੀ ਉਹ ਮੁੱਖ ਟੈਰਰਿਸਟ ਆ ਇਹ ਮੁੰਡਾ ਟੈਰਰਿਸਟ ਨਹੀਂ ਇਹਦਾ ਕਰਮ ਦਾ ਪ੍ਰਤੀ ਕਰਮ ਆ ਜੇ ਸਟੇਟ ਨੂੰ ਉਹ ਤੇ ਕੁਝ ਜ਼ਬਰ ਕਰਦੀ ਆ ਤਾਂ ਇਹ ਅਲੱਗ-ਅਲੱਗ ਜਿਹੜੇ ਭਾਈਚਾਰੇ ਆ ਅਲੱਗ-ਅਲੱਗ ਲੋਕਾਂ ਦਾ ਪ੍ਰਤੀਕਰਮ ਅਲੱਗ-ਅਲੱਗ ਹੁੰਦਾ ਕਈ ਡਰ ਕੇ ਉਸ ਸਟੇਟ ਦੇ ਨਾਲ ਚੁੱਪ ਕਰ ਜਾਂਦੇ ਨੇ ਤੇ ਜਿਵੇਂ ਸਰਦਾਰ ਕਪੂਰ ਸਾਹਨੇ ਵੀ ਮਿਸਾਲ ਦਿੱਤੀ ਹੈ ਕਿ ਕਿਸ ਤਨਾਮੀ ਫਿਰ ਕਰੇਗਾ ਉਹੋ ਸਟੇਟ ਦੇ ਬਰੁੱਧ ਸੀਗੇ ਵੀ ਰੰਗ ਜੇਵਨ ਨੇ ਉਹਨਾਂ ਤੇ ਬੜਾ ਜ਼ਬਰ ਕੀਤਾ ਤੋ ਦਬ ਗਏ ਅੱਜ ਸਤਨਾਮੀਆਂ ਦਾ ਸਿਰਫ ਇੱਕ ਛੋਟਾ ਜਿਹਾ ਫਿਰਕਾ ਬਣ ਕੇ ਰਹਿ ਗਿਆ ਪੂਜਾ ਪਾਠ ਵਾਲਾ ਤੋ ਆਪਣੀ ਹੋਣ ਕਾਇਮ ਰੱਖ ਸਕੇ ਪਰ ਉਹ ਸਿੱਖਾਂ ਤੇ ਕੀਤਾ ਜ਼ਬਰ ਪਰ ਸਿੱਖਾਂ ਨੇ ਜਿਆ ਲੋ ਵੀ ਮੰਨੂ ਸਾਡੀ ਰਾਤਰੀ ਅਸੀਂ ਇਸ ਦੇ ਸੋਏ ਜਿਉਂ ਜਿਉਂ ਸਾਨੂੰ ਵੱਡਦਾ ਸੀ ਦੂਣ ਸਬਾਣੇ ਹੋਏ ਸਿੱਖਾਂ ਨੇ ਆਪਣਾ ਰਾਜ ਵੀ ਕਾਇਮ ਕੀਤਾ ਅੱਜ ਦੁਨੀਆ ਪਰ ਸਿੱਖ ਪਹਿਲੇ ਵੀ ਨੇ ਇਹ ਬੱਕੋ ਬਕਰੇ ਵਰਗਾ ਦੇ ਭਰੋ ਜੁਲਮੂਰੇ ਹਾਰ ਮੰਨ ਜਾਂਦਾ ਜਾਂ ਉਹ ਜੁਲਮ ਨਾਲ ਟੱਕਰ ਦੁੱਗਣੀ ਤਾਕਤ ਨਾਲ ਕਰਦਾ ਅਖਰ ਵੀ ਦਮ ਤੱਕ ਕਰਦਾ ਜਿਵੇਂ ਕਿ ਸਾਡੇ ਕੋਲ 1762 ਦੇ ਵਿੱਚ ਸਾਡੇ ਵੱਡੇ ਕੱਲੂਕਰ ਦੀ ਮਸਾਲ ਆ ਜੀ ਬਿਸ਼ਾਮ ਤੱਕ ਸਾਡੇ ਇਲਾਕੇ ਚ ਹੀ ਵਾਪਰਿਆ ਸਾਡੇ ਪਿੰਡਾਂ ਦੇ ਉਹ ਕੱਲੂਕਰ ਆ ਗਿਆ ਉਸ ਤੋਂ ਮੇਰੇ ਪਿੰਡ ਚੱਕ ਪਾਈ ਕਿਥੇ ਮੌਜੂਦ ਆ ਕੁਤਬਾ ਬਾਂਮਣਗਾ ਤੋਂ ਹੁੰਦਾ ਗਹਿਲਾਂ ਜਾ ਕੇ ਸਾਡੇ ਪੱਛਮ ਪਿਛਲੇ ਪਾਸੇ ਪਿੰਡ ਦੇ ਉਹ ਖਤਮ ਹੋਇਆ ਲੜਾਈ ਤੇ ਸ਼ਾਮ ਤੱਕ 30000 ਜਿਹੜੇ ਬੱਚੇ ਬੁੱਢੇ ਕਿੰਨਾ ਨੁਕਸਾਨ ਹੋਇਆ ਸਿੰਘਾਂ ਦਾ ਜਿਹਨੂੰ ਕਹਿਆ ਜਾਂਦਾ ਵਿੱਤੀ ਸਿਕ ਕੌਮ ਖਤਮ ਹੋ ਗਈ ਸੀ ਪਰ ਸ਼ਾਮ ਨੂੰ ਸਿੰਘਾਂ ਨੇ ਜਕਾਰਾ ਗਾ ਕੇ ਖਾਲਸਾ ਛੜਦੀ ਗੱਲ ਆ ਕੋਈ ਗੱਲ ਨਹੀਂ ਸੋ ਇੱਕ ਬਸੋਕਣ ਹੁੰਦਾ ਸੋ ਸਾਨੂੰ ਲੱਗਦਾ ਸੀ ਵੀ ਜਿਵੇਂ ਹੁਣ ਸਟੇਟ ਨੇ ਨੂੰ ਇੰਨੀ ਜ਼ਬਰਨ ਦਬਾ ਰਹੀ ਐ ਸਿੱਖ ਨੌਜਵਾਨਾਂ ਨੂੰ ਸੰਭਵ ਨਹੀਂ ਹੋਊਗਾ ਕਿ ਜੇ ਉਹ ਇਹ ਮੰਨ ਕੇ ਚੱਲਦੇ ਨੇ ਵੀ ਅਸੀਂ ਜ਼ਬਰਨ ਦਬਾ ਲਾਂਗੇ ਚਾਹੇ ਇਹਨਾਂ ਨੂੰ ਡੰਡੇ ਨਾਲ ਦਬਾ ਲਾਂਗੇ ਇਹ ਨਹੀਂ ਹੋਣਾ ਜੀ ਜੀ ਤੇ ਉਹ ਹੋਇਆ ਵੀ ਵੀ ਲਗਾਤਾਰ ਉਹ 10 ਸਾਲ ਬੰਦੇ ਲੜੇ ਵੀ ਆ ਜੀ ਜਿਹਨੂੰ ਆਪਾਂ ਕਹਿ ਸਕਦੇ ਆਂ ਵੀ ਆਖਰੀ ਗੋਲੀ ਤੇ ਆਖਰੀ ਸਾਹ ਤੱਕ ਉਹ ਲੜੇ ਨੇ ਇਹ ਠੀਕ ਮਤਲਬ ਇਹ ਗੱਲ ਕਾਮਰੇ ਨੂੰ ਬੜੀ ਬੁਰੀ ਲੱਗਦੀ ਐ ਮੇਰੇ ਆਲੋਚਕ ਵੀਰ ਨੇ ਜਦੋਂ ਮੈਂ ਕਹਿਣਾਗਾ ਵੀਰ ਪੰਜਾਬ ਵਰਗਾ ਮਦਾਨੀ ਇਲਾਕਾ ਹੋਵੇ ਵੀੜਾ ਚੀਨ ਦਾ ਵੱਡਾ ਲੀਡਰ ਹੈ ਮੌਜੇ ਤੁੰਗ ਜਿਹਨੇ ਗਰੀਲਾ ਵਾਰਫੇਰ ਵਰਗੀ ਕਿਤਾਬ ਲਿਖੀ ਆ ਵੀ ਗਰੀਲਾ ਜੰਗ ਕਿੱਥੇ ਕਿਵੇਂ ਕਿਹੜੀਆਂ ਹਾਲਤਾ ਚੱਲਣੀਆਂ ਚਾਹੀਦੀਆਂ ਕਿਵੇਂ ਚਲਾਉਣੀ ਚਾਹੀਦੀ ਆ ਉਹ ਗਰੀਲਾ ਵਾਰਫੇਰ ਦਾ ਮਾਸਟਰ ਮੰਨਿਆ ਜਾਂਦਾ ਤੇ ਜਿਹੜੇ ਮਤਲਬ ਫੌਜੀ ਆਰਮੀ ਦੇ ਵੱਡੇ ਕੋਰਸ ਨੇ ਉਹ ਗਰੀਲਾ ਵਾਰਫੇਰ ਉਹਦੀ ਕਿਤਾਬ ਪੜਾਈ ਜਾਂਦੀ ਆ ਵੀ ਐ ਗਰੀਲਾ ਜੰਗ ਲੜਨੀ ਆ ਪੈਂ ਕਰਨਾ ਹੈ ਕਰਨਾ ਪਰ ਇੱਥੇ ਪੰਜਾਬ ਦੇ ਵਿੱਚ ਉਲਟਾ ਉਹ ਕਹੇ ਵੀ ਪਹਾੜ ਹੋਣ ਜੰਗਲ ਹੋਣ ਆਹ ਹੋਣ ਇਹ ਕੰਡੀਸ਼ਨ ਨੇ ਗ੍ਰੀਲਾ ਵਾਰਫੇਰ ਤੋਂ ਜਿਹੜਾ ਐਡਵਾਂਸ ਕਰਨੀਆਂ ਬੇਸ਼ੇਰੀ ਦੇ ਅਨੁਸਾਰ ਨੇ ਜਿਵੇਂ ਮਾਓਵਾਦੀਆਂ ਦੇ ਅਨੁਸਾਰ ਹੋਏ ਨੇ ਪਰ ਪੰਜਾਬ ਦੀ ਹਾਲਤ ਬਿਲਕੁਲ ਹੀ ਡਿਫਰੈਂਟ ਸੀ ਸੜਕਾਂ ਨੇ ਤਾਂ ਜਾਲ ਵਿਛਾਇਆ ਹੋਇਆ ਸੀਗਾ ਤੇ ਮੈਦਾਨੀ ਇਲਾਕਾ ਹੈਗਾ ਖੇਤੀਬਾੜਾ ਵਾਲਾ ਇਲਾਕਾ ਹੈਗਾ ਕੋਈ ਵੱਡੀ ਇਸ ਤਰ੍ਹਾਂ ਜੰਗਲ ਨਹੀਂ ਗਏ ਕੋਈ ਜੰਗਲ ਨਹੀਂ ਇੱਥੇ ਉਹ ਬੰਦਿਆਂ ਨੇ 10 ਸਾਲ ਇੱਕ ਜੰਗ ਲੜੀ ਆ ਤੋ ਜਿਹੜੀ ਮਾਓ ਦੀ ਗੱਲ ਤੋਂ ਇੱਕ ਵੱਖਰਾ ਨੂੰ ਐਡਵਾਂਸ ਕੀਤਾ ਵੀ ਉਹ ਗ੍ਰੀਲਾ ਜੰਗ ਓਹ ਵੀ ਲੜੀ ਜਾ ਸਕਦੀ ਹੈ ਮੈਂ ਉਹਨੂੰ ਇੱਕ ਲੇਖ ਦੇ ਤੌਰ ਤੇ ਨਾ ਉਹ ਸਾਰੇ ਗੱਲ ਦੀ ਮਨੋਵਿਗਨਕ ਨਦੀਰੋ ਦੇਦਾ ਮੁੰਡਾ ਮਨੋਵਲਕੀ ਸੀ ਬੰਦਾ ਦਾ ਉਹਨਾਂ ਦੇ ਬੜੀਆਂ ਘਾਟਾਂ ਹੁਣ ਉਹਦੇ ਜਿਹੜੀਆਂ ਘਾਟਾਂ ਸੀ ਉਹਨਾਂ ਦੀ ਲਹਿਰ ਦੀ ਫੇਲਰ ਦਾ ਕਾਰਨ ਬਣ ਗਿਆ ਬਹੁਤ ਵੱਡੀਆਂ ਘਾਟਾਂ ਨੇ ਪਰ ਉਹਨਾਂ ਨੇ ਆਪਣਾ ਨੁਕਸਾਨ ਆਪ ਕੀਤਾਗਾ ਲਹਿਰ ਦਾ ਜਦੋਂ ਅਨਲਿਸਿਸ ਕਰਦੇ ਆ ਪਰ ਫਿਰ ਵੀ ਇਹਦੇ ਬਾਵਜੂਦ ਉਹ ਇੱਕ ਪੋਜੀਟਿਵ ਪੱਖ ਸੀ ਮਨੋਵਲ ਬੜਾ ਸੀ ਲੜਨ ਦਾ ਸਟ੍ਰੇਟ ਦੇ ਜਿਹੜਾ ਦੱਬਾ ਜ ਨਹੀਂ ਚੱਲੇ ਜੀ ਸੋ ਇਸ ਤਰ੍ਹਾਂ ਦਾ ਜਿਹੜੀਆਂ ਗੱਲਾਂ ਨੇ ਮੈਨੂੰ ਪ੍ਰਭਾਵਿਤ ਵੀ ਕੀਤਾ ਤੇ ਮੈਂ ਆਪਣੇ ਇੱਕ ਵੱਖਰੇ ਢੰਗ ਨਾਲ ਰਿਐਕਟ ਵੀ ਕੀਤਾ ਤੇ ਮੈਂ ਕਮੈਂਟ ਦਾ ਮੇਰਾ ਵਿਰੋਧ ਵੀ ਚੱਲਿਆ ਬੱਕਰਾ ਬੱਕਰਾ ਵੀ ਉਹ ਜਿਹੜਾ ਉਹਨਾਂ ਦੇ ਵਿੱਚ ਸੀ ਬੇਦਾ ਅੱਤਵਾਦੀ ਨੇ ਹੂੰ ਹੂੰ ਤੇ ਮੈਨੂੰ ਐਸ ਵੀ ਜਿਹੜਾ ਅੱਤਵਾਦ ਆ ਵੀ ਇਸ ਤਰ੍ਹਾਂ ਦਾ ਰੂਪ 'ਚ ਨਹੀਂ ਹੁੰਦਾ ਵੀ ਅਸਲ ਅੱਤਵਾਦ ਜਿਹੜਾ ਅੱਤਵਾਦੀ ਬੁਲਾਉਣਾ ਹੋਵੇ ਪਰ ਉਹਦੇ ਪਿੱਛੇ ਕੁਝ ਸ਼ੋਕੜ 'ਚ ਕੋਈ ਇਹਦੀ ਤਹਿ ਹੇਠ ਜਿਹ ਇੱਕ ਸੰਦੇ ਉਹਦੀ ਹੈਗੀ ਆ ਕੋਈ ਵੱਡੇ ਮੁੱਦੇ ਤੇ ਮਸਲੇ ਵੀ ਕੰਮ ਕਰਦੇ ਕੋਈ ਵੱਡੀਆਂ ਪ੍ਰੇਰਨਾਵਾਂ ਵੀ ਹੁੰਦਾਂ ਨੇ ਤੁਹਾਡੇ ਫਾਦਰ ਜਿਵੇਂ ਤੁਸੀਂ ਦੱਸਿਆ ਪਹਿਲੇ ਸਿੰਘ ਸਭਾ ਲਹਿਰ ਨਾਲ 1872 ਵੀ ਜਿਹੜੀ ਸੀ ਦਾਦਾ ਦਾ ਮੈਂ ਭੁੱਲ ਗਿਆ ਮੇਰੇ ਪਰਦਾਦੇ ਹੋਣੇ ਉਹ ਜੁੜੇ ਸੀ ਉਹ ਜਿਹੜੀ ਸਿੱਖੀ ਨਾਲ ਲਹਿਰ ਜੁੜੀ ਹੋਈ ਸੀਗੀ ਉਹਦੇ ਬੜੇ-ਬੜੇ ਗਿਆਨੀ ਦਿੱਤ ਸਿੰਘ ਵਰਗੇ ਵੀ ਸਕਾਲਰਸ ਹੋਏ ਹਾਂ ਪ੍ਰੋਫੈਸਰ ਗੁਰਮukh ਸਿੰਘ ਹੋਏ ਪ੍ਰੋਫੈਸਰ ਗੁਰਮukh ਸਿੰਘ ਮਾਤਾ ਪਿਤਾਵਰ ਸਿੰਘ ਹੋ ਗਿਆ ਉਹ ਬੜੇ ਹਾਂ ਤੇ ਉਹ ਸਿੱਖੀ ਨਾਲ ਜੁੜਦੇ-ਜੁੜਦੇ ਇੱਕਦਮ ਕਮਿਊਨਿਸਟ ਵਰਕੀਮੈਂਟ ਟ੍ਰਾਂਜ਼ਿਟ ਹੋ ਗਿਆ ਉਹ ਸਿੰਘ ਸਭਾ ਲਹਿਰ ਤੋਂ ਪ੍ਰਭਾਵਿਤ ਹੋ ਕੇ ਕਹਿ ਲ ਸਕਦਾ ਬਈ ਜਿਹੜੇ ਮੋਢਲੇ ਗਦਰੀ ਬਾਬੇ ਆ ਬਣੇ ਜੀ ਉਹ ਪ੍ਰਵਾਸ ਕਰਕੇ ਵਿਦੇਸ਼ਾਂ ਚਲੇ ਗਏ ਮਾਝੇ ਤੋਂ ਠੀਕ ਹੈ ਨਾ ਹੋਰ ਉਹਨਾਂ ਤੇ ਸਿੰਘ ਸਭਾ ਲਹਿਰ ਦਾ ਪ੍ਰਭਾਵ ਸੀ ਜੀ ਉਹਨਾਂ ਤੇ ਕਿਉਂਕਿ ਜਦੋਂ ਹੁਣ ਪਿਆ ਬੱਬਾ ਪਿਆਰਾ ਸਿੰਘ ਲੰਗੇਰੀ ਹੈ ਜਿਹੜਾ ਹੁਸ਼ਾਰਪੁਰ ਕੋਲੇ ਪਿੰਡ ਲੰਗੇਰੀ ਆ ਜੀ ਜਦੋਂ ਉਹਨੂੰ ਉਹ ਸਵਾਲ ਕੀਤਾ ਕਿਸੇ ਨੇ ਵੀ ਤੁਸੀਂ ਕਿਵੇਂ ਬਣੇ ਗਦਰੀ ਇਧਰ ਨੂੰ ਕਿਵੇਂ ਆਏ ਉਹ ਕਹਿੰਦਾ ਵੀ ਮੈਂ ਭਾਈ ਵੀਰ ਸਿੰਘ ਦਾ ਜਿਹੜਾ ਨਾਂ ਬਲਾ ਸੁੰਦਰੀ ਉਹ ਪੜਿਆ ਸੀ ਉਹ ਸੁੰਦਰੀ ਦੇ ਬੱਚੇ ਆ ਵੀ ਜਿਹੜੇ ਉਹ ਸਿੰਘ ਆ ਮੁਗਲਾਂ ਨਾਲ ਲੜਦੇ ਆ ਕਰੈਕਟਰ ਸਾਡੇ ਮਨ ਚ ਵੀ ਅਸੀਂ ਵੀਰ ਜ਼ਬਰ ਜ਼ੁਲਮ ਦੇ ਵਿਰੁੱਧ ਲੜਨਾ ਤੇ ਵੀ ਹੁਣ ਮੁਗਲ ਤਾਂ ਹੈ ਨਹੀਂ ਜੀ ਹੁਣ ਸਾਡੇ ਦੇਸ਼ ਤੇ ਜਿਹੜਾ ਜ਼ੁਲਮ ਕਰ ਉਹ ਅੰਗਰੇਜ਼ ਕਰ ਰਹੇ ਨੇ ਚੰਨੋਂ ਨੇ ਕਿਤਾਬ ਉਹ ਜਿਹੜੇ ਗਦਰ ਪਾਰਟੀ ਪਹਿਲਾਂ ਸਿੰਘ ਸਭਾ ਦਾ ਲਹਿਰ ਦਾ ਉਹ ਪ੍ਰਭਾਵ ਇੱਥੋਂ ਲੈ ਕੇ ਗਏ ਨੇ ਜਿਹੜੀ ਸਰਦਾਰ ਜਗਜੀਤ ਸਿੰਘ ਨੇ ਸਿੱਖ ਇਨਕਲਾਬ ਲਹਿਰ ਲਹਿਰ ਕਿਤਾਬ ਦੇ ਕਰਤਾ ਉਹਨਾਂ ਨੇ ਸਭ ਤੋਂ ਪਹਿਲਾਂ 1958 ਚ ਗਦਰ ਪਾਰਟੀ ਲਹਿਰ ਕਿਤਾਬ ਲਿਖੀ ਗਦਰ ਪਾਰਟੀ ਦਾ ਆਸਾ ਠੀਕ ਹੈ ਉਹ ਵੀ ਇਹੀ ਗੱਲ ਕਹਿੰਦੇ ਨੇ ਵੀ ਇਥੋਂ ਗਦਰ ਪਾਰਟੀ ਸਿੰਘ ਸਭਾ ਲਹਿਰ ਦਾ ਪ੍ਰਭਾਵ ਲੈ ਗਏ ਜਿਹੜੇ ਇਥੋਂ ਨੇ ਮਾਝੇ ਦੇ ਸਿੱਖ ਸੀਗੇ ਜੀ ਉਹਨਾਂ ਨੇ ਜਾ ਕੇ ਕੈਨੇਡਾ ਚ ਗਏ ਆ ਤਾਂ ਉੱਥੇ ਜਾ ਕੇ ਉਸੇ ਤਰਜ਼ ਤੇ ਉਹਨਾਂ ਨੇ ਖਾਲਸਾ ਸੁਸਾਇਟੀਆਂ ਬਣਾਈਆਂ ਠੀਕ ਹੈ ਤੇ ਖਾਲਸਾ ਦਵਾਨ ਸੁਸਾਇਟੀਆਂ ਬਣਾਈਆਂ ਉਹਦਾ ਨਾਮ ਵੀ ਇਹੀ ਰੱਖੇ ਉਧਰੋਂ ਪੈਸਾ ਇਕੱਠਾ ਕਰਕੇ ਉਹਨੇ ਕਿਹਾ ਵੀ ਇੱਥੇ ਸਕੂਲ ਖੋਲੋ ਵਿਕਸਤ ਕਰੋ ਇੱਥੇ ਉਹਨੇ ਖਾਲਸਾ ਸਕੂਲ ਖੋਲ੍ਹੇ ਕਹਿਰੋਂ ਦੇ ਵਿੱਚ ਖੋਲ੍ਹਿਆ ਹੋਰ ਥਾਮ ਖੋਲ੍ਹਿਆ ਭਾਈ ਤਖਸਿਆਂ ਨੂੰ ਮਦਦ ਭੇਜੀ ਹੁਸ਼ਿਆਰਪੁਰ ਕੋਲੇ ਇੱਕ ਪਿੰਡ ਹੈ ਮੇਰੇ ਨਾਂ ਨਹੀਂ ਆ ਰਿਹਾ ਉਸੇ ਗਦਰੀਆਂ ਦਾ ਮੂੰਹ ਚਾਰ ਪੰਜ ਗਦਰੀਆਂ ਉਥੇ ਸ਼ਹੀਦ ਹੋਏ ਨੇ ਤੇ ਮੀਟਿੰਗਾਂ ਹੁੰਦੀਆਂ ਉਹ ਸਕੂਲ ਅੱਜ ਵੀ ਮੌਜੂਦ ਆ ਤੇ ਅਸੀਂ ਵੀ ਕਿਹਾ ਇਸ ਉਹਦੇ ਇਲਾਕੇ ਨੂੰ ਵੀ ਢਾਣਾ ਦੇ ਉਹ ਤਾਂ ਗਦਰੀਆਂ ਦਿੱਥੇ ਵੱਡੀਆਂ ਮੀਟਿੰਗਾਂ ਹੁੰਦੀਆਂ ਟੋਕੜ 10 ਗਦਰੀਆਂ ਉਥੋਂ ਦੇ ਸ਼ਹੀਦ ਹੋਏ ਨੇ ਇਨੂੰ ਯਾਦਗਾਰ ਰੱਖੋ ਸੋ ਉਸ ਤੋਂ ਬਾਅਦ ਉਹਨਾਂ ਦਾ ਮੰਚ ਤੁਰ ਆਇਆ ਗੁਲਾਮੀ ਦਾ ਸਾਹਸ ਵੀ ਸਿੱਖਾਂ ਦੇ ਕੈਨੇਡਾ ਵਿੱਚ ਚ ਗਏ ਨੇ ਉੱਥੇ ਹੁਣ ਕਈ ਜਿਹੜੇ ਕੰਮ ਡੈਨ ਲਿਖਤਾ ਅਸਲੀ ਕਹੋ ਕਿ ਉਹਨੂੰ ਬਾਹਰਲਾ ਜਿਹੜਾ ਮੁਲਕ ਆ ਉਹਨੂੰ ਦੇਖ ਕੇ ਉਹਦੇ ਮਨ ਚ ਆਜ਼ਾਦੀ ਦੇ ਜਜ਼ਬਾਤ ਪੈਦਾ ਹੋਇਆ ਜੀ ਮੈਂ ਉਸੇ ਉਹਨਾਂ ਦੀ ਜਿਹੜੀ ਲਹਿਰ ਸੀਗੀ ਆ ਗੱਦਰੀਆਂ ਨੂੰ ਜੂਝ ਲਈ ਕਾਮਰੇਡਾਂ ਨਾਲ ਜਾਂ ਲੈਫਟ ਨਾਲ ਹੀ ਕਿਉਂ ਇਹ ਬਾਤ ਜੁੜਿਆ ਜਾਂਦਾ ਉਹ ਤੁਹਾਨੂੰ ਮੈਂ ਦੱਸ ਦਿਆਂਗਾ ਹਾਂਜੀ ਉਹ ਜਦੋਂ ਹੁਣ ਉੱਥੇ ਆਹ ਗੱਲ ਕੀਤੀ ਜਾਂਦੀ ਹੈ ਵੀ ਉੱਥੇ ਦੀ ਮੁਲਕ ਨੂੰ ਯਾਦ ਮੁਲਕ ਦੇਖ ਕੇ ਉਹਨਾਂ ਤੋਂ ਆਜ਼ਾਦੀ ਦਾ ਸਾਹਸ ਜਾਗਿਆ ਹਾਂ ਜੇ ਮੇਰਾ ਸੋਲੋ ਤੇ ਸੀ ਇਹਨਾਂ ਦਾ ਜਦੋਂ ਮੈਂ ਗਦਰ ਦੇ ਮੋਰ ਤੇ ਕੰਮ ਕੀਤਾ ਵੀ ਉੱਥੇ ਤਾਂ ਬੰਗਾਲੀ ਵੀ ਬਹੁਤ ਗਏ ਹੋਏ ਸੀ ਪੰਜਾਬ ਦੇ ਹਿੰਦੂ ਵੀ ਬਹੁਤ ਗਏ ਸੀ ਪਰ ਉਹ ਹਿੰਦੂ ਵਰਗ ਦੇ ਅੰਦਰ ਨਹੀਂ ਇਹ ਗੱਲ ਜੱਗ ਗਿਆ ਉਹਨੂੰ ਦੇਖ ਕੇ ਸਿੱਖਾਂ ਦੇ ਮਨ ਚ ਕਿਉਂ ਜੱਗ ਗਿਆ ਮਾਮਲਾ ਤੇ ਇਹ ਵੀ ਹੈ ਨਾ ਕਿ ਉਹਦੇ ਪਿੱਛੇ ਸਿਕਸ ਸਪਿਰਿਟ ਕੰਮ ਕਰਦਾ ਸਿਕਸ ਸਪਿਰਿਟ ਵੀ ਕੰਮ ਕਰਦੀ ਆ ਤੇ ਸਿੱਖਾਂ ਦੇ ਨਾਲ ਉੱਥੇ ਜਾ ਕੇ ਦਿੱਕਤ ਆ ਗਈ ਜਿਹੜੀ ਇਹਦੇ ਮਤਲਬ ਵਿਜੀਬਲ ਆਈਡੈਂਟੀਟੀ ਆ ਸਰੂਪ ਦੀ ਟੱਗ ਬਣਨ ਦੀ ਇਹਦੇ ਉੱਥੇ ਦਾ ਬਿਤਕਰਾ ਹੁੰਦਾ ਸੀਗਾ ਇਹ ਸਭ ਤੋਂ ਪਹਿਲਾਂ ਨਿਸ਼ਾਨਾ ਬਣਦੇ ਸੀ ਉੱਥੇ ਨਸਲਵਾਦੀ ਕੋਰਿਆਂ ਦਾ ਵੀ ਯਾਰ ਨਮੀ ਜੀਬ ਟੜਾ ਟੜਾ ਰਹੇ ਨੇ ਫਿਰ ਕੰਮ ਇਹਨਾਂ ਚਖਤ ਚਾਨ ਕਰਦੇ ਸੀ ਵੀ ਜਿਹੜੀਆਂ ਉੱਥੇ ਆਰਐਮਐਲ ਵਿੱਚ ਕੰਮ ਕੀਤਾ ਮੈਂ ਕੈਨੇਡਾ ਚ ਦੇਖ ਕੇ ਆਇਆ ਉੱਥੇ ਰੇੜੀਆਂ ਤੇ ਰੱਖ ਕੇ ਜਿਵੇਂ ਪੰਜਾਂ ਵਾਲੀਆਂ ਉਹ ਗੇਲੀਆਂ ਲੈ ਕੇ ਜਾਂਦੇ ਸੀ ਰੇੜ ਕੇ ਹੁਣ ਪਿੰਡਾਂ ਦੇ ਜੱਟ ਜਿਹੜੇ ਜੋ ਸੇ ਸਾਥ ਫੋਟ ਦੇ ਕੱਦ ਉਹ ਕਹਿੰਦੇ ਪਾਸੇ ਖੜਾ ਲੈ ਤੂਰੇ ਕਰ ਕਹਿੰਦਾ ਰੇੜੀ ਦੇ ਮੋਢੇ ਦੇ ਧਰਕੇ ਚੱਕੀ ਵਰਦੇ ਸੀ ਲੋਕਾਂ ਨੂੰ ਗੋਰੇ ਦੇਖਣ ਨੂੰ ਜਰਾ ਕਿੱਥੋਂ ਆ ਗਏ ਇੱਡੀ ਤਕੜੇ ਜਿਹੜੀਆਂ ਮਤਲਬ ਆਰਾ ਦਾ ਚੀਰ ਦੇ ਸੀਗੇ ਚਾਰ-ਚਾਰ ਬੰਦੇ ਸੰਭਾਲਦੇ ਸਨ ਇੱਕ ਗੇਲੀ ਨੂੰ ਭਾਈ ਭਾਗਤ ਸਿੰਘ ਭਿੱਖੀਪਿੰਡ ਜਿਹੜੇ ਕੈਨੇਡਾ ਦੀ ਧਰਤੀ ਤੇ ਸ਼ਹੀਦ ਹੋਏ ਨੇ ਭਿੱਖੀਪਿੰਡ ਦਾ ਪਿੰਡ ਸੀ ਭਾਈ ਭਾਗਤ ਸਿੰਘ ਖਾਲਸਾ ਦਵਾਨ ਸੇਟ ਦੇ ਪਹਿਲੇ ਪ੍ਰਧਾਨ ਬਣੇ ਉਹ ਤੇ ਇੰਨਾ ਜੋਰ ਸੀ ਕਿ ਉਹ ਕੱਲੇ ਚਾਰ ਬੰਦੇ ਜਿਹੜੇ ਗੇਲੀ ਸੰਭਾਲਦੇ ਕੱਲੇ ਹੀ ਚੀਰ ਦਿੰਦੇ ਸੀ ਪਾਛੜ ਜੋ ਇਹ ਗੱਲਾਂ ਉੱਤੇ ਜੋਰ ਸੀ ਉਹਨਾਂ ਨੇ ਲੋਕਾਂ ਦਾ ਧਿਆਨ ਖਿੱਚਿਆ ਜੇ ਧਿਆਨ ਇਸ ਪੱਖੋਂ ਖਿੱਚਣ ਦੀ ਪ੍ਰਸ਼ੰਸਾ ਵੀ ਬਣੀ ਪਰ ਨਾਲ ਦੇ ਨਾਲ ਹੀ ਉਹਨਾਂ ਦਾ ਸਰੂਪ ਨੂੰ ਪ੍ਰੋਬਲਮ ਆਗਿਆ ਵੀ ਯਾਰ ਇਹ ਉਹਨਾਂ ਤੇ ਕੰਡੀਸ਼ਨ ਲਾਤੀਆਂ ਵੀ ਜੇ ਦੇ ਮੁਲਕ ਵਿੱਚ ਰਹਿਣਾ ਕਾਰਖਾਨਾ 'ਚ ਕੰਮ ਕਰਨਾ ਤਾਂ ਤੇ ਟੋਪੀ ਪਾਉ ਰੋਡ ਸੇਫਟੀ ਨਹੀਂ ਗਈ ਇੱਥੇ ਲੋਹੀ ਟੋਪੀ ਪਾਉਂ ਨੂੰ ਦਸਤਾਰ ਤਾਰ ਨਹੀਂ ਪਾਉਗੇ ਫੇਰ ਆਏ ਸੀ ਵੀ ਇੱਥੇ ਡੈਢਗਾ ਤੇ ਰੱਖਣ ਦਾ ਕੀ ਕੰਮ ਹੈ ਤੇ ਬੂਰ ਪੈ ਜਾਂਦਾ ਟਾੜੀਆਂ ਕਟਾਓ ਇਹ ਤਾਂ ਕੰਡੀਸ਼ਨਾਂ ਨੂੰ ਆਂ ਉਸ ਗੱਲ ਤੋਂ ਨਿਕਲੇ ਵੀ ਯਾਰ ਜੇ ਇੱਥੇ ਆਏ ਅਸੀਂ ਰੋਟੀ ਦੇ ਮਾਰੇ ਧੱਕੇ ਖਾਂਦੇ ਜਿਹੜਾ ਮੁਲਕ ਗੁਲਾਮ ਆ ਤਾਂ ਸਾਨੂੰ ਉਥੇ ਸਿੱਖੀ ਸਰੂਪ ਛੜਨਾ ਪਊ ਵੀ ਅਸੀਂ ਮਾਇਆ ਤੋਂ ਅਸੀਂ ਕੀ ਲੈਣਾ ਤੇ ਸਿੱਖੀ ਤੇ ਅਗਰੇ ਕੋਣ ਆਪਣਾ ਮੁਲਕ ਯਾਰ ਕਰਾਈਏ ਪਿੱਛੇ ਸਿੱਖੀ ਗੇੜ ਦਾ ਗੱਲ ਸਪਿਰਟ ਕੰਮ ਕਰਦੇ ਹੋਗੇ ਨਾ ਵੀ ਗੁਰੂ ਸਾਹਿਬ ਨੇ ਗੁਲਾਮੀ ਦੇ ਚਿੱਖ ਦੇ ਅੰਦਰ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਉਹ ਗੁਲਾਮੀ ਨਹੀਂ ਚੱ ਉਸ ਕਰਕੇ ਉਧਰ ਉਧਰ ਗਦਰ ਉਹਨਾਂ ਨੇ ਭਾਵੇਂ ਗਿਣਤੀ ਬੜੀ ਥੋੜੀ ਸੀਗੀ ਲੋਕਾਂ ਵੀ ਕਹਿੰਦੇ ਉਹਦੀ ਚੱਕ ਵਿੱਚ ਕਾਰਵਾਈ ਸੀ ਐਵੇਂ ਮੱਲੋਂ ਤਾਂ ਭੜਕਾਉ ਕਾਰਵਾਈ ਸੀ 8 7000 ਬੰਦਾ ਕਿੱਥੇ ਅੰਗਰੇਜ਼ਾਂ ਨੂੰ ਉਲਟਾ ਦਿੰਦਾ ਇਹ ਸੰਭਵ ਨਹੀਂ ਸੀ ਪਰ ਜਿਹੜੀ ਬਾਬਾ ਸੋਣ ਸੇ ਪਕਣਾ ਕਹਿੰਦੇ ਨੇ ਕਿ ਕੰਜੈਕਟਰ ਸ਼ੇਪ ਅਪ ਹੋਗਾ ਸੀ ਫਸਟ ਵਰਲਡ ਵਾਰ ਲੱਗੀ ਸੀ ਪਿੰਡਾਂ ਦਾ ਨੂੰ ਸੇ ਪਤਾ ਲੱਗਦਾ ਸਾਨੂੰ ਉੱਥੇ ਬੈਠਾ ਕਿ ਉੱਥੇ ਖ਼ਬਰ ਨਿਕਲਦੇ ਸੀ ਪਤਾ ਲੱਗਦਾ ਕਿ ਅੰਗਰੇਜ਼ ਕਸੂਤਾ ਫਸ ਗਿਆ ਸਾਰੇ ਮੋਰਚਾ ਤੇ ਜੋਰਪ ਦੇ ਉਹ ਜਿੱਥੇ ਇੱਥੇ ਸੀ ਉਹਦੀ ਹਾਰ ਹੋ ਰਹੀ ਸੀ ਕਿ ਸਾਨੂੰ ਇਸ ਵੀ ਹੁਣ ਮੌਕਾ ਵਿਜੇਟਿੰਗ ਆਪਣੇ ਦੇਸੀ ਫੌਜਾਂ ਸਿੱਖ ਫੌਜਾਂ ਉੱਤੇ ਖਾਸ ਕਰਕੇ ਪੰਜਾਬ 'ਚ ਬੈਠੇ ਨੇ ਉਹਨਾਂ ਨੂੰ ਜਾ ਕੇ ਆਪਣਾ ਜਿਹਾ ਫੌਜੀ ਬਗਾਵਤ ਕਰਾ ਦਈਏ ਪੰਜਾਬ ਖਾਲੀ ਪਿਆ ਤਾਂ ਉਹ ਪੰਜਾਬ ਤੇ ਕਬਜ਼ਾ ਕਰਕੇ ਉਹ ਜਿਹੜੀ ਮੂਵਮੈਂਟ ਆ ਸਾਰੇ ਦੇਸ਼ ਦੇ ਵਿੱਚ ਫੈਲ ਜਾਵੇ ਤਾਂ ਹੁਣ ਗਿਰਜਿਆਂ ਨੂੰ ਇਸ ਮੌਕੇ ਤੇ ਯਾਦ ਦੇਸ਼ ਨੂੰ ਕਰਾਇਆ ਜਾਂਦਾ ਕੱਢਿਆ ਨਹੀਂ ਸਕਦਾ ਠੀਕ ਹੈ ਕਟੋ ਕਰ ਦਿੱਤੇ ਅੜੇ ਵਿਆ ਕੋਈ ਨਾ ਕੋ ਸਮਝੌਤਾ ਕਰਨਗੇ ਨਾ ਵੀ ਮੁਕੰਮਲ ਜਿਆਦ ਹੋਵੇ ਕੋਈ ਡੋਮਿਨੈਂਟ ਸਟੇਟ ਵਗੈਰਾ ਬਣਾਉਣ ਦਾ ਜਿਆਦੀ ਦੇਣ ਦਾ ਜਾਂ ਕੋਈ ਕਿਸੇ ਨਾ ਕਿਸੇ ਗੱਲ ਤੇ ਵੀ ਕੁਛ ਨਾ ਵੀ ਕਰਨ ਨਾਲੋਂ 네ਗੋਸ਼ੀਏਸ਼ਨ ਧਿਆਨਗੇ ਜਿੱਕੇ ਤਾਂ ਆਉਣਗੇ ਜ਼ਰੂਰ ਪਹਿਲੀ ਗੱਲ ਤੁਹਾਨੂੰ ਇਹੀ ਚੀਜ਼ ਹੈ ਵੀ ਮੁਕੰਮਲ ਜਿਆਦ ਕਰਨ ਲੱਗੇ ਨਾ ਵੀ ਚਲੋ ਮੁਕੰਮਲ ਜਿਆਦ ਹੋਵੇ ਤਾਂ ਵੀ ਕਿਸੇ ਗੱਲ ਤੇ 네ਗੋਸ਼ੀਏਸ਼ਨ ਤਾਂ ਆਉਣਗੇ ਨਾ ਉਹ ਤਾਂ ਗੱਲ ਤਾਂ ਕੁਛ ਇੱਚੀ ਛੁਣਨ ਜਤਨ ਕੀਤਾ ਅੱਠ ਯਾਰ ਬੰਦ ਨੇ ਤੇ ਬਿਲਕੁਲ ਆਪਾਂ ਕਹਿਣਾ ਇਹਨਾਂ ਜਿਹੜੇ ਅਟੈਂਪਟ ਕੀਤੀ ਸਫਲਤਾ ਤੇ ਬਿਲਕੁਲ ਨੇੜੇ ਹੋ ਕੇ ਮੁੜਿਆ ਐਨ ਬੰਨ ਲੈ ਸੋਨ ਨੇ ਜਿਦੋਂ ਵੱਡੀਆਂ ਸੌਣੀਆਂ ਸੀ ਫੌਜੀਆਂ ਹੁੰਦੀਆਂ ਇੱਕ ਫਿਰੋਜ਼ ਜਿੱਥੇ ਉਹਦਾ ਅਸਲਾ ਸੀਗਾ ਸਾਰਾ ਤੇ ਇੱਕ ਵੀ ਅਮੀਰ ਸੌਣੀ ਲਾਹੌਰ ਦੇ ਵਿੱਚ ਉੱਥੇ ਵੱਡਾ ਅਸਲਾ ਸੀਗਾ ਇਹ ਦੋਨਾਂ ਲਈ ਉਹਨੇ ਆਪਣੇ ਬੰਦੇ ਕੰਢ ਲੈ ਸੀ ਅੰਦਰ ਉਹ ਜਿਹੜੇ ਅਸਲੇਖਾਂ ਦੇ ਚਾਬੀਆਂ ਨੂੰ ਮਿਲ ਜਾਣਗੇ ਸੀ ਉੱਥੇ ਨੇ ਹਥਿਆਰ ਛੱਕਨੇ ਸੀਗੇ ਉਹ ਕਬਜ਼ਾ ਕਰਕੇ ਸੌਣੀਆਂ ਤੇ ਉਦੋਂ ਬਰਾਮ ਲੋਕਾਂ ਚ ਆ ਜਾਣਾ ਸੀ ਨੇ ਸਾਰਾ ਬੰਦੋਬਸਤ ਕੀਤਾ ਵਾ ਸੀਗਾ ਵੀ ਕੋੜੇ ਲੈ ਕੇ ਸਾਰਾ ਕੁਝ ਬਿਲਕੁਲ ਬਜਾਦੋ ਵੀ ਅੰਗਰੇਜ਼ਾਂ ਦੇ ਖਿਲਾਫ ਲੋਕਾਂ ਨੇ ਉੱਠਣਾਗਾ ਥਾਰ ਜਰੂ ਦੇਉਂਗੇ ਤੁਹਾਡੇ ਕੋਲ ਥਾਰ ਆਗੇ ਥਾਰਾਂ ਵੱਲੋਂ ਮਾਰ ਖੰਦੇ ਸੀ ਪਰ ਮੌਕਾ ਤੇ ਕੀ ਹੋ ਵੀ ਗਲਾਰੀ ਕਰਨ ਦੇ ਨਾਲ ਕਿਸੇ ਬੰਦੇ ਦੇ ਉਹਨੂੰ ਪਤਾ ਲੱਗਾ ਅੰਗਰੇਜ਼ਾਂ ਉਹਨੇ ਉਸਾਰੇ ਐਸ ਲਿਖਨ ਨੇ ਚਾਬੀਆਂ ਤੋਂ ਖੋਲੀਆਂ ਬੰਦੇ ਬਲ ਤੇ ਕਰ ਬਦਲ ਕਰ ਲੇ। ਉਹ ਟ੍ਰੈਪ ਤੇ ਸਿਰ ਤੇ ਜਾ ਕੇ ਜਿਹੜੀ ਹੈ ਜਿਹੜਾ ਸਾਰਾ ਮਾਈਕਲੋਡ ਵੈਰ ਇੰਡੀਆ ਐਜ ਆਈ ਨੂ ਐਟ ਕਿਤਾਬ ਲਿਖੀ ਆਪਣੀ ਬਾਇਓਗ੍ਰਾਫੀ ਉਹ ਚ ਗੱਲ ਕੀਤੀ ਆ। ਕਹਿੰਦਾ ਵੀ ਉਹ ਟ੍ਰੈਪ ਤੇ ਇੰਨੀ ਸਿਖਰ ਤੇ ਪਹੁੰਚ ਗਈ ਸੀ ਵੀ ਜਦੋਂ ਸੋਚਦੇ ਵਿਕਾਸ ਕਿਤੇ ਜਾ ਰੋ ਕਾਮਯਾਬ ਹੋ ਜਾਂਦੇ ਤਾਂ ਰੁਕ ਜਾਂਦੀ ਹੈ। ਸਾਡਾ ਰਹਿਣੇ ਕੁਛ ਨਹੀਂ ਰੁੱਤੇ। ਉਹ ਵੱਡੀਆਂ ਦੋ ਸੌਣਗਾ ਸੀ ਜਿੱਥੋਂ ਅਸੀਂ ਲੜਨਾ ਸੀ। ਅਸਲਾ ਪੁੱਜਣਾ ਸੀ ਪਰ ਉਹ ਹੀ ਤਾਂ ਨਕਾਬਦੇ ਚਾਗੀਆਂ ਸੀ। ਸਾਡਾ ਕੀ ਬਚਦਾ ਉੱਥੇ? ਸੋ ਇਹ ਸਾਰਾ ਕੁਸੂਆ ਜੀ ਸੋ ਉਹਦੇ ਵਿੱਚ ਲਾਲਾ ਹਰਦੀਾਲ ਉਹਨਾਂ ਦਾ ਕੀ ਰੋਲ ਸੀਗਾ ਉਹ ਲਾਲਾ ਹਰਦੀਾਲ ਦਾ ਰੋਲ ਮੈਂ ਕਈ ਵਾਰੀ ਪਹਿਲਾਂ ਵੀ ਕੀਤਾ ਲਾਲਾ ਹਰਦੀਾਲ ਦਾ ਨਾ ਰੋਲ ਕਿਉਂ ਤਾ ਬੱਡਾ ਨਹੀਂਗਾ ਸਰ 4 ਕਿਹ ਮਹੀਨੇ ਦਾ ਕੰਮ ਆ ਓਕੇ ਉਹ ਵੀ ਉਹਨੂੰ ਗਦਰੀ ਬਾਬੇ ਬਾਬਾ ਸੁਨਸੇ ਉਹ ਸਟੇਨਫੋਰਡ ਜੁਨੀਅਟਸ ਪੜਾਉਂਦਾ ਸੀਗਾ ਓਕੇ ਤੇ ਉਹ ਬਾਬਾ ਸੁਨਸੇ ਪਕਰਨ ਨੂੰ ਪਤਾ ਲੱਗਿਆ ਉਹ ਉੱਥੇ ਕੋਈ ਆਇਆਗਾ ਉਹ ਹਿੰਦੂ ਇਹ ਕਹਿੰਦੇ ਸੀ ਕੋ ਉਹਦੀ ਹਿੰਦੁਸਤਾਨ ਜਾਣ ਨੂੰ ਜੇ ਅਮਰੀਕੀ ਕਹਿੰਦੇ ਆ ਕ੍ਰੈਡਿਟਲ ਨੂੰ ਕ੍ਰੈਡਿਟ ਕਰਨੇ ਅੰਗਰੇਜ਼ਾਂ ਨੂੰ ਅੰਗਰੇਜ਼ ਕਹਿੰਦੇ ਆ ਇੰਗਲੈਂਡ ਉਹ ਸਾਰਾ ਨੂੰ ਹਿੰਦੀ ਕਹੇ ਸ ਵੀ ਹਿੰਦੁਸਤਾਨ ਤੋਂ ਹਿੰਦੀ ਨੇ ਸਾਰੇ ਠੀਕ ਹੈ ਉਹਨੂੰ ਕੋਈ ਬਹੁਤੀ ਇਦਾਂ ਨਹੀਂ ਵੀ ਹਿੰਦੀ ਬੰਗਾਲੀ ਹਿੰਦੀ ਹੋਰ ਅਗਰਾਧਰਾਤੀ ਹਿੰਦੀ ਹੋਰ ਇਹ ਸਾਰਾ ਨੂੰ ਹਿੰਦੂ ਕਹਿੰਦੇ ਜਾਂ ਜੀ ਸੋਨੂੰ ਪਤਾ ਲੱਗਾ ਉਹਥੋਂ ਉਹਨੂੰ ਲੈ ਕੇ ਆਏ ਉਹ ਕੋਸ਼ਿਸ਼ ਉਹਨੇ ਕੀਤੀ ਚਾਰਕ ਮਿੰਨ ਗਦਰ ਖਵਾਰ ਵੀ ਕੱਢਿਆ ਜੀ ਪਰ ਉਹ ਡਰ ਗਿਆ ਤੇ ਕਹਿੰਦਾ ਕਿ ਉਹਦੇ ਅੰਦਰ ਉੱਥੇ ਅੰਗਰੇਜ਼ਾਂ ਨੇ ਇੱਕ ਮੁਕੱਦਮਾ ਛੋਟਾ ਜਿਹਾ ਬਣਾ ਲਿਆ ਵੀ ਨਾਰਕ ਰਕੀਮ ਦਾ ਪ੍ਰਚਾਰ ਕਰਦਾ ਸੀ ਸਪੀਚ ਕਰਦਾ ਉੱਥੇ ਜਮਾਨਤ ਵੀ ਹੋ ਗਈ ਤਾਂ ਪਰ ਉਹਦੇ ਲੱਤਾਂ ਭਾਰਨੇ ਚੱਲੇਗਾ ਜੀ ਉੱਥੋਂ ਉਹ ਬਰ ਪਕੌੜਾ ਹੋ ਗਿਆ ਕਹਿੰਦਾ ਮੈਨੂੰ ਗਦਰੀ ਕੋਈ ਕੱਢ ਜਿਵੇਂ ਉਹ ਰਿਪੋਰਟ ਕਰਤਾ ਵੀ ਉਹਨੂੰ ਫਾਸੀ ਲੱਗੂ ਜਾ ਕੇ ਦੇਖੋ ਕੋਈ ਗੱਡੀ ਗੱਲ ਨਹੀਂ ਸੀ ਜਿਹੜਾ ਰੂਜ਼ਵੈਲਟ ਆ ਰੂਜ਼ਵੈਲਟ ਬਾਅਦ ਚ ਰਾਸ਼ਟਰਪਤੀ ਬਣਿਆ ਰੂਜ਼ਵੈਲਟ ਵਰਗੇ ਵੱਡੇ ਇੰਟੈਲੈਕਚੁਅਲ ਵੱਡੇ ਹੋਰ ਉੱਥੇ ਆਗੇ ਸੀ ਉਹਦੇ ਹੱਕ ਚ ਆਏ ਸੀ ਨਿਤਰੇ ਵਿੱਚ ਸੀ ਵੀ ਯਾਰ ਕੋਈ ਨਹੀਂ ਤਾਂ ਗੱਲ ਕੀ ਆ ਇਹਨਾਂ ਲੋਕਾਂ ਨੂੰ ਇੱਥੇ ਜੀ ਆਜ਼ਾਦੀ ਲੈਣ ਦਾ ਹੱਕ ਆ ਜਿਆਦਾ ਮੁਲਕਾਂ ਅਮਰੀਕਾ ਤੇ ਜਿਵੇਂ ਸਾਡੇ ਸਿੰਕਟਨ ਬਰਕਰ ਜਿਆਦੀ ਦਾ ਸੁਪਨਾ ਲਿਆ ਇਹਨਾਂ ਲੋਕਾਂ ਨੂੰ ਜਿਆਦੀ ਦਾ ਸੁਪਨਾ ਲੈਣ ਦਾ ਹੱਕ ਆ ਰਿਧੇਨੇ ਮੁਲਕ ਦੱਬਿਆ ਹੋਇਆ ਉਹ ਗੱਡੀ ਗੱਲ ਸੀ ਬੱਟੀ ਹਮੈ ਤਾਂ ਖੜੀ ਹੋ ਗਈ ਸੀ ਤੇ ਜੇ ਉੱਥੇ ਗਦਰਖਬਰ ਨੇ ਕੱਟਿਆ ਜਿੰਨਾ ਪ੍ਰਚਾਰ ਕੀਤਾ ਉਹ ਅਮਰੀਕਾ ਦੇ ਸਹਿਮਤੀ ਤੋਂ ਬਿਨਾਂ ਸੀ ਕਿਉਂਕਿ ਆਦਮਲੁੱਕ ਅਸੀਂ ਉੱਥੇ ਉਹਦੀ ਜਾਤੀ ਹੋਰ ਤਰ੍ਹਾਂ ਦੀ ਸੀਗੀ ਸੋ ਭਗੌੜਾ ਹੋ ਗਿਆ ਬਾਅਦ ਤੱਕ ਬਖਰਾ ਬਸ਼ੋਕੜਾ ਵੀ ਉਥੇ ਅੰਗਰੇਜ਼ਾਂ ਨਾਲ ਮਿਲ ਗਿਆ ਉਹ ਜਿਹੜੇ ਹੱਕ ਚ ਪ੍ਰਚਾਰ ਕਰਦਾ ਰਿਹਾ ਉਹਦੇ ਸਾਰਾ ਕੁਝ ਛੱਡ ਛਿੜਾ ਗਿਆ ਦਾਦਾ ਹਰਦੀয়াল ਤੇ ਲਾਲਾ ਲਾਜਪਤ ਰਾਏ ਤੇ ਇਹਨਾਂ ਨੂੰ ਇੰਨਾ ਗਲੋਰੀਫਾਈ ਐਵੇਂ ਕੀਤਾ ਜਾਂਦਾ ਜਿਵੇਂ ਇਹਨਾਂ ਨੇ ਤੇ ਬਹੁਤ ਆਜ਼ਾਦੀ ਵਿੱਚ ਬਹੁਤ ਰੋਲ ਨੇ ਕੀਤਾ ਅ ਅਪਰ ਕਾਸਟ ਜਿਹੜਾ ਜਿਹੜਾ ਦੇਸ਼ ਤੋਂ ਉਹਨਾਂ ਦੇ ਕੋਲ ਸੀਗਾ ਪਹਿਲੇ ਜੀ ਲਾਲਾ ਆਜ਼ਾਦੀ ਤੋਂ ਪਹਿਲਾਂ ਜੀ ਬੇ ਜਿਹੜਾ ਮਤਲਬ ਲਾਲਾ ਲਾਜਪਤ ਰਾਏ ਨੂੰ ਪੰਜਾਬ ਦਾ ਕੇਸਰੀ ਵੀ ਕਿਹਾ ਜਾਂਦਾ ਪੰਜਾਬ ਕੇਸਰੀ ਵੀ ਕਿਹਾ ਜਾਂਦਾ ਜਿਹੜੀ ਹੁਣ ਮੂਵਮੈਂਟ ਸੀ ਕਾਂਗਰਸ ਦੀ ਕੇ ਸਾਰੀ ਉਪਰ ਕਾਸ਼ਟ ਤੇ ਵਪਾਰੀ ਹਿੰਦੂ ਦੇ ਹੱਥ ਅਸੀਂ ਨਾ ਜੀ ਵੀ ਜਮਨਾਲਾਲ ਬਜਾਜ ਵਰਗ ਜਿਹਨਾਂ ਦਾ ਹੁਣੀ ਇੱਕ ਬਜਾਜ ਦੀ ਮੌਤ ਹੋਈ ਆ ਉਹਦਾ ਦਾਦਾ ਜਿਹੜਾ ਜਮਨਾਲਾਲ ਬਜਾਜ ਜੀ 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 ਤੇ ਉਹ ਜਿਨ੍ਹਾਂ ਨੇ ਵੱਡੀਆਂ ਫੈਕਟਰੀਆਂ ਸੀ ਜਿੱਨਾਂ ਸਾਰਾ ਕੁਝ ਵੱਡਾ ਸੀ ਉਹ ਬੰਬੇ ਕਲੱਬ ਬਣਾਇਆ ਵਾ ਸੀ ਇਹ ਮਾਰਵਾੜੀ ਸੀਟਸ ਦੀ ਪੈਸਾ ਇਹੀ ਤਾਂ ਉਹ ਮੂਵਮੈਂਟ ਨੂੰ ਕਾਂਗਰਸ ਦੀ ਨੂੰ ਜਿਹੜੀ ਨੈਸ਼ਨਲ ਮੂਵਮੈਂਟ ਚੱਲ ਰਹੀ ਸੀ ਜਾਤੀ ਦੀ ਉਹ ਫੰਡਿੰਗ ਕਰ ਰਹ ਤੂੰ ਫੰਡਿੰਗ ਕਰ ਰਿਹਾ ਸੀ ਉਹ ਜਿਹੜਾ ਪ੍ਰਕਾਸ਼ਤ ਹਿੰਦੂ ਸੀ ਤੇ ਉਹਨਾਂ ਦੀ ਖਤਰ ਫਿਰ ਨਾਇਕ ਸੀਗੇ ਉਹਨਾਂ ਕੋਲੇ ਮੀਡੀਆ ਸੀਗਾ ਉਹਨਾਂ ਕੋਲੇ ਅਖਬਾਰ ਸੀ ਕਰੋ ਵੱਡੇ ਰਜੀ ਦੇ ਅਖਬਾਰ ਸੀਗੇ ਬੰਗਾਲ ਤੋਂ ਨਿਕਲਦੇ ਸੀ ਬੰਬੇ ਤੋਂ ਨਿਕਲਦੇ ਸੀ ਲਾਹੌਰ ਤੋਂ ਦੇ ਅਖਬਾਰ ਨਿਕਲਦੇ ਸੀਗੇ ਡਾਟਰ ਵੀ ਉਹਨ ਵਰਗਾ ਅਖਬਾਰ ਪੁੰਦੇ ਕਬਜ਼ੇ ਚ ਆ ਗਿਆ ਸੀ ਕਿਉਂਕਿ ਇੱਥੇ ਜਿਹੜੇ ਪਰਮੈਟਰ ਵੀ ਉਹਨ ਦੇ ਜਿਹੜਾ ਸੀਗਾ ਡਾਟਰ ਵੀ ਉਹਨ ਕੋਲਪ ਇਹ ਇੱਕ ਸਿੱਖ ਜਿਹੜਾ ਸੀ ਦਰਿਆਲ ਸਿੰਘ ਮਜੀਠੀਆ ਦਰਿਆਲ ਸਿੰਘ ਮਜੀਠੀਆ ਨੇ ਚਲਾਇਆ ਸੀ ਪਰ ਬਦਕ ਕਰ ਹੁੰਦੀ ਸਾਡੀ ਇਹ ਆ ਉਹ ਸਾਰਾ ਬਰਮੋ ਸਮਾਜੀਆਂ ਦੇ ਕਬਜ਼ੇ ਚ ਆ ਗਿਆ ਅਰਸਮਾਜੀ ਨਾ ਬਰ ਇੱਕ ਹੋਰ ਸਿਰ ਬਰ ਮੌਸਮ ਅੱਜ ਗਿਆ ਅੱਛਾ ਅੱਛਾ ਇਹ ਕਾਰਗਿਆ ਸਮਝਦਾ ਜਾਣਦੇ ਆ ਇੱਕ ਬੰਗਾਲ ਦਾ ਧਰਮਾ ਬਰ ਮੌਸਮ ਅੱਜ ਗਿਆ ਓਕੇ ਉਹਨੂੰ ਬਰ ਮੌਸਮ ਸਮਝ ਕੇ ਕੋਰ ਮਲਟ ਕਰ ਲਿਆ ਉਹ ਸਿੱਖਾਂ ਦੀ ਬਦ ਕਿਸੇ ਨੇ ਵੀ ਸਿੱਖਾਂ ਦਾ ਕੋਈ ਇੰਟੈਲੈਕਚੁਅਲ ਬੱਡਾ ਆਇਆ ਨਹੀਂ ਸੀ ਜਿਵੇਂ ਕਿ ਉਹਨੂੰ ਗਿੱਦਰ ਲੈ ਕੇ ਆਉਂਦਾ ਫਿਰ ਦੁਬਾਰਾ ਸਿੱਖੀ ਦੇ ਵਿਦਿਆਲਿਆਂ ਸਮੀਠੇ ਨੂੰ ਨਹੀਂ ਹੁੰਦਾ ਪਿਹਟਾ ਕਾਜ ਕੀਏ ਨੁਕਸਾਨ ਕੀ ਕਰੀ ਜਾਂਦਾ ਸੋ ਉਹਨੇ ਉਹ ਜਿਹੜੇ ਡਾਟ ਰਿਗੂਨ ਤੇ ਡਿਟਰ ਸੀ ਉਹ ਸਾਰੇ ਬੰਗਾਲੀ ਸੀ ਕਾਲੀ ਜਰਨਲਰ ਕੇ ਹੋਰ ਸਾਰੇ ਠੀਕ ਹੈ ਤੇ ਉਹਨਾਂ ਲਈ ਲਾਲਾ ਲਾਜਪਤਰਾ ਇਹ ਜਿਹੜ ਤੇ ਉਹਨਾਂ ਦੀ ਗੱਲ ਕਰਨਾ ਸੀ ਉਹਨੂੰ ਲਾਲਾ ਲਾਜਪਤਰੇ ਵੀ ਉਹਨੂੰ ਲਾਇਕ ਸੀਗਾ ਤੇ ਉਹਨਾਂ ਲਈ ਲਾਲਾ ਲਾਹਰਦਿਆਲ ਵੀ ਨਾਇਕ ਆ ਉਹ ਬਣਾਉਣਗੇ ਕਿਉਂਕਿ ਜਦ ਤੇ ਹੱਥ 'ਚ ਐਡਾ ਵੱਡਾ ਮੀਡੀਆ ਹੈਗਾ ਤੂੰ ਦੀ ਐਡੀ ਵੱਡੀ ਮੂਵਮੈਂਟ ਚੱਲਦੀ ਆ ਤੇ ਐਡੀ ਵੱਡੀ ਬਹੁ ਗਣਤੀ ਦਨ ਨੂੰ ਹਮੈਤ ਹਾਸਲ ਆ ਜੀ ਉਹ ਨੁਮੈਂਦਗੀ ਕਰ ਰਹੇ ਨੇ ਵੀ ਅਸੀਂ ਹਿੰਦੂਆਂ ਦੇ ਨੁਮੈਂਦੇ ਹਿੰਦੁਸਤਾਨ ਦੀ ਬਦਿੱਤ ਨੁਮੈਂਦੇ ਆ ਪਰ ਨਾਇਕ ਬਣਾਉਣੀਆਂ ਨੇਚਰ ਨਹੀਂ ਹੁੰਦਾ ਉਹ ਆਪਣੇ ਜਿਹੜੇ ਗਦਾਰਾਂ ਨੂੰ ਵੀ ਨਾਇਕ ਬਣਾ ਦਿੰਦੇ ਨੇ ਸਾਰਾ ਕੁਝ ਉਹਦੇ ਹੱਥ 'ਚੋਂ ਤੱਕ ਲੋ ਬਰਤਾਂਤ ਕਰ ਦਿੰਦੇ ਨੇ ਜੀ ਜੀ ਭਗਤ ਸਿੰਘ ਨੇ ਵੀ ਉਹਨੇ ਬਾਤ ਨੈਕ ਬਣਾਇਆ ਹਾਂ ਮੈਂ ਉਸੇ ਤਾਰੀਖਾ ਪਗਤ ਸਿੰਘ ਨੂੰ ਉਹਨਾਂ ਦਾ ਨਾਲ ਕਿਵੇਂ ਇਨਫਲੂਐਂਸ ਹੈ ਕਿਉਂਕਿ ਪਗਤ ਸਿੰਘ ਤੇ ਇੱਕ ਸਿੱਖ ਪਰਿਵਾਰ ਤੋਂ ਸੀਗੇ ਨਹੀਂ ਸਿੱਖ ਪਰਿਵਾਰ ਜਿਹੜਾ ਦਾ ਸੀਗਾ ਨਾ ਪਰਿਵਾਰ ਭਗਤ ਸਿੰਘ ਦਾ ਜੀ ਇਹ ਸਿੱਖੀ ਤੋਂ ਪਾਸੇ ਛੱਡ ਕੇ ਆ ਗਿਆ ਸਮਾਜੀ ਬਣ ਗਿਆ ਸੀ ਠੀਕ ਹੈ ਲਾਹਲਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਮਲੰਦ ਦਾ ਪਿੰਡ ਸੀ ਠੀਕ ਹੈ ਇਹਦਾ ਜਿਹੜਾ ਦਾਦਾ ਸੀ ਅਰਜਨ ਸਿੰਘ ਜੀ ਉਹ ਅਰਜਨ ਸਿੰਘ ਬਹੁਤ ਕਟੜ ਆਰਿਆ ਸਮਾਜੀ ਸੀ ਠੀਕ ਹੈ ਉਹਨੇ ਉਰਦੂ ਦਰਜ ਕਿਤਾਬਾਂ ਚਾ ਵੀ ਲਿਖਿਆ ਠੀਕ ਹੈ ਵੀ ਜਿਹੜੇ ਗੁਰੂ ਸੀਗੇ ਇਹ ਬੇਦਨ ਦੇ ਪੈਰੋਕਾਰ ਸੀ अच्छा ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਰੇ ਉਹਨੇ ਥੋੜੇ ਜੇ ਬੜੇ ਡੈਰੋਗੇਟਰ ਸ਼ਬਦ ਵੀ ਵਰਤੇ ਨੇ ਉਹ ਕਿਤਾਬ ਚ ਦੇ ਬੱਚਾ ਠੀਕ ਹੈ ਠੀਕ ਹੈ ਉਹਨੂੰ ਫਿਰ ਸਿੱਖ ਨੂੰ ਮਹਾਸ਼ਾਰਜਨ ਸਿੰਘ ਕਹਿੰਦੇ ਸੀ ਆਪਣੇ ਆਪ ਨੂੰ ਮਹਾਸ਼ਾਰਜਨ ਸਿੰਘ ਲਿਖਦਾ ਸੀ ਅੱਛਾ ਜਿਵੇਂ ਜੱਗਬੀਨ ਗਰੁੱਪ ਵਾਲਾ ਮਹਾਸ਼ਯ ਲਿਖਦੇ ਨੇ ਆਪਣੇ ਆਪ ਨੂੰ ਹਾਂ ਜੀ ਪਿਆਰ ਗਿਆ ਸਮਾਜ ਚ ਮਹਾਸ਼ਯ ਲਿਖਦੇ ਹੁੰਦੇ ਸੀ ਉਹ ਆਪਣਾ ਨਾਮ ਨਾਲ ਮਹਾਸ਼ਾਰਜਨ ਸਿੰਘ ਲਿਖਦਾ ਸੀਗਾ ਅੱਛਾ ਸਿੰਘ ਤਾਂ ਵੀ ਲਾਦੇ ਸੀ ਹਾਂ ਸਿੰਘ ਤਾਂ ਲਾਉਂਦੇ ਸੀ ਚਲੋ ਅੱਛਾ ਤੇ ਇਹ ਮਹਾਸ਼ਾਰਜਨ ਸਿੰਘ ਉਹਦਾ ਫਿਰ ਦੋ ਜਿਹੜੇ ਵਿਦਵਾਨ ਸੀ ਨਾ ਇੱਕ ਤਾਂ ਗੈਨੀ ਸ਼ੇਰ ਸਿੰਘ ਸੀਗੇ ਉਹਨਾਂ ਨੇ ਕਿਤਾਬ ਲਿਖੀ ਕਾਫਟ ਬਨਾਸ਼ ਉਮ ਅਰਜਨ ਸਿੰਘ ਦਾ ਜਵਾਬ ਦਿੱਤਾ ਉਸ ਸ਼੍ਰੋਮਣੀ ਕਮੇਟੀ ਹੁਣ ਵੀ ਕਿਤਾਬ ਨੂੰ ਛਾਪਦੀ ਹੈ ਫਿਰ ਇੱਕ ਸਾਡੇ ਬਹੁਤ ਹੋਰ ਵੱਡੇ ਸਿੱਖ ਵਿਦਵਾਨ ਹੋਏ ਨੇ ਪੰਜਾਬੀ ਯੂਨੀਵਰਸਿਟੀ ਦੇ ਬੀਸੀਬੀ ਰਹੇ ਨੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਨੇ ਪਾਈ ਸਾਹਿਬ ਪਾਈ ਜੋਧ ਸਿੰਘ ਠੀਕ ਹੈ ਉਹਨਾਂ ਨੇ ਫਿਰ ਉਹਦਾ ਜਵਾਬ ਦਿੱਤਾ ਅਰਜਨ ਸਿੰਘ ਦਾ ਜਿਹੜੀ ਤੂੰ ਗੱਲ ਕਰ ਰਿਹਾ ਹੈ ਨਾ ਗੁਰੂ ਸਾਹਿਬ ਤੇ ਇਲਜ਼ਾਮ ਰਿਹਾ ਬਾਣੀ ਨੂੰ ਝੂਠੀ ਕਰ ਰਿਹਾ ਇਹ ਤੇਰਾ ਬਹੁਤ ਉਹ ਬਾਦਲੀ ਢੰਗ ਨਾਲ ਜਵਾਬ ਦਿੱਤੇ ਨੇ ਠੀਕ ਹੈ ਉਹ ਅਰਜਨ ਸਿੰਘ ਸਮਾਜੀ ਪਿਸ਼ੋਕੜ ਸੀ ਇਹਦਾ ਸਾਰੀ ਆਰਜਨ ਸਿੰਘ ਸਮਾਜ ਦਾ ਸਰਕਲ ਸੀ ਤੇ ਜਿਹੜੇ ਉਹਦੇ ਦੂਜੇ ਬੇਟੇ ਸੀ ਕਿ ਦੋਨੇ ਕਿਸਨ ਸਿੰਘ ਹੋ ਗਿਆ ਸਾਰ ਪੁੱਤਰ ਸੀ ਉਹਦੇ ਹੁਕਮ ਤੰਗ ਹੋ ਗਿਆ ਤੇ ਅਜੀਤ ਸਿੰਘ ਨੂੰ ਜਾਣਦੇ ਸਵਰਨ ਸਿੰਘ ਹੋ ਗਿਆ ਜੀ ਉਹ ਸਾਰੇ ਉਹਨੇ ਆਰਿਆ ਸਮਾਜੀ ਅਨੁਸਾਰ ਇਹਨਾਂ ਨੂੰ ਜਿਵੇਂ ਆਪਣੇ ਢੰਗ ਨਾਲ ਇਹ ਕੋਈ ਜਗੋ ਪਵਿੱਤ ਕਰਦੇ ਨੇ ਜਾਂ ਉਹਨੂੰ ਰਸਮ ਇਹਨਾਂ ਦੀ ਉਹ ਸਾਰਿਆਂ ਦੀ ਹੋਈ ਵੀ ਸੀਗੀ ਠੀਕ ਹੈ ਠੀਕ ਹੈ ਇਹ ਸਾਰੇ ਉਹਨੇ ਆਪਣੇ ਜਿਹੜੇ ਬੱਚੇ ਸੀਗੇ ਭਗਤ ਸਿੰਘ ਨੂੰ ਇਹ ਵੀ ਸਾਰੇ ਉਹਨਾਂ ਨੇ ਆਰਿਆ ਸਮਾਜੀ ਦੀ ਜਿਹੜੀ ਉਹਦੀ ਰਸਮ ਉਹ ਉਹ ਚੰਨ ਪ੍ਰਬੰਚੜੇ ਸੀਗੇ ਬਟ ਇਥੇ ਕਿਹਾ ਜਾਂਦਾ ਭਗਤ ਸਿੰਘ ਨੇ ਤੇ ਕਾਮਰੇ ਉਹ ਸੀਗੇ ਇਥੀਸ ਸੀਗੇ ਉਹਨਾਂ ਨੇ ਕਿਤਾਬ ਵੀ ਲਿਖੀ ਹੈ ਬਾਕੀ ਬਾਤ ਬਾਤ ਬਣ ਕੇ ਪਰ ਇੱਥੇ ਪਸ਼ੋਕਰ ਚ ਉਹਦੀ ਗੱਲ ਕਰਦੇ ਆਂ ਜਦੋਂ ਭਗਤ ਸਿੰਘ ਦੀ ਸ਼ਹਾਦਤ ਹੋਈ ਆ ਹਾਂਜੀ ਤਾਂ ਕੈਨ ਗੁਰਮ ਸਿੰਘ ਮਸਾਫਰ ਲਿਖਦੇ ਨੇ ਕਹਿੰਦਾ ਵੀ ਜਦੋਂ ਦੂਜੇ ਦਿਨ ਸਾਰੇ ਅਖਬਾਰਾਂ ਚ ਬਿਆਨ ਛਪਿਆ ਨਾ ਕਿਸ਼ਨ ਸਿੰਘ ਦਾ ਭਗਤ ਸਿੰਘ ਦੇ ਪਿਤਾ ਦਾ ਤਾਂ ਉਦੋਂ ਲਿਖਿਆ ਸੀ ਵੀ ਮੇਰਾ ਜਿਹੜਾ ਪੁੱਤਰ ਸੀ ਉਹ ਅਰਿਆ ਸਮਾਜ ਦਾ ਸੱਚਾ ਸਬੂਤ ਸੀ ਠੀਕ ਹਾਂ ਤੇ ਉਹ ਅਰਿਆ ਸਮਾਜ ਦੀਆਂ ਕੋਲ ਸਾਰੀ ਪ੍ਰੈਸ ਸੀ ਤੇ ਫਿਰ ਉਹ ਕਿਉਂ ਅਰਿਆ ਸਮਾਜ ਦੇ ਇਲਾਲਾ ਲਾਜ ਪੱਤਰੇ ਸੀਗੇ ਹਿੰਦੂ ਮਹਾਸਭਾ ਦਾ ਠੀਕ ਹੈ ਉਹ ਤਾਂ ਹੀ ਉਹ લાલાજી ਨੂੰ ડਾਂਗਾ મારਿਆ ਗਿਆ ਉਹ ਤੇ છુકાટ ਨੇ ਠੀਕ ਹੈ ਵੇਦੀ બદલા લેਣ ਦੀ ਸੰધાર ਸਮਰતા ਜਿਹੜੇ ਕੋ છોਰਾ ਬਰਤਾਂਦੀ ਝੂਠ ਸੀ ਮੈਂ ਤੇ ਲਾਲਾ ਲਾਜਮਤ ਰਿਸਰਚ ਕਰਕੇ ਪੇਪਰ ਲਿਖਿਆ ਚਾਰਾ ਮੁਰਦ ਸ਼ਹਾਦਤ ਦੀ ਝੂਠੀ ਹੋਰ ਡਾਂਗ ਵੱਜੀ ਨਹੀਂ ਸੀ ਕੋਈ ਉਹ ਤਾਂ ਕੁਦਰਤੀ ਮੌਤ ਮਰੇਗਾ ਬਿਮਾਰੀ ਨਾਲ ਉਹਨੂੰ ਪਲੂਰਸੀ ਦੀ ਬਿਮਾਰੀ ਸੀ ਫੇਫੜਿਆਂ ਚ ਪਾਣੀ ਭਰਨ ਦੀ ਠੀਕ ਹੈ ਜਦੋਂ ਲਾਠੀ ਚਾਰਜ ਹੋਇਆ ਦੁਸਤਾਰਾਂ ਦੇ ਨਾਲ ਬਾਅਦ ਉਸਦੀ ਮੌਤ ਹੋਈ ਆ ਤੇ ਫਿਰ ਪੱਗ ਸਿੰਘ ਨੇ ਜੇ ਉਸ ਬੰਦੇ ਦਾ ਬਦਲਾ ਲੇਤਾ ਜੋ ਉਹਨੂੰ ਕੋਈ ਲਾਠੀ ਵੱਜੀ ਨਹੀਂ ਤੇ ਉਹਨੇ ਕਿਸੇ ਬੰਦੇ ਨੂੰ ਗੋਲੀ ਮਾਰ ਦਿੱਤੀ ਫਿਰ ਉਹਨੂੰ ਇੰਨਾ ਗਲੋਰੀਫਾਈ ਐਜ਼ ਅ ਫਰੀडम ਫਾਈਟਰ ਸ਼ਹੀਦੇ ਆਜ਼ਮ ਇਹ ਕਰਨਾ ਇਹਦੇ ਪਿੱਛੇ ਫਿਰ ਕੀ ਨਜਾਇਜ਼ ਉਹਨੂੰ ਇਹਨਾਂ ਵੀ ਜਿਹੜੀਆਂ ਇਸ ਤਰ੍ਹਾਂ ਦੇ ਹਥਿਆਰਮੰਦ ਲੈ ਰਹੇ ਹੁੰਦੇ ਹਨਾ ਹਾਂਜੀ ਉਹਨੂੰ ਫਿਰ ਇਹ ਹੁੰਦਾ ਪਪੂਲਾਰਿਟੀ ਕਿਵੇਂ ਮਿਲਦੀ ਆ ਉਹ ਪਪੂਲਾਰਿਟੀ ਭਰਦੇ ਹੁੰਦੇ ਆ ਵੀ ਸਾਡਾ ਅਸੀਂ ਆਪਣੀ ਲਹਿਰ ਨੂੰ ਕਿਵੇਂ ਐਡਵਾਂਸ ਕਰਨਾ ਖਾਸ ਕਰਕੇ ਜਿਹੜੇ ਲੈਫਟ ਵਾਲੇ ਨੇ ਉਹ ਕਾਫੀ ਵਰਤੇ ਨੇ ਹਾਲ ਹੀ ਪੰਜਾਬ ਦੇ ਇਲੈਕਸ਼ਨ ਚੱਲ ਰਹੇ ਨੇ ਹਮ ਅਤੇ ਆਮ ਆਦਮੀ ਪਾਰਟੀ ਹੈ ਚਾ ਕੋਈ ਵੀ ਹੈ ਸਾਰੇ ਜਾ ਕੇ ਉੱਥੇ ਮੱਥਾ ਟੇਕਦੇ ਸ਼ਹੀਦੇ ਆਜ਼ਮ ਭਗਤ ਸਿੰਘ ਕਿਉਂ ਨਹੀਂ ਦੇਸ਼ ਦੀ ਆਜ਼ਾਦੀ ਲਈ ਬੜਾ ਕੁਝ ਕੀਤਾ ਜਦੋਂ ਜਦੋਂ ਕੋਈ ਇੱਕਨ ਬਣ ਜਾਂਦਾ ਫਿਰ ਬੰਦਾ ਉਹਨੂੰ ਫਿਰ ਬਾਲਾਪੁਰ ਦੇ ਬਾਰੇ ਜਾਣਕਾਰੀ ਕਰਨ ਦੀ ਲੋੜ ਹੁੰਦੀ ਉਹ ਸਥਾਪਿਤ ਹੋ ਜਾਂਦਾ ਉਹ ਸਥਾਪਿਤ ਹੋ ਗਿਆ ਆਜ਼ਾਦੀ ਦੀ ਵਿੱਚ ਕੁਝ ਕੋਈ ਕੰਟਰੀਬਿਊਸ਼ਨ ਸੀ ਦੇਖੋ ਕੰਟਰੀਬਿਊਸ਼ਨ ਹੈ ਵੀ ਇਹ ਤੱਕ ਇਸ ਗੱਲ ਨੂੰ ਕੋਈ ਮਨ ਕੋ ਨਹੀਂ ਹੁੰਦਾ ਵੀ ਉਹਨੇ ਜਿਹੜੀ ਆਜ਼ਾਦੀ ਦੀ ਲੜਾਈ ਕਹਿ ਲੋ ਉਹ ਤਾਂ ਠੀਕ ਹੀ ਸਾਰੀ ਗੱਲ ਹੈ ਉਹਦੇ ਖਾਤਰ ਨੇ ਪੰਜ ਚੁੱਮੇ ਪੰਜ ਤਰ੍ਹਾਂ ਸੱਚਮੇਆ ਆਪਣੀ ਜਾਨ ਦਿੱਤੀ ਇਹ ਤਾਂ ਬੋਤ ਪੱਡੀ ਗੱਲ ਹੈ ਕੱਲ ਤਾਂ ਕੋਈ ਮੁਨਕਰ ਨਹੀਂ ਹੋ ਸਕਦਾ ਆਜ਼ਾਦੀ ਦੀ ਲੜਾਈ ਦੇ ਬੱਚਿਓ ਦਾ ਮਰਸਤਾ ਇਸ ਵੀ ਦੇਸ਼ ਨੂੰ ਯਾਦ ਕਰਾਉਣਾ ਆਜ਼ਾਦੀ ਦੀ ਲੜਾਈ ਲਈ ਉਹਨੇ ਜਾਨ ਦਿੱਤੀ ਹੈ ਉਹ ਸ਼ੱਕ ਨਹੀਂ ਗਈ ਪਰ ਉਹਦੇ ਬਾਰੇ ਜਰੂਰ ਕਾਰਵੰਨ ਸਿੰਘਾਂ ਜਾਂ ਉਹਦੀ ਕੀ ਐਕਟੀਵਿਟੀ ਕਿਵੇਂ ਸੀਗੀ ਉਹ ਬਹੁਤ ਨੰਗੂਨੇ ਪੱਧਰ ਦੀ ਸੀਗੀ ਜਾਂ ਚੱਕਵੇਂ ਪੱਧਰ ਦੀ ਜਿਵੇਂ ਮਿਸਾਲ ਦੇ ਤੌਰ ਤੇ ਲਾਲਾ ਰਾਜਪਤਰੇ ਹਿਲੇ ਕੋਈ ਉਹ ਤਾਂ ਲਾਠੀ ਚਾਰਜ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਇਹ ਗੱਲ ਬਣਾਤੇ ਵੀ ਲਾਲਾ ਜੀ ਨੇ ਸਰਲਾ ਦੇਵੀ ਆਈ ਉੱਥੇ ਚੌਧਰਾਨੀ ਉੱਥੋਂ ਲਾਹੌਰ ਦੇ ਕਸੀ ਕਸੀਏ ਬਗਾਲਣ ਚੌਧਰੀ ਰਾਮ ਭਜ ਦਤ ਲੀਡਰ ਸੀ ਜੋ ਮੈਂ ਛੋਟਾ ਵਕੀਲ ਹੁੰਦਾ ਤੇ ਉਹਦੇ ਨਾਲ ਉਹ ਵਿਆਹੀ ਹੋਈ ਸੀ ਉਹਨੇ ਇੱਥੇ ਲੈਕਚਰ ਦਿੱਤਾ ਵੀ ਇਹ ਤਾਂ ਬਹੁਤ ਵੱਡੀ ਗੱਲ ਹੋਈ ਹੈ ਲਾਲਾ ਜੀ ਨੂੰ ਐ ਹੋ ਗਿਆ ਬਦਲਾ ਲੈਣਾ ਚਾਹੀਦਾ ਇਹਨਾਂ ਨੂੰ ਵੀ ਆਏ ਸੀ ਵੀ ਜੇ ਅਸੀਂ ਲਾਲਾ ਜੀ ਦਾ ਬਦਲਾ ਲਵਾਂਗੇ ਐਕਸ਼ਨ ਕਰ ਦਾਂਗੇ ਉਹਨੂੰ ਅੰਗਰੇਜ਼ ਨੂੰ ਐਸਪੀ ਸਕਾਟ ਨੂੰ ਮਾਰ ਦਾਂਗੇ ਤਾਂ ਸਾਡੇ ਲਹਿਰ ਬਹੁਤ ਐਡਵਾਂਸ ਹੋ ਜਾਊ ਵੀ ਰਾਤੋਂ ਰਾਤ ਅਸੀਂ ਹੀਰੋ ਬਣ ਜਾਗੇ ਦੁਨੀਆਂ ਬੜੀ ਸਾਡੇ ਮਗਰ ਲੱਗੂ ਸਾਨੂੰ ਬੜੀ ਮਸ਼ਹੂਰੀ ਮਿਲੂ ਤਾਂ ਪਤਾ ਸੱਡਾ ਹੋਇਆ ਹੋਊਗਾ ਤੇ ਉਹਦੇ ਕਰਕੇ ਉਹਨੇ ਐਕਸ਼ਨ ਪਲਾਨ ਕੀਤਾ ਤੇ ਬਾਜਰੋਂ ਕੋਈ ਲਹਿਰ ਉੱਠੀ ਨਾ ਲੋਕਾਂ ਨੇ ਸਹਿਯੋਗ ਨਹੀਂ ਦਿੱਤਾ ਕੋਈ ਲੋਕ ਨਹੀਂ ਤਰੇ ਫਿਰ ਪਾਕ ਸਿੰਘ ਨਰਾਸ਼ ਵੀ ਬਹੁਤ ਹੋਗੇ ਸੀ ਮੇਰ ਬੰਦਾ ਵੀ ਮਾਰਿਆ ਬ੍ਰੈਂਟ ਵੀ ਨਿਕਲੇ ਆ ਭਗੋੜੇ ਹੋਏ ਤਰੇ ਫਿਰਦਿਆਂ ਪਰ ਲਹਿਰ ਐਡਵਾਂਸ ਨਹੀਂ ਹੋਈ ਆਉਟਪੁੱਟ ਕੋਈ ਨਹੀਂ ਮਿਲੀ ਲਹਿਰ ਨੂੰ ਲਹਿਰ ਕੇ ਮੈਂ ਐਡਵਾਂਸ ਹੋ ਬੱਲੇ ਬੱਲੇ ਇੱਕ ਵਾਰੀ ਹੋ ਗਈ ਉਹ ਲੋਕ ਭੁੱਲ ਗਏ ਫਿਰ ਬੱਲੇ ਬੱਲੇ ਭਾਲਦੇ ਸੀ ਕੋਈ ਹੋਰ ਵੱਡਾ ਐਕਸ਼ਨ ਕਰੋ ਬੜੀ ਬੱਲੇ ਬੱਲੇ ਹੋਵੇ ਤੇ ਪਾਕ ਸਿੰਘ ਦੇ ਵਿੱਚ ਹੀਰੋ ਜਿਮੰਦੀ ਬਹੁਤ ਵੱਡੀ ਬੋਕਸੀਗੀ ਮੈਂ ਹੀਰੋ ਬਣਾ ਹਰ ਐਕਸਨ ਦਾ ਹਰ ਬਤਾਤੇ ਮੇਰਾ ਨਥਲ ਜੀ ਤੋਂ ਕਾਮਯਾਬੀ ਹੋਇਆ ਤਾਂ ਹੀ ਉਹ ਸਿੱਧੇ ਜੰਬਣ ਗਿਆ ਉਸ ਤੋਂ ਮੁਕੰਮਲ ਕਾਮਯਾਬ ਹੋ ਗਿਆ ਉਹ ਵਰਚਾਉਂਦਾ ਸੀ ਪਾਰਲੀਮੈਂਟ 'ਚ ਬੰਬ ਛਿਟਾਇਆ ਜਾਵੇ ਹੂੰ ਹੂੰ ਉਹ ਪਾਰਲੀਮੈਂਟ 'ਚੋਂ ਬੰਬ ਛਿਟਣ ਦੀ ਗੱਲ ਉਹ ਜਦੋਂ ਮੀਟਿੰਗ ਹੋਈ ਦਿੱਲੀ ਦੇ ਵਿੱਚ ਇਹਨਾਂ ਜਿਹੜੇ ਕਕੋਰੀ ਕੇਸ ਵਾਲੇ ਸੀ ਸਿੰਘ ਅਸੀ ਚੰਦਰ ਸਿੰਘ ਰਸੇਨ ਜੋ ਜੀ ਇਹ ਉਹਦੇ ਜੁਨੀਅਰ ਸੀ ਚੰਦਰ ਸਿੰਘ ਕਕੋਰੀ ਦੇ ਸੀ ਹੋਏ ਨੇ ਕਕੋਰੀ ਦੇ ਵਿੱਚ ਗੱਡੀ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਉਹਦੇ ਚਾਰ ਪੰਜ ਬੰਦੇ ਅਸਫਾਕ ਉੱਲਾ ਵਗੈਰਾ ਸੀ ਲੋਗੇ ਸੀਗੇ ਹਾਂ ਸਿੰਘਾਂ ਲੱਗੀਆਂ ਚੰਦਰ ਸਿੱਖਰੋਂ ਨੂੰ ਜੌਂਦਾ ਚੋਂ ਬਚਾਇਆ ਸੀ ਜੀ ਚੰਦਰ ਸਿੱਖਰੋਂ ਨੇ ਦੋ ਬੰਦੇ ਨਹੀਂ ਡਾਕਟਰੀ ਲਾਇਆ ਸੀ ਇੱਕ ਬੀਕੇ ਦਾਤ ਜਿਹੜਾ ਨਾਲ ਵਿਆਹ ਇੱਥੇ ਗਿਆ ਇੱਕ ਹੋਰ ਸੀ ਭਗਤ ਸਿੰਘ ਤਾਂ ਨਹੀਂ ਸੋਚੋ ਨਾ ਜਦੋਂ ਭਗਤ ਸਿੰਘ ਨੂੰ ਪਤਾ ਲੱਗਿਆ ਵੀ ਯਾਰ ਮੇਰਾ ਤਾਂ ਨਾ ਨਹੀਂ ਬੰਬ ਛੱਟਣ ਵਾਲਾ ਚ ਪਾਰਲੀਮੈਂਟ ਚ ਹੁਣ ਐਕਸ਼ਨ ਬਹੁਤ ਵੱਡਾ ਹੁਣ ਪਾਰਲੀਮੈਂਟ ਚ ਬੰਬ ਛੱਟਣ ਦਾ ਦੁਨੀਆਂ ਪਰਚ ਦੀ ਹਲਚਲ ਹੋਣੀ ਐ ਤਰਥੱਲੀ ਮਚ ਜਾਣੀ ਐ ਤੇ ਜੇ ਮੇਰਾ ਨਾਂ ਇਹ ਨਾ ਮੇਰੇ ਪੱਲੇ ਕੀ ਰਹਿ ਗਿਆ ਤਾਨੂੰ ਇਹ ਗੱਲ ਕਿੱਥੋਂ ਪਤਾ ਚੱਲੀ ਤੁਹਾਨੂੰ ਇਹ ਹੀਰੋਇਜ਼ਮ ਦੀ ਭੁੱਖ ਸੀ ਤੁਹਾਨੂੰ ਇਹ ਗੱਲ ਕਿਹੜੇ ਉਹ ਸਾਰੀਆਂ ਗੱਲਾਂ ਨੇ ਜਦੋਂ ਅਸੀਂ ਸਟੱਡੀ ਕਰਦੇ ਹਾਂ ਜਦੋਂ ਮਨੋਵਿਗਿਆਨ ਨੂੰ ਦੇਖਦੇ ਹਾਂ ਉਹਦਾ ਕੱਲੇ ਕਲੈਕਸ਼ਨ ਨੂੰ ਕੱਲਾ ਕਲੈਕਸ਼ਨ ਦੇਖਦੇ ਨੇ ਕਿੱਥੇ ਗੱਲ ਹੋ ਗਈ ਮੀਟਿੰਗਾਂ ਦੇ ਪਿਛੋਂ ਫਿਰ ਕੀ ਕਰਦਾ ਵੀ ਫਿਰ ਦੁਬਾਰੇ ਮੀਟਿੰਗ ਬੁਲਾਉਂਦਾ ਵੀ ਨਹੀਂ ਮੈਨੂੰ ਭੇਜੋ ਮੈਨੂੰ ਭੇਜੋ ਮੈਂ ਛੱਟੂ ਬੰਬ ਉਹ ਚੰਦਰ ਸੇਖਰ ਕਹਿੰਦੇ ਤਰੇ ਪਹਿਲੇ ਸਾਂਡਰਸ ਕੇਸ ਬਰੰਟ ਨੇ ਸ਼ਹਿਰ ਜਾਣਾ ਸੰਭਵ ਨਾ ਤੇ ਗ੍ਰਿਫਤਾਰੀ ਹੋ ਜਾ ਤੂੰ ਬਾਹਰ ਰਹਿ ਕੇ ਕੰਮ ਕਰ ਤੂੰ ਲੀਡਰਾਂ ਵਾਲੇ ਹਰਦਾ ਜਾਂ ਹੋਰ ਸੋਚਵਾਨ ਬੰਦਾ ਉਸ ਦਾ ਬੰਬ ਕਿਸੇ ਨੇ ਵੀ ਫੈਂਕਣਾ ਫੋਕਾ ਬੰਬ ਫੈਂਕਣਾ ਆਪਾਂ ਉਹ ਕੋਈ ਵੀ ਛੜਛਾ ਦੱਤ ਜੋ ਬੰਦਰ ਕਾਮਯਾਬ ਅੰਦਰ ਐਂਟਰ ਹੋਣ ਚ ਕਾਮਯਾਬ ਹੋਗੇ ਉਹ ਬੰਬ ਛੁੱਟ ਦੇਣਗੇ ਉੱਥੋਂ ਦੇ ਭੁੱਖ ਲੱਗਦਾ ਨਾ ਪਤਾ ਇਹਨੂੰ ਨਹੀਂ ਮੈਂ ਛੱਟੂ ਫਿਰਨੇ ਕੋਈ ਹੋਰ ਦਲੀਲ ਲਿਆਂਦੀ ਵੀ ਨਹੀਂ ਵੀ ਜਦੋਂ ਬੰਬ ਛੱਟਣ ਤੋਂ ਬਾਅਦ ਸਾਨੂੰ ਗ੍ਰਿਫਤਾਰ ਕਰਨਗੇ ਫਿਰ ਅਸੀਂ ਜਿਹੜੀ ਅਦਾਲਤਾਂ ਸਾਡੇ ਦੇ ਮਕਦਮਾ ਚੱਲੂ ਉਹ ਅਦਾਲਤਾਂ ਦੇ ਵਿੱਚੋਂ ਅਦਾਲਤਾਂ ਨੂੰ ਸੀ ਆਪਣੇ ਪ੍ਰਚਾਰ ਦਾ ਸਾਧਨ ਬਣਾਵਾਂਗੇ ਉਹ ਮੀਟਿੰਗ ਦੇ ਵਿੱਚ ਕੋ ਮੀਟਾਂ ਸਾਰੇ ਕਾਰਵਨ ਜਾਂ ਸ਼ਬਕੀਆਂ ਹੋਣ ਜਾਂ ਸਾਰੇ ਲੇਖ ਸ਼ਪੇ ਹੋਏ ਨੇ ਚੰਦਰਸ਼ਕਰ ਨੇ ਫੇਰ ਵਿਰੋਧ ਕੀਤਾ ਵੀ ਜਿਹੜੀਆਂ ਅਦਾਲਤੀ ਕਾਰਵਨ ਜਾਂ ਬੰਦ ਕਮਰੇ ਚ ਹੋਣੀਆਂ ਅਦਾਲਤੀ ਕਾਰਵੇ ਹੈ ਕੋਈ ਗਰਾਮੀਲਾ ਦਾ ਗਰਾਊਂਡ ਵੀ ਲੱਖਾਂ ਬੰਦੇ ਬੈਠਣਗਾ ਤੂੰ ਲੈਕਚਰ ਦੇਵੇਂਗਾ ਮੈਂ ਗਰਾਊਂਡ ਬਣਾ ਲਈ ਵੀ ਜੇ ਮਲਬ ਅਸੀਂ ਗਰਫਦਾਰ ਤਾਂ ਹੋਣਾ ਹੀ ਆ ਅਖਰ ਕਿ ਕਿਸੇ ਦਿਨ ਪਘੋੜੇ ਬੰਦੇ ਆ ਵੀ ਤੂੰ ਉਹ ਪ੍ਰਚਾਰ ਕਰਨ ਦੀ ਬਜ ਲੋਕਾਂ ਦਾ ਕੰਮ ਕਿਉਂ ਨਹੀਂ ਕਰਦਾ ਮੂਵਮੈਂਟ ਨੂੰ ਐਡਵਾਂਸ ਕਰ ਲੋ ਲੋਕਾਂ ਦਾ ਕੰਮ ਕਰ ਬਿਆਨ ਦੇਣਾ ਕੋਈ ਵੀ ਦੇ ਦੂੰ ਬਿਆਨ ਹੀ ਦੇਣੇ ਆ ਉਹ ਬਿਆਨ ਦਰਜ ਹੋ ਜਾਣੇ ਆ ਕਿੱਡੀ ਕਿਸ ਨੂੰ ਅਖਬਾਰਾਂ ਦੇਣਿਆ ਆਮ ਲੋਕ ਕਤਨੇ ਪੜਨ ਅੰਗਰੇਜ਼ੀ ਦੇ ਅਖਬਾਰ ਨੇ ਕਿੰਨੀ ਗੱਲ ਹੋ ਜੂਗੀ ਇਹਦੇ ਬਾਅਦ ਰੂਏ ਬਜੈਦ ਸੀ ਮੈਂ ਨਹੀਂ ਮੈਂ ਮੈਂ ਛੱਟਣਾ ਹੁਣ ਜਦੋਂ ਸਿਗਰਟ ਜਿੰਦੀ ਭੁੱਖੇ ਦੇਖ ਜਦੋਂ ਅੰਦਰ ਜਾਂਦਾ ਉਹ ਪਹਿਲਾਂ ਉਹ ਹੈਟ ਲੈਂਦਾ ਅੰਗਰੇਜ਼ਾਂ ਵਾਲਾ ਠੀਕ ਹੈ ਚਲੋ ਕਹੀ ਕਹਿੰਦੇ ਜੋ ਤਾਂ ਪਹਿਸ਼ ਬਦਲਣਾ ਪੈਣਾ ਸੀ ਮੈਂ ਕਿਹਾ ਚਲੋ ਤਾਂ ਹੈਟ ਲੈ ਲਿਆ ਫਿਰ ਦੂਜੇ ਨਾਲ ਲਿਆ ਜਿਹੜਾ ਨਾਲ ਉਹ ਬੀਕੇ ਦੱਤ ਕੇ ਬੁਟਕੇਸ਼ਵਰ ਦੱਤਾ ਬੁਟਕੇਸ਼ਵਰ ਤਾਂ ਉਹ ਤਾਂ ਹੈਟ ਚਾਹੀਦਾ ਸੀ ਨਾ ਉਹ ਤਾਂ ਤਾਂ ਹੈਟ ਨੇ ਤਾਂ ਬਿਨਾਂ ਹੈਟ ਤੋਂ ਗਿਆ ਇਨੂੰ ਕੋਨੇ ਪੇਸ ਬਦਲਣਾ ਸੀ ਫਿਰ ਫੋਟੋ ਲਾਉਂਦੇ ਨੇ ਕਿ ਰਾਮਨਾਥ ਫੋਟੋਗ੍ਰਾਫਰ ਕੋਲ ਉਹ ਲਾ ਮੇਰੀ ਫੋਟੋ ਉਹ ਲਾ ਕਿਸੇ ਦੋਸਤ ਕੋਲੇ ਗੋਲ ਕਲਰਾਂ ਦੇ ਜਿਹੜੀ ਆ ਤਿੱਖੇ ਕਲਰ ਆ ਉਹ ਗੋਲ ਹੁੰਦੇ ਕੱਟੇ ਵੇ ਉਹਨੂੰ ਸੈਕਸਪੀਅਰ ਕਲਰ ਕਹਿੰਦੇ ਨੇ ਸੈਕਸਪੀਅਰ ਦੇ ਕੋਡ ਦੇ ਗੋਲ ਕਲਰ ਚੱਲਦੀ ਸੀ ਉਹ ਫੈਸ਼ਨ ਠੀਕ ਹੈ ਉਹ ਕਹੇ ਦੋਸਤੋ ਕਮੀਜ਼ ਮੰਗੀ ਨਾ ਯਾਰ ਮੇਰੀ ਉਹ ਕਲਰ ਨਾਲ ਫੋਟੋ ਆਵੇ ਤੇ ਪੂਰੇ ਤਿਆਰੀ ਚ ਹੁਣ ਜਾਉ ਮੈਂ ਅਗਰਫਦਾਰ ਹੋਣਾ ਅੰਦਰ ਤੇ ਉਹ ਕਲਰ ਵਾਲੀ ਫੋਟੋ ਛਪੇ ਮੇਰੀ ਪੂਰੀ ਚੜਾਈ ਬੱਲੇ ਬੱਲੇ ਚੜਾਈ ਹੋਵੇ ਐਨੋ ਵੀ ਹੱਟ ਪਾਇ ਹੋਵੇ ਉਹ ਕਲ ਰਕਮੀਜ ਪਾਈ ਹੋਵੇ ਤਾਂ ਫੇਰ ਉੱਥੇ ਗੱਲ ਕੀ ਸੀ ਚੰਦਰ ਸਿੰਘ ਇਸ ਗੱਲ ਤੇ ਅਭੀਂਸ ਵੀ ਬਚ ਕੇ ਨਿਕਲੋ ਜਦੋਂ ਤੁਸੀਂ ਸਦੇ ਬੰਬਾ ਛੋਟਦਾ ਐਕਸ਼ਨ ਹੋ ਗਿਆ ਪਰ ਤੇ ਛੱਟ ਤੇ ਕਿਹਨੇ ਕੀਤਾ ਐਕਸ਼ਨ ਪਤਾ ਲੱਗ ਗਿਆ ਬਚ ਕੇ ਨਿਕਲੋ ਉਥੋਂ ਜਦੋਂ ਬਚ ਕੇ ਨਿਕਲ ਝੱਕਦੇ ਆ ਆ ਕੇ ਜੱਥੇਬੰਦ ਚ ਕੰਮ ਕਰੋ ਪਰ ਇਹਨੂੰ ਐਸੇ ਵੀ ਬਚ ਕੇ ਨਿਕਲ ਕੇ ਫਿਰ ਪਹਿਲਾਂ ਕੀ ਕਿਹਦਾ ਪਤਾ ਕੌਣ ਛੱਟ ਗਿਆ ਪੱਲੇ ਕੀ ਰਹਿ ਗਿਆ ਮੇਰੇ ਇਹਨੂੰ ਤੁਸੀਂ ਮੈਂ ਗਲਫਦਰੀ ਦੇਣੀ ਆ ਇੰਤਿਹਾਸ ਵਿੱਚ ਉਥੇ ਡਿਬੇਟ ਚੱਲੀ ਚੰਦਰ ਸਿੱਖ ਤੋਂ ਪਰਵਾਹ ਆ ਉਹਨੇ ਕਹੇ ਮੈਂ ਤਾਂ ਗ੍ਰਿਫਤਾਰੀ ਦੂੰ ਠੀਕ ਹੈ ਠੀਕ ਇਹ ਨੂੰ ਸਮਝ ਗ੍ਰਿਫਤਾਰੀ ਹੋਤੀ ਫਿਰ ਮੇਰਾ ਨਾਂ ਕਿਵੇਂ ਆਊਗਾ ਜੇ ਵਾਂ ਪਾਸੇ ਟਿਕਣ ਦਾ ਦੁਆਰ ਭਗੌੜੇ ਹੋ ਕੇ ਭੱਜ ਗਏ ਕੌਣ ਛੱਟ ਗਿਆ ਕੌਣ ਛੱਟ ਗਿਆ ਕਿਹਨੇ ਛੱਟਿਆ ਗੱਲ ਰਲ ਜੂਗੀ ਅਖਬਾਰਾਂ 'ਚ ਕਿਹਦਾ ਨਾਂ ਆਊਗਾ ਵੀ ਮੇਰਾ ਨਾਂ ਵੀ ਆਵੇ ਮੇਰੀ ਫੋਟੋ ਵੀ ਇਸਾਪੇ ਉਹ ਸਾਰੇ ਜਿਹੜੀ ਕਾਰ ਆ ਉਹ ਮੇਰੇ ਖਾਤੇ 'ਤੇ ਵੀ ਮੈਂ ਛੱਟਿਆ ਤੋ ਚੇ ਕੰਮ ਜਬ ਹੋ ਗਿਆ ਸੋ ਬੱਲੇ ਬਲਤਾਏ ਉਸੇ ਦਿਨ ਫਾਂਸੀ ਕਿਸ ਕੇਸ ਤੇ ਸੀ ਸਕਾਟ ਨੂੰ ਮਾਰਨ ਦੇ ਮਾਰਨ ਦੇ ਕੇਸ ਤੇ ਸੀ ਜੀ ਸੰਡਰਸ ਨੂੰ ਮਾਰਨ ਦੇ ਕੇਸ ਤੇ ਨੂੰ ਫਾਂਸੀ ਹੋਈ ਫਾਂਸੀ ਤੇ ਇਹ ਵੀ ਦੇਸ਼ ਦੇ ਵੀ ਫ੍ਰੀडम ਹੋਦਾ ਪਰ ਸਿਰਫ ਮਾਰਡਰ ਕੇਸ ਤੇ ਫਾਂਸੀ ਹੋਈ ਆ ਜਿਹੜੀ ਇਹੀ ਤੋਂ ਉਲਟਨ ਗਦਰੇ ਬਾਬਾਂ ਦੇ ਜਿਹੜੇ ਮੁਕੱਦਮੇ ਚੱਲੇ ਨੇ ਗਦਰੇ ਬਾਬਾਂ ਤੇ ਮੁਕੱਦਮੇ ਚੱਲੇ ਨੇ ਮਤਲਬ ਬੇਜਿੰਗ ਵਾਰੰਗੇਸ਼ਟ ਕਿੰਗ ਅੰਪੈਰਰ ਠੀਕ ਹੈ ਬਾਦਸ਼ਾਹ ਦੇ ਖਿਲਾਫ ਜੰਗ ਛੇੜਨ ਦੇ ਗੁੰਦ ਨੇ ਬਾਦਸ਼ਾਹ ਦੇ ਖਿਲਾਫ ਜੰਗ ਛੇੜੀ ਆ ਤਾਂ ਨੂੰ ਫਾਂਸੀਆਂ ਲੱਗੀਆਂ ਤਾਂ ਕਾਲੇ ਪਣ ਦਾ ਸਜ਼ਾ ਮਿਲਤੀਆਂ ਇਹਦੇ ਸਿਰਫ ਇੱਕ ਮਾਰਡਰ ਕ੍ਰਾਈਮ ਨਹੀਂ ਸੀ ਸਾ ਮਾਰਡਰ ਕੇਸਾਇ ਤੇ ਉਹ ਚ ਨੂੰ ਫਾਂਸੀ ਦੀ ਸਜ਼ਾ ਹੋਈ ਆ ਜਿਹੜਾ ਮਤਲਬ ਬੰਬ ਸੇਟਣ ਦਾ ਮਕਦਮਾ ਹੋ ਤਾਂ ਥੋੜੀ ਬਹੁਤ 6-7 ਸਾਲ ਦੀ ਸਜ਼ਾ ਹੋ ਗਈ ਸੀ ਜੀ ਬੰਬ ਚਟਿਆ ਕੋ ਬੰਦਾ ਦਾ ਮਾਰਾ ਨੀਪੋਕਾ ਬੰਬ ਸੀ ਜੀ 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 ਉਹ ਚ ਨੂੰ ਸਜ਼ਾ ਹੋਈ ਸੀ ਹੁਣ ਤੁਸੀਂ ਧਿਆਨ ਨਾ ਦੇਖੋ ਜਦੋਂ ਇਹਦੀ ਗੱਲ ਕਰੋਗੇ ਜੀ ਇਹਨਾਂ ਨੂੰ ਫੜ ਕੇ ਦੋਨਾਂ ਨੂੰ ਗ੍ਰਿਫਤਾਰ ਕਰਕੇ ਪਹਾੜ ਕਾਹਿੰਦਾ ਥਾਣਾ ਨੇੜੇ ਪੈਂਦਾ ਸੀ ਪਾਰਲੀਮੈਂਟ ਦੇ ਉੱਥੇ ਲੈ ਜਾਇਆ ਜਾਂਦਾ ਹੁਣ ਪਹਾੜ ਘਾਣੇ ਨੇ ਹੁਣ ਦੋ ਬੰਦੇ ਨੇ ਜਿੰਨੂੰ ਸਾਰਾ ਪਤਾ ਵੀ ਸਾਡਾ ਹੈੱਡ ਕੁਆਟਰ ਕਿੱਥੇ ਲੋਹੌਰ ਦੇ ਵਿੱਚ ਜੀ ਸਾਡਾ ਕਾਨਪੁਰ ਚ ਬੰਦੇ ਕਿੱਥੇ ਆ ਭਗਸੇ ਨੂੰ ਪਤਾ ਸੀ ਨਾ ਤੇ ਇਹਨਾਂ ਨੇ ਚਾਰ ਡਾਂਕਾਂ ਨੇ ਝੱਲ ਲੰਗਾ ਤੇ ਦੂਜੇ ਦਿਨ ਸਾਂ ਪੁਲਿਸ ਨੇ ਸਹੌਰੇ ਲਾਸੁਖਦੇਵ ਤੋਂ ਲੈ ਕੇ ਟੋਟਲ ਬੰਦੇ ਇਕੱਠੇ ਕਰ ਲਏ ਸਾਰੇ ਦੇ ਨਾਮ ਦੇ ਤੇ ਸਾਰੀ ਪਾਰਟੀ ਕਿਨੇ ਫੜਾਈਆ ਫਿਰ ਤਾਂ ਭਗਸੇ ਤੇ ਉਹਨਾਂ ਦੋਨੇ ਫੜੇ ਹਾਂ ਪੁਲਿਸ ਤਾਂ ਸਦਰ ਕਿੱਥੋਂ ਚੱਲਿਆ ਕੱਲਾ ਕੱਲਾ ਖਾਂਤਾ ਵੀ ਤਾਂ ਸਾਰੀ ਗੱਲ ਦੱਸਦੀ ਵੀ ਕਿੱਥੇ ਕਿੱਥੇ ਛੜੇ ਬੰਬ ਫੈਕਟਰੀ ਬਣੀ ਆ ਕਿੱਥੇ ਕਿਥੇ ਬੰਦੇ ਬੈਠਾ ਸੋਹਰਾ ਲੱਕ ਨੂੰ ਮੂਝਤਾ ਠੀਕ ਹੋਣੀ ਤੇ ਅੰਦੰਦਾ ਬਈ ਯਾਰ ਜੇ ਐਡਾ ਬੜਾ ਲਹਿਰ ਦਾ ਨੁਕਸਾਨ ਕਰ ਗਿਆ ਉੱਠੀ ਵੀ ਲਹਿਰ ਸੀ ਉਹ ਸਿਰਫ ਫਿਰ ਥੋਕੀ ਮਸੂਰੀ ਲੈਣ ਦਾ ਕਰਕੇ ਤੇ ਸਾਰੇ ਪਾਰਟੀ ਤਵਾ ਕਰਤੇ ਸਾਰੇ ਬੰਦੇ ਫੜ ਲਏ ਅੱਲਾ ਨੇ ਕੁਛ ਫਾਂਸੀ ਲੈਦੇ ਕੁਛ ਉਹ ਰੇਲਾਂ ਚ ਟੋਣ ਦੇ ਤੋ ਜਿਹੜੀ ਜਥੇਬੰਦੀ ਸੀ 35 30 ਬੰਦਿਆਂ ਦੀ ਜਮਾਖੰਡ ਗਈ ਜਿਹਨੇ ਬੜੇ ਬੋੜ ਵੱਡੀਆਂ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਆਰਮੀ ਆ ਵੱਡਾ ਬਣਾਇਆ ਬਸ ਢਾਂਚਾ ਤੋ ਤਸ ਦੇ ਪੱਤਿਆਂ ਨੂੰ ਫੰਡ ਗਈ ਮੁੜ ਕੋ ਚੱਲੀ ਨਹੀਂ ਉਹ ਅੱਛਾ ਕਾਤਮਾ ਹੋ ਗਿਆ ਇੱਕ ਤੋਂ ਕਲਾਪਖ ਸਿੰਘ ਰਹਿ ਗਿਆ ਇੱਕ ਤੁਸੀਂ ਰਹਿ ਗਿਆ ਬੰਦਾ ਕਿ ਤੁਸੀਂ ਬੰਦੇ ਨੂੰ ਨੁਕਸਾਨ ਕਰਨ ਵਾਲਾ ਕੌਣ ਹੈ ਕਿਸ ਨੇ ਦੇਖਿਆ ਹੀ ਨਹੀਂ ਕੋਈ ਸਟੋਰੀਆਂ ਇਸ ਗੱਲ ਤੇ ਗੱਲ ਹੀ ਨਹੀਂ ਕਰਦਾ ਖੱਬੇ ਪੱਖੀ ਨਹੀਂ ਗੱਲ ਕਰਦੇ ਕੋਈ ਸਾਰੇ ਜਥੇ ਮੇਰੀ ਇਤਵਾ ਕਰਦਾ ਜ਼ਿੰਮੇਵਾਰਤਾ ਪਖ ਸਿੰਘ ਆ ਕਿਉਂਕਿ ਲੈ ਦੇ ਕੇ ਉਹਨਾਂ ਕੋਲ ਇੱਕੋ ਐ ਹੀ ਤੇ ਬਚਦਾ ਫਿਰ ਜਿਹੜਾ ਨੂੰ ਗਲੋਰੀਫਾਈ ਕਰਦੇ ਹਾਂ ਉਹ ਤੁਸੀਂ ਦੇਖੋ ਨੀ ਪੁਲਿਸ ਤੇ ਸੱਦ ਦੇ ਮੋਰ ਫਿਰ ਮੰਨਿਆ ਕੌਣ ਠੀਕ ਲਹਿਰ ਦਾ ਬੇੜਾ ਕਿਨੇ ਬਿਠਾਤਾ ਬੰਦੇ ਕਿਨੇ ਮਰਵਾਤੇ ਇਕ ਤੁਸੀਂ ਆਪਣੀ ਤਕਰੀਰ ਵੀ ਚੈਵੀ ਕਿਹਾ ਸੀ ਕਿ ਉਹ ਪੰਜਾਬੀ ਜ਼ੁਬਾਨ ਦੇ ਖਿਲਾਫ ਸੀਗਾ ਪਗਲ ਇਹ ਕਿੰਨੀ ਕਿ ਸੱਚਾਈ ਹੈ ਪਤਾ ਨਹੀਂ ਕਿ ਪਾਕਿਸਤਾਨ ਦੇ ਲਿਖਤਾ ਕੰਮ ਬਟਨ ਛਾਪੀਆਂ ਹੋ ਜਾਂਨ ਉਸ ਤੋਂ ਤੱਕ ਲੇਖ ਆ ਉਹ ਕੋ ਗਵਾਰਗਾ ਸਮਾਜ ਦਾ ਅਜੰਡਾ ਸੀਗਾ ਠੀਕ ਹੈ ਵੀਡੀ ਪੰਜਾਬੀ ਜ਼ੁਬਾਨ ਆ ਤਾਂ ਮਤਲਬ ਗਵਾਰਾਂ ਦੀ ਜ਼ੁਬਾਨ ਆ ਉਹ ਤਾਂ ਬਿਆਕਰ ਨਹੀਂ ਦਿੱਤਾ ਉਹ ਤਾਂ ਕੁਝ ਵੀ ਨਹੀਂ ਗੀ ਵੀ ਇਹ ਤੱਕ ਦੇਵਨਾਗਰੀ ਲਾਗੂ ਹੋਣੀ ਚਾਹੀਦੀ ਦੇਵ ਦੇਵਨਾਗਰੀ ਜਿਹੜੀ ਪੰਜਾਬ ਦੇ ਵਿੱਚੋਂ ਹੈਗੀ ਆ ਉਹਦਾ ਇਹ ਮਦਈ ਸੀ ਜੀ ਉਹ ਸਾਰੇ ਇਹ ਬੰਦੇ ਨਾ ਆਰਗਿਆ ਸਮਾਜ ਦੀ ਪ੍ਰਸ਼ੋਕਰ ਚੋਂ ਆ ਸੀ ਜਿਹੜੇ 30 35 ਬੰਦੇ ਸੀਗੇ ਠੀਕ ਹੈ ਜਾਈ ਆਰਗਸ ਸਮਾਜੀ ਠੀਕ ਹੈ ਜਾਈ ਆਰਗਸ ਸਮਾਜੀ ਭਗਤ ਸਿੰਘ ਨੂੰ ਪਸ਼ੋਕਰ ਚੋਂ ਆਏ ਨੇ ਠੀਕ ਹੈ ਠੀਕ ਹੈ ਫਿਰ ਦੇਵਨਾਗਰੀ ਲਿਪੀ ਦੀ ਜਿਹੜੀ ਸੀਗੀ ਪਕਾਲਤ ਕਰਦਾ ਸੀ ਇਹ ਹਮਾਇਤ ਕਰਦਾ ਸੀ ਕਿ ਦੇਵਨਾਗਰੀ ਲੱਗੂ ਦੇਵਨਾਗਰੀ ਪੰਜਾਬ ਚ ਲੱਗੂ ਪੰਜਾਬੀ ਗਵਾਰਾ ਆਰਗਸ ਸਮਾਜੀ ਦਾ ਏਜੰਡਾ ਇਹ ਸੀ ਜਦੋਂ ਆਰਗਸ ਸਮਾਜ ਨੇ ਜਦੋਂ ਹੁਣ 1952 ਪਾਰਟਿਕੂਲਰਲੀ ਮੈਂ ਭਗਤ ਸਿੰਘ ਦੀ ਗੱਲ ਕਰ ਰਿਹਾ ਉਹਦਾ ਆਈ ਬਿਲੀਵ ਸੀ ਫਿਰ ਉਹ ਆਰਗਸ ਸਮਾਜੀ ਦਾ ਏਜੰਡਾ ਇਹ ਕਹਾ ਬਤਾ ਰਿਹਾ ਸੀ ਵੀ ਜਿਹੜਾ ਦਾ ਸਿਆਸੀ ਮੈਂਟਰ ਸੀ ਸਿਆਸੀ ਗੁਰੂ ਜਯਾ ਚੰਦ ਵਿਦਿਆਲੰਗ ਦਾ ਪਟਿਆ ਸਾਡੇ ਦੇਖਣ ਵਾਲੇ ਇਹ ਵੀ ਮੰਨਣਗੇ ਤੇ ਇਹਦੀ ਅਕਸਰ ਮੈਂ ਇਥੇ ਤੋਂ ਬਾਅਦ ਚ ਬਣਿਆ ਨਾ ਜਦੋਂ ਪਹਿਲਾਂ ਉਹਦੇ ਲੇਖ ਲਿਖੇ ਨੇ ਜੀ ਇਹ ਪਹਿਲਾਂ ਦੇ ਲੇਖ ਲਿਖੇ ਹੋਏ ਨੇ ਜਦੋਂ ਅਰਗਿਆ ਸਮਾਜ ਦਾ ਇਹ ਲੈਂ ਨਹੀਂ ਸੀ ਵੀ ਅੱਦੇ ਬਨਾਗਰੀ ਪੰਜਾਬ ਦੀ ਹੋਣੀ ਚਾਹੀਦੀ ਆ ਭਾਸ਼ਾ ਇਹ ਪਰਫੈਕਟ ਹੋਵੇ ਆ ਲਿਪੀ ਪੱਖੋਂ ਵਿਆਕਰਣ ਪੱਖੋਂ ਜਦੋਂ ਮਤਲਬ 352 ਤੋਂ ਜਿਆਦਾ ਕਰੋ ਜੀ ਜਦੋਂ ਪਹਿਲੀ ਮਰਦ ਬਸਮਾਰੀ ਹੋਣ ਲੱਗੇ ਇਹ ਜਿਹੜੇ ਅਰਗਿਆ ਸਮਾਜ ਦੀ ਹਿੰਦੂ ਜੀ ਲਾਲਾ ਲਾਜ ਜਗਤ ਰੈਣ ਹੋਗੇ ਯਾਨੀ ਉਹ ਹੀ ਕਹਿਣਾ ਵੀ ਹਿੰਦੀ ਲਗਾਓ ਹਾਂਜੀ ਉਹ ਭਗਤ ਸਿੰਘ ਵਾਲੀ ਲੈਂ ਨਹੀਂ ਚੱਲੀ ਆ ਰਹੀ ਨਾ ਰੋ ਪੰਜਾਬ ਨੂੰ ਦੋ ਪਾਸੇ ਸੂਬਾ ਵੰਡਣ ਦੀ ਗੱਲ ਚੱਲੀ ਐ ਨਾ ਡਿੱਕਾ ਪਾਇ ਨਾ ਜੀ ਇਹ ਤਾਂ ਬੋਲੀ ਹਿੰਦੀ ਆ ਹਿੰਦੀ ਹਿੰਦੂ ਨੂੰ ਕਹਿੰਦੇ ਹਿੰਦੀ ਲਿਖਾਓ ਉਹ ਪਕਸਾਂ ਕਲ ਕੋ ਸਾਰੀ ਯਾਰ ਕਸ ਮਾਇਦੀ ਲੈਣ ਚੱਲੀ ਆ ਰਹੇ ਸੀਗੇ ਠੀਕ ਠੀਕ ਤੁਸੀਂ ਆਪਣੇ ਤਕਰੀਰੀ ਜੀ ਵੀ ਗੱਲ ਕਹੀ ਸੀ ਕਿ ਜਿਹੜੇ ਸਾਡੇ ਸਿੱਖਾਂ ਦੇ ਬੱਚਿਆਂ ਨੂੰ ਇਹਦੇ ਪੈਂਫਲੇਟ ਵੰਡੇ ਜਾਂਦੇ ਨੇ ਉਹ ਇਹ ਸਾਜ਼ਿਸ਼ ਹੈ ਕਿ ਆਨਵਰ ਟਾਈਮ ਤੇ ਸਾਡੇ ਬੱਚਿਆਂ ਨੂੰ ਗਾਤਰੇ ਲਵਾਏ ਜਾਣ ਹਾਂ ਦੇਖੋ ਉਹ ਕੀ ਹੈ ਦੇਖੋ ਗੱਤਰਾ ਪਾਉਣਾ ਚਲੋ ਠੀਕ ਹੈ ਆਪਾਂ ਕਹਿੰਦੇ ਸਿੱਖੀ ਦੀ ਨਿਸ਼ਾਨੀ ਹੈ ਬਰਸੇ ਨਾਲ ਜੁੜਨਾ ਤਾਂ ਕਿ ਸਿੱਖੀ ਵਿਦਵਾਨਾਂ ਨੇ ਤੋੜਨ ਦੀ ਇਹ ਪ੍ਰਕਿਰਿਆ ਹੈ ਹਾਂ ਉਹਨਾਂ ਨੂੰ ਇੱਕ ਪ੍ਰਕਿਰਿਆ ਹੈ ਵੀ ਤੁਸੀਂ ਭੱਗ ਸਕਦੇ ਨਾਸਤਕ ਮੈਂ ਨਾਸਤਕ ਕਿਉਂ ਹੋ ਉਹ ਮੰਨਦੋ ਉਹਨਾਂ ਬ੍ਰੇਨਵਾਸ਼ ਕਰਦੋ ਤੇ ਹੌਸ ਤੇ ਬਰਸੇ ਨਾਲ ਤੋੜ ਦੋ ਸਕੂਲ ਗoing ਸਟੂਡੈਂਟਸ ਦਾ ਹਾਂਜੀ ਸਕੂਲਾਂ ਸਕੂਲਾਂ ਦੇ ਬੱਚਾ ਤਾਂ ਕੁਝ ਪੋਚਾਓ ਜਿਹੜਾ ਕੇ ਬੱਚੇ ਦੀ ਗ੍ਰੋਥ ਹੈ ਜਿਹੜੀ ਉਹਨਾਂ ਹੋਵੇ ਧਰਮ ਨੂੰ ਨੇ ਹੈਗਾ ਆਪਣੇ ਟੰਗਣਾ ਹੈਗਾ ਜੋ ਧਰਮ ਨੂੰ ਚਾਹੁੰਦਾ ਅਬ ਦੇ ਧਰਮ ਨੂੰ ਮੰਨਣ ਦਾ ਉਹਨੂੰ ਹੱਕ ਹੈ ਤਰਮਨ ਦੇ ਹਰ ਤੋਂ ਗੱਲ ਕਰੂਗਾ ਮੈਂ ਕਿ ਬੜਨਾ ਕੀ ਨਹੀਂ ਕਿ ਬੜਨਾ ਪਰ ਜਦੋਂ ਤੁਸੀਂ ਤਾਂ ਬ੍ਰੇਨ ਪਾਸ ਕਰ ਰਹੇ ਹੋ ਸਿਰਫ ਇਹੀ ਕਿਉਂ ਜੇ ਤੁਸੀਂ ਕਹਿੰਦੇ ਜਨਰਲ ਨੌਲੇਜ ਦਾ ਟੈਸਟ ਲੈਣਾ ਬਿਜਨਲ ਨੌਲੇਜ ਕਹਿੰਦਾ ਉਹਦੇ ਲਈ ਸਿੱਖ ਤਾਂ ਆਦੇ ਵੀ ਦੇਖੋ ਭਾਈ ਤਰੂਸਾਂ ਦਾ ਹੀ ਬੰਡੂ ਸਿੱਖਣੇ ਹੋਰ ਸਿੱਧਾ ਕਰੀ ਬਾਬਾ ਬੰਦੇ ਵੀ ਬੰਡੂ ਉਹ ਸਾਰੇ ਨੌਲੇਜ ਦਾ ਟੈਸਟ ਲਾਉਣਾ ਤੇ ਪਾਕਿਸਤਾਨ ਦਾ ਵੀ ਹੋ ਜਾਏ ਠੀਕ ਕੁਐਸਚਨ ਹੋਵੇ ਪਰ ਕੱਲਾ ਭਗਸਨਦੇ ਕਿਉਂ ਸਰਗਾ ਲਿਖਤਾ ਭਗਸਨਦੇ ਤੁਸੀਂ ਵੀ ਜਨਰਲ ਨੌਲੇਜ ਦਾ ਟੈਸਟ ਲੈਣਾ ਜੇ ਪਾਕਿਸਤਾਨ ਲਿਖਤਾਂ ਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ ਤੇ ਇਹਦਾ ਮਤਲਬ ਵੀ ਤੁਸੀਂ ਉਹਨੂੰ ਵਿਰਸੇ ਨਾਲੋਂ ਤੁਹਾਡੇ ਸ ਜਿਹੜੀ ਕਿ ਮੈਂ ਕਹ ਰਿਹਾ ਇੱਕ ਅਪਰਾਧ ਆ ਠੀਕ ਨੇ ਤੁਹਾਨੂੰ ਕੋਈ ਹੱਕ ਨਹੀਂ ਬੱਚਾ ਨੂੰ ਤੁਸੀਂ ਇਤਰਾ ਧਰਮ ਤੇ ਬਿਰਛੇ ਨਾਲੋਂ ਪਾਕਿਸਤਾਨ ਦਾ ਇੰਜੈਕਸ਼ਨ ਲਾ ਕੇ ਤੋੜੋ ਜਿੰਨਾ ਗਲੋਰੀਫਾਈ ਪਗਦਰ ਸਿੰਘ ਨੂੰ ਕੀਤਾ ਜਾਂਦਾ ਕਿ ਉਹਦੇ ਵਿੱਚ ਇਹ ਵੀ ਕਿਵਜਾ ਹੈ ਕਿਉਂਕਿ ਉਹ ਥੋੜਾ ਜਿਆਦਾ ਉਹ ਇਨਸਪਾਇਰ ਕਰਦਾ ਹੈ ਉਹਦੀ ਜਿਹੜੀ ਚੱਕ ਮੀਆਂ ਕਾਰਬੇ ਸੀ ਜਾਂ ਦੂਜਾ ਉਹ ਦੂਜਾ ਉਹ ਇੱਕ ਖਾਸ ਜਾਤੀ ਤੋਂ ਖਾਸ ਕਰ ਜਿਹੜੀ ਜਾੜੀ ਕਾਸ ਤੋਂ ਬਿਲੋਂਗ ਕਰਦਾ ਸੀ ਤਾਂ ਕਰਕੇ ਉਹ ਜਿਆਦਾ ਟ੍ਰੈਕ ਹੁੰਦਾ ਟ੍ਰੈਕ ਕਾਸ ਨਾਲੋਂ ਤਾਂ ਨਿੰਗਾ ਹੈਗਾ ਪਰ ਹੀਰੋ ਜਮ ਦੀ ਜਿਹੜੀ ਹੈਗੀ ਨਾ ਸਿੱਖਾਂ ਦੇ ਵਿੱਚ ਸਿੱਖ ਨੌਜਵਾਨਾਂ ਦੇ ਵਿੱਚ ਹੀਰੋ ਜਿੰਦੀ ਭਾਵਨਾ ਤਾਂ ਹੈਗੀ ਆ ਜਿਹੜੀ ਨੈਕਤਵ ਦੀ ਭਾਵਨਾ ਹੈ ਸਾਡੇ ਦੇ ਵਿੱਚ ਕਿਉਂਕਿ ਉਦਮ ਸਿੰਘ ਨੂੰ ਉਹਨਾਂ ਨੇ ਗਲੋਰੀਫਾਈ ਕੀਤਾ ਜਾਂਦਾ ਜਨ ਇੰਨਾ ਉਦਮ ਸਿੰਘ ਨੂੰ ਗਲੋਰੀਫਾਈ ਨਹੀਂ ਕੀਤਾ ਜਾਂਦਾ ਨਾ ਇਹ ਉਦਮ ਸਿੰਘ ਪਰ ਹੋ ਗਿਆ ਇਹ ਪਹਿਲਾਂ ਉਦੋਂ ਬਾਅਦ ਤੁਹਾਨੂੰ ਬਤਾਇਆ ਵੀ ਆਰਿਆ ਕਾ ਸਮਾਜ ਕੋਲ ਸਾਰਾ ਪ੍ਰੈਸ ਸੀਗਾ ਠੀਕ ਹੈ ਉਹਦੇ ਹਿੰਦੀ ਚ ਵੀ ਖਬਰ ਨਿਕਲਦੀ ਸੀ ਨਾ ਕਰਤਾਰ ਸਿੰਘ ਸਰਾਬੇ ਨੂੰ ਕਿਤਾ ਜਾਂਦਾ ਡੈਟ ਰਿਬਿਊਨ ਪਰ ਕਾ ਅਖਬਾਰ ਨਿਕਲਦਾ ਸੀ ਜਦੋਂ ਫਿਰ ਸ਼ਹੀਦ ਹੋ ਗਿਆ ਉਦੋਂ ਮੂਵਮੈਂਟ ਬਹੁਤ ਕਾਂਗਰਸ ਦੀ ਅਡਵਾਂਸ ਹੋ ਚੁੱਕੀ ਸੀ ਤੇ ਫਿਰ ਉਹਨਾਂ ਨੇ ਉਹਨੂੰ ਹੀਰੋ ਬਣਾ ਕੇ ਪੇਸ਼ ਕਰਨੇ ਸੀਗਾ ਤੇ ਲੋਕਾਂ ਦਾ ਫਿਰ ਇੱਕਨੂੰ ਬਣ ਗਿਆ ਤੇ ਉਹਨਦੀ ਤਾਂ ਨੇਕਤਾ ਦਾ ਦਰਜਾ ਹਾਸਲ ਕਰ ਗਿਆ ਤੇ ਨੌਜਨ ਨੂੰ ਚਾਹੀਦਾ ਹੁੰਦਾ ਵੀ ਯਾਰ ਮੈਂ ਕਿਸੇ ਨੇਕ ਨਾਲ ਆਪਣੇ ਆਪ ਨੂੰ ਆਇਡੈਂਟੀਫਾਈ ਕਰਾਂ ਉਹਦੇ ਬਰਕਰਾਰ ਲੱਗਾਂ ਦੇ ਤੂੰ ਨਾ ਨੇ ਫਿਰ ਨੂੰ ਉਹ ਕੀਤਾ ਪਰ ਇਹਨੂੰ ਨੇਕ ਬਣਾ ਕੇ ਉਹ ਨਿਕਲਦਾ ਕੁਝ ਨਹੀਂ ਪਾਕਿਸਤਾਨ ਚੋਂ ਕੋ ਪਾਕਿਸਤਾਨ ਆਪਰੇ ਕਿਦਾਂ ਇਹ ਸਪਸ਼ਟ ਮੈਂ ਕੀ ਕਰਨਾ ਯਾਦੀ ਦੀ ਗੱਲ ਜਿਉਂ ਕਰਦੇ ਕੋਈ ਤਤ ਨਹੀਂ ਨਿਕਲਦਾ ਤਤ ਨਹੀਂ ਨਿਕਲਦਾ ਕਿਉਂਕਿ ਜਿਹੜੀਆਂ ਗੱਲਾਂ ਕਰ ਚੁੱਕੇ ਕਰਦਾ ਸੀ ਚੱਕਵੇਂ ਆ ਉਹਦਾ ਸਕੋਪ ਸਕੋਪ ਹੀ ਕੋਈ ਨਹੀਂ ਉਹ ਕਾਮਰੇ ਰਾਨੀ ਬੰਦੇ ਉਹਨੂੰ ਸਕੋਪ ਤਾਂ ਮਾਰਦਾ ਅਰਸੇ ਨਹੀਂ ਬੰਬ ਛਿਟੋ ਠੂਠਾ ਕਰੋ ਟੂਟਾ ਵਾਲੇ ਨਹੀਂ ਪੈਂਦੇ ਪਾਕਿਸਤਾਨ ਦਾ ਰਾ ਟੂਟਾ ਵਾਲਾ ਉਹਦੇ ਮੁਕਾਬਲੇ ਜਿਹੜਾ ਉੱਥੋਂ ਨਾ ਜਿਹੜਾ ਤੁਸੀਂ ਹਿਸਟਰੀ ਲਿਖੋਗੇ ਜਾਂ ਹਿਸਟਰੀ ਨੂੰ ਪੜਤਾਲ ਕਰੋਗੇ ਕੰਮ ਨਹੀਂ ਕਰਦੇ ਤਿੰਨ ਇੱਥੇ ਤਾਰਾ ਸਿੰਘ ਨਾ ਗਦਰੀ ਬਾਬਿਆਂ ਦੀ ਸੀ ਗਦਰੀ ਬਾਬਿਆਂ ਨੇ ਆਪਣੇ ਨੂੰ ਘੁਟ ਕਰ ਲਿਆ ਸੀ ਰੂਸ ਚਲੇ ਗਏ ਸੀ ਲੈਨਨ ਵਾਲੀ ਲੈਨ ਤੇ ਸੀ ਉਹ ਆਪਣੇ ਆਪ ਨੂੰ ਕਿਰਤੀ ਕੌਣ ਸੀ ਕਿਰਤੀ ਪਰਚ ਨੂੰ 26 ਚ ਕੱਢਿਆ ਉਹ ਭਰਤੀਆ ਚ ਕਿਤੇ ਇਹ ਵੀ ਕਿਹਾ ਜਾਂਦਾ ਵੀ ਇਹ ਚ ਭਗਤ ਸਿੰਘ ਵੀ ਉਸ ਚ ਥੋੜਾ ਬਹੁਤ ਦੋ ਚਾਰ ਮਹੀਨੇ ਕੰਮ ਕੀਤਾ ਗਦਰੀ ਬੱਬੇ ਨੇ ਆਪਣੇ ਆਪ ਨੂੰ ਰੂਪ ਬਦਲ ਲਿਆ ਸੀ ਨਵੀਂ ਫਾਰਮ ਤੋਂ ਲੈ ਆਏ ਸੀ 1920 ਤੋਂ ਬਾਅਦ ਉਹ ਮਾਰਸ ਵਾਲੇ ਨੇ ਨਵਾਂ ਬਦਲਿਆ ਸੀਗਾ ਰੂਸ ਤੋਂ ਜਾ ਕੇ ਉਹਦਾ ਸਿੱਧੀ ਸਿੱਧੀ ਗੱਲ ਮਠੂਠਾ ਨੇ ਚੱਕਮੀਆਂ ਕਰਵੰਨਾਂ ਨਾਰਕਿਸਟ ਕਰਵੰਨਾਂ ਨੇ ਭਗਤ ਸਿੰਘ ਦਾ ਨਾਰਕਿਮ ਦਾ ਪ੍ਰਭਾਵ ਜਨ ਜੋਰਪ ਦਾ ਠੂਠਾ ਕਰੋ ਤੇ ਮਸ਼ਹੂਰੀ ਕੱਟੋ ਉਹਨੇ ਨਾਰਕਿਮ ਰੱਦ ਕਰਤਾ ਸੀ ਯਾਰ ਜੋਰਪ ਚ ਨਾਰਕਿਮ ਦੀ ਸਪਾਇਆ ਹੋ ਗਿਆ ਸੀ ਲੰਡਨ ਬਾਅਦ ਆ ਗਿਆ ਸੀਗਾ ਉਹਦਾ ਮਤਲਬ ਇਹ ਸਿੱਧਾ ਵੀ ਵੱਡੀਆਂ ਜਨਤਕ ਜਥੇਬੰਦੀਆਂ ਖੜੀਆਂ ਕਰੋ ਵੱਡੀਆਂ ਜਨਤਕ ਲਹਿਰਾਂ ਖੜੀਆਂ ਕਰੋ ਟ੍ਰੇਡ ਜੁਨੀਅਨਾਂ ਬਣਾਓ ਮਸਕੋਵ ਨਕਸ਼ਾ ਨਸ ਬਣਾਓ ਮੇਂ ਦੂਰਸਮਾ ਬਣਾਓ ਤਾਂ ਗਿਆਨ ਦੀ ਦੁਨੀਆ ਬਣਾਓ ਲੋਕਾਂ ਨੂੰ ਚੇਤਨਾ ਕਰੋ ਲੋਕਾਂ ਲਈ ਇਡੀ ਬਡੀ ਵਿਸ਼ਾਲ ਫੌਜ ਖੜੀ ਕਰ ਦੋ ਫਿਰ ਉਹ ਸਾਮਰਾਜੀ ਤਾਕਤ ਨੂੰ ਉਲਟਾ ਦੇਣਾ ਕੱਲਾ ਉਲਟਾਉਣਾ ਹੀ ਨਹੀਂ ਵੀ ਨਾਲ ਫਿਰ ਉਹਦੇ ਬਦਲਾਅ ਸਿਸਟਮ ਕਿਹਦਾ ਲਿਆਉਣਾ ਸੀ ਲੁੱਟ ਖੋਤ ਰਹਿਤ ਸੋਸ਼ਲ ਸੋਚ ਲੈ ਜਮ ਜਿਹੜਾ ਸਰ ਨੂੰ ਕੋ ਜਾਵੇ ਉਹ ਕਰਤਿਬ ਬੈ ਸੀ ਉਹਦਾ ਨਾਲ ਇੱਕ ਆਫੀਸ਼ਲ ਕੰਨਵਿਸਟ ਪਾਰਟੀ ਉਹਨੂੰ ਚੁਪਚੀ ਜ ਬਣੀ ਸੀਪੀਆਈ ਉਹਦਾ ਪਰਮ ਵੀ ਇਹੀ ਸੀ ਦੋਨਾਂ ਦਾ ਦੋਨੇ ਰੂਸ ਤੋਂ ਸਪੈਰ ਸੀ ਦੋਨੇ ਰੂਸ ਤੋਂ ਅਗਵਾਈ ਲੈਂਦੇ ਸੀਗੇ ਇਹ ਤੀਜੀ ਤਰ੍ਹਾਂ ਨਾਰਕੈਸਟਾਂ ਦੀ ਸੀ ਭਗਸੇ ਵਾਲੀ ਠੀਕ ਹੈ ਉਹ ਦੋਨਿਆਂ ਨੂੰ ਉਹਨਾਂ ਨੇ ਸੀ ਕਰਦੇ ਉਹ ਕਹੇ ਤਾਂ ਉਹਨਾਂ ਨੇ ਕਦੇ ਵੀ ਭਗਸੇ ਨੂੰ ਉਹਨ ਨਹੀਂ ਕੀਤਾ ਨਾ ਕਮਿਸਟਾਂ ਨੇ ਨਾ ਕਿੱਤੀ ਬੰਨੇ ਇਹ ਕਿਸੇ ਕੋ ਉਹਨੂੰ ਕਦੇ ਸੀ ਮੈਂ ਤਾਂ ਨਾਰਕੈਸਟ ਇਹ ਤਾਂ ਮੁਢਿਹਰੇ ਵਾਲੇ ਐਕਸ਼ਨ ਨੇ ਮੁੰਡਾ ਪੁਣੇ ਵਾਲੇ ਇਹ ਤਾਂ ਜਦੋਂ ਭਗਸੇ ਨੂੰ ਉਹ 1984 ਤੱਕ ਵੀ ਇਹਨੂੰ ਨਾਰਕੈਸਟ ਕਹਿੰਦੇ ਰਹੇ ਨੇ ਵੀ ਬੰਗਾਲੀਆਂ ਦੇ ਗਰੁੱਪ ਸੀ ਜਰਕਾਉ ਗਰੁੱਪ ਕਿਉਂ ਜਰਕਾਉ ਨਾਰਕੈਸਟ ਨੂੰ ਜਰਕਾਉ ਪਾ ਦਿੱਤਾ ਜਰਕਾਉਣਾ ਕਿਸੇ ਨੂੰ ਇਹ ਤਾਂ ਬਹੁਤ ਬਜਰ ਕਾ ਉਹ ਗਰੁੱਪ ਉਹਨਾਂ ਨੇ ਸੀ ਕਿ ਤੱਕ ਦੇ ਤਾਂ ਬਟੇ ਦਿਨ ਨਹੀਂ ਸੀ ਮਨਉਂਦੇ ਕੋਈ ਹੁਣੇ ਸੀ ਕਰਦੇ gota pakse nu ਇਹ ਤਾਂ ਫਿਰ ਜਦੋਂ 1985 ਤੋਂ ਬਾਅਦ ਜਦੋਂ ਰਜੀਵ ਗਾਂਧੀ ਇੱਥੇ ਆਇਆ ਹ ਹ ਇਨਸਾ ਹਸੈਨੀ ਬੜਾ ਦਿਨ ਬਣਾਇਆ ਬਟੇ ਪਧਰਤੇ ਉੱਥੇ ਵੀ ਉਹਨੂੰ ਸੀ ਦਿਆ ਜਾਮ ਦਰਜਾ ਦਿੱਤਾ ਸੀ ਦਿਆ ਜਾਮ ਪਕਸੇ ਨਾ ਉਹਨਾਂ ਨੂੰ ਵੀ ਸੀ ਬਿਆਰ ਜਿੱਥੇ ਖਾੜ ਕੋਈ ਸੰਤ ਪਿੰਡ ਵਾਲੇ ਨੂੰ ਘਾਟ ਕਰਨੀ ਆ ਤੱਕ ਨਹਿਕਾ ਮਾਰੋ ਠੀਕ ਹੈ ਠੀਕ ਹੈ ਕਾਂਪਟਰ ਨੂੰ ਵੀ ਸੀ ਪਿਲੈਨਰ ਨੂੰ ਛੜ ਤੋਂ ਮਾਰਸ ਨੂੰ ਛੜ ਦੋ ਤੇ ਭਗਤ ਸਿੰਘ ਦੀ ਵਿਚਾਰਧਾਰਾ ਭਗਤ ਸਿੰਘ ਦੀ ਵਿਚਾਰਧਾਰਾ ਇੱਕ ਭਗਤ ਸਿੰਘ ਨੂੰ ਨਾਇਕ ਬਾਰ ਕੇ ਪੇਸ਼ ਕਰੋ ਮੁੱਦੇ ਬਣਾ ਫਿਰ ਆਪਣੀ ਗੱਲ ਚਲੂ ਉਪਰ ਸਟੇਟ ਦਾ ਤੇ ਕਾਂਗਰਸ ਦੇ ਤੱਕ ਸਾਂਝਾ ਨਾਇਕ ਬਣ ਗਿਆ ਭਗਤ ਸਿੰਘ ਤੇ ਭਗਤ ਸਿੰਘ ਨੂੰ ਲਿਆਓ ਇਹਨਾਂ ਦੇ ਮੁਕਾਬਲੇ ਕਿ ਨਹੀਂ ਤਾਂ ਇਹ ਨਾਇਕ ਬਣ ਕੇ ਪੰਜਾਬ ਦੇ ਸਿੱਖ ਖੜਕੂ ਉਹਦੇ ਮੁਕਾਬਲੇ ਨਾਇਕ ਖੜਾ ਕਰੋ ਤੁਹਾਨੂੰ ਨਾਇਕ ਦੇ ਲੋੜਾ ਤੇ ਉਪਰ ਭਗਤ ਸਿੰਘ ਫਿੱਟ ਬੈਠਦਾ ਸੀਗਾ ਤੇ ਭਗਤ ਸਿੰਘ ਉੱਥੋਂ ਨਾਇਕ ਦਾ 58 ਤੋਂ ਬਾਅਦ ਫਿਰ ਚੱਕਣਾ ਸ਼ੁਰੂ ਕੀਤਾ ਫਿਰ ਬੱਚੇ ਬੱਚੇ ਤੱਕ ਪਹੁੰਚਦਾ ਸੋ ਅਪਾ ਜੀ ਮੌਜੂਦਾ ਹਾਲਾਤਾਂ ਵਿੱਚ ਦੇਖੀ ਤੇ ਹੁਣ ਜਿਹੜੇ ਕਾਮਰੇਡ ਨੇ ਇਹਨਾਂ ਦੀ ਹੁਣ ਕੀ ਸਥਿਤੀ ਹੈ ਤੇ ਦੇਖੋ ਇਹ ਕੋਈ ਸਮਾਜਿਕ ਕਤਬੀ ਨਹੀਂ ਜੀ ਆਪਾਂ ਕਹਿੰਨ ਕਿ ਵੀ ਇਨਕਲਾਬ ਲਿਆਉਣਗੇ ਇਨਕਲਾਬ ਤਾਂ ਬਹੁਤ ਦੂਰ ਹੈ ਨੋ ਰੋਟੇ ਦੀ ਨਹੀਂ ਨਾ ਇਨਕਲਾਬ ਦੇ ਅਰਥਾਂ ਦਾ ਪਤਾ ਇਹ ਤਾਂ ਬਹੁਤ ਪੱਕੋ ਗਰੁੱਪਾਂ ਚ ਖੜੇ ਹੋਏ ਨੇ ਪਰ ਉਹਨਾਂ ਜਿਵੇਂ ਚੂਹੇ ਦੇ ਹੱਥ ਚ ਹਲ ਤੇ ਦੀ ਗੰਦੀ ਅਕਸੀ ਪੰਚਾਰੀ ਬਣ ਬੈਠਾ ਇਹਨਾਂ ਦੇ ਹੱਥ ਚ ਜੱਟ ਭਾਈ ਚਰਾ ਆ ਗਿਆ ਮਾਨਗੇ ਦਾ ਉਹਦੇ ਕੋਈ ਬਾਹ ਫੜਨ ਵਾਲਾ ਨਹੀਂ ਸੀ ਇੰਨਾ ਸਾਰਾ ਕੇਂਦਰ ਧਿਆਨ ਉੱਤੇ ਕਰ ਲਿਆ ਕਿਸਾਨੀ ਦੇ ਨਾਤੇ ਨੁਕਸਾਨੀ ਕਿਸਾਨੀ ਉਹਨੂੰ ਸਟੇਟ ਦੀ ਵੀ ਇਹ ਬਣ ਗਈ ਵੀ ਵੱਡੀ ਵੋਟ ਬੈਂਕ ਆ ਉਹਦਾ ਦਬਦਬਾ ਹੋ ਗਿਆ ਕਿਉਂ ਰਾਜ ਉਹਨਾਂ ਦਾ ਆਉਂਦਾਗਾ ਮੁੱਖ ਮੰਤਰੀ ਉਹਨਾਂ ਦਾ ਬਣਦਾ ਉਸ ਭਾਈਚਾਰੇ ਦਾ ਤੇ ਸਾਰੀਆਂ ਸਹੂਲਤਾਂ ਉੱਤੇ ਸਿੱੜਤੀਆਂ ਇਹਦਾ ਨੈਰੇਟਿਵ ਸ਼ਰਤ ਤੇ داری ਉਹ ਬੰਤ ਪਰਵਾਹ ਹੋ ਰਿਹਾ ਇਹ ਖੁਦਕਸ਼ੀਆਂ ਕਰ ਰਿਹਾ ਇਹ ਉਹ ਹੋ ਰਿਹਾ ਤਦੋਂ ਨੇ ਇਹਨੇ ਮੰਗਾਂ ਲਾਉ ਜੀ ਦੀ ਬਿਜਲੀ ਫਰੀ ਦੋ ਮੋਟਰਾਂ ਨੂੰ ਠੀਕ ਉਹ ਬਿਜਲੀ ਉਹ ਹੁਣ ਸਾਨੂੰ ਜਨਮ ਸਿੱਧ ਅਧਿਕਾਰ ਬਣ ਗਿਆ ਵੀ ਨਾ ਕੋਈ ਸਰਕਾਰ ਨੂੰ ਬਦਲ ਸਕੇ ਨਾ ਕੋਈ ਕਟੌਤੀ ਕਰੇ ਉਹ ਲਗ ਨਹੀਂ ਨਾ ਜਿੱਕਰ ਨਹੀਂ ਕਰਦਾ ਐਵੇਂ ਚਲਦੀ ਰਹਿਣਾ ਠੀਕ ਉਹਦੇ ਕਰਜ਼ੇ ਮਾਫੀ ਵਾਲੀਆਂ ਹੋਊਗਾ ਇਹਨਾਂ ਕੋਲੇ ਹੁਣ ਉਹ ਵਰਗ ਇਕ ਆ ਗਿਆ ਠੀਕ ਹੈ ਉਹ ਵਰਗੁਣਕ ਸ਼ਕਤੀ ਚੱਲੀ ਆ ਉਹਦੇ ਕੋਲ ਜ਼ਮੀਨਾਂ ਵੀ ਨੇ ਪੈਸਾ ਵੀ ਨੇ ਸਰਦਾਰੀ ਜਿਹੜਾ 10 ਲੱਖ ਮੱਠਾ ਉਹ ਚੋਂ ਚੱਟ ਪਾਈ ਜਾ ਰਹੀ ਆ ਉਹ ਕੋਈ ਸਿੱਕਸਾਨ ਦੇ ਪੁੱਤ ਉਹ ਫੰਡਿੰਗ ਵੀ ਕਰ ਰਹੇ ਨੇ ਵੀ ਛੱਡਿਆ ਆ ਜਿਹੜਾ ਮੋਰਚਾ ਲੱਗਿਆ ਮੋਰਚੇ ਨੇ ਇਹਨਾਂ ਨੂੰ ਬਹੁਤ ਮੱਲਾ ਮੱਲ ਕਰਤਾ ਠੀਕ ਅਮੀਰ ਬਣ ਕਰੋੜਾ ਰੁਪਏ ਫੰਡ ਆ ਗਏ ਇਹਨਾਂ ਕੋਲੇ ਤੋਂ ਪਹਿਲਾਂ ਇਹ ਮੋਟਰਸਾਈਕਲ ਨਾ ਤੇ ਸੀਗੀ ਹੁਣ ਗੱਡੀਆਂ ਤੇ ਆ ਗਏ ਮਤਲਬ ਸੋਣੇ ਪਰ ਜਿਵੇਂ ਹਸਤਿਆਰ ਦੇ ਦਿੰਦੇ ਨੇ ਲੋ ਜੀ ਜ਼ਗੀਰਦਾਰੀ ਬਦਲਦੀ ਗਈ ਰੂਜ਼ਗਿਨਾਂ ਮਤਲਬ ਕਾਰਪੋਰੇਟ ਨੂੰ ਉਹ ਜੇ ਨਾਰੇ ਫੋਕੇ ਜਿਵੇਂ ਹੁੰਦੇ ਆ ਫੰਡਰ ਕਿਸਮ ਦੇ ਨਾਰੇ ਉਹ ਫੰਡਰ ਜੀ ਕਿਸਮ ਦੇ ਨਾਰੇ ਮਾਰ ਕੇ ਆਪਦਾ ਉਕਰ ਚੱਲੋ ਤੇ ਜਿਵੇਂ ਹੁਣ ਕਹਿੰਦੇ ਵੀ ਅਸੀਂ ਦਾਬੇ ਨਾ ਕਰ ਲਾਂਗੇ ਅਗਰਾਹਾਂ ਵਾਲੇ ਕਹਿੰਦੇ ਨਹੀਂ ਬਸ ਤਾਂ ਹੀ ਲੋਕ ਸੰਘਰਸ਼ ਨਾ ਕਰਾਂਗੇ ਲੋਕ ਸੰਘਰਸ਼ ਜੱਟਾਂ ਨੂੰ ਕਿਸਾਨੀ ਵਾਲਾ ਉਹ ਤਾਂ ਉੱਤੇ ਟੇਕ ਆ ਸਾਰੇ ਮੋਟ ਟੋਟ ਉਹਦੀ ਗਣਤੀ ਚ ਸਿਰਫ ਜੱਟ ਪੈ ਰਹੇ 20% ਆ ਜਿੱਤ ਉਹਨੇ ਟੇਕ ਰੱਖੀ ਹੋਈ ਆ ਤਾਂ ਬਾਕੀ ਅੱਛੇ ਭਾਈ ਪਰਸੈਂਟ ਬਾਕੀ ਬੱਦੀ ਕੀ ਕਰੇ ਉਹਦੇ ਲਈ ਬਦਲ ਕੀ ਪਰ ਉਹ ਮੇਰੇ ਤੋਂ ਨਾ ਮਚਾਰੇ ਉਹ ਕੀ ਕਰਨਾ ਜਿਹਨੂੰ ਸਟੇਟ ਬਦਲਨੀ ਹੈ ਤੁਸੀਂ ਉਹਨਾਂ ਨੂੰ ਸਟੇਟ ਦੀ ਲੋੜ ਨਹੀਂ ਇਸ ਸਟੇਟ ਤੋਂ ਡੰਗ ਨਾ ਕਮ ਉਹ ਕਰਾ ਮੰਗੇ ਤੁਸੀਂ ਉਹ ਗਰਾਹ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਅਜੇ ਜਦੋਂ ਕਿਸਾਨੀ ਮੋਰਚਾ ਚੱਲ ਰਿਹਾ ਸੀ ਤਾਂ ਉਹਨਾਂ ਨੇ ਵਿੱਚ ਇੱਕ ਬੰਦੇ ਨੂੰ ਕਿਹਾ ਤੁਸੀਂ ਇੱਕ ਜਗਾਰਾ ਹੀ ਲਾ ਦੋ ਤੇ ਕਹਿੰਦੇ ਮੈਂ ਜਗਾਰਾ ਜਗਰਾ ਨਹੀਂ ਲਾੰਦਾ ਹੁੰਦਾ ਪੱਗ ਤੇ ਉਹਨਾਂ ਨੇ ਹੀ ਬੰਨੀ ਹੈ ਦਾੜੀ ਉਹਨਾਂ ਨੇ ਹੀ ਰੱਖੀ ਹੈ ਪਰ ਉਹਨੂੰ ਜਗਾਰਾ ਲਾਂਚ ਇਹ ਅਲਰਜੀ ਕਿਉਂ ਹੁੰਦੀ ਹੈ ਨਹੀਂ ਦੇਖੋ ਉਹਨਾਂ ਦਾ ਤਾਂ ਲੈਨ ਹੈ ਨਾ ਪਰ ਜਿਹੜਾ ਜੱਟ ਭਾਈ ਚਾਰੇ ਜ਼ਿਆਦਾਤਰ ਉਹ ਸਿੱਖੀ ਨਾਲ ਜੁੜੇ ਆ ਉਹਨਾਂ ਨੂੰ ਇਹ ਤਾਂ ਉਹਨਾਂ ਨੇ ਕਾਟਰ ਬਣਾ ਲਿਆ ਉਹਨੂੰ ਸਪੱਸ਼ ਉਹਨੂੰ ਆ ਵੀ ਇਹਨੂੰ ਹੌਲੀ ਹੌਲੀ ਦਾ ਬ੍ਰੇਨ ਬਾਸ ਕਿਵੇਂ ਕਰਗੇ ਉਹ ਕੰਮ ਨੂੰ ਚੇਜ ਕਰਨਾ ਉਹਦਾ ਬੇਸ ਇਹ ਬਣ ਗਿਆ ਭਾਈਚਾਰਾ ਜੱਟ ਭਾਈਚਾਰਾ ਜੱਟ ਭਾਈਚਾਰਾ ਬੇਸ ਬਣ ਗਿਆ ਵੱਡੀ ਪੱਧਰ ਤੋਂ ਨਾਲ ਤੁਰੇ ਫਿਰਦਾਗਾ ਤੇ ਇਹਨਾਂ ਦਾ ਬ੍ਰੇਨ ਵਾਸ਼ ਕਰੀਏ ਉਹਨੇ ਬ੍ਰੇਨ ਬਾਸ ਕਿਵੇਂ ਕਰਨਾ ਜੱਗਟ ਕਿਵੇਂ ਕਰਨਾ ਉਹਨੂੰ ਜਿਹੜੇ ਸਿੱਖਣ ਦੇ ਮੁੱਦੇ ਤੇ ਮਸਲੇ ਆ ਉੱਥੋਂ ਕਿਵੇਂ ਦੂਰ ਕਰਨਾ ਓਕੇ ਉਹ ਤਾਂ ਫਿਰ ਉਹਦੀ ਲਾਈਨ ਤਾਂ ਉਹ ਹੀ ਹੈ ਨਾ ਉਹਦੇ ਪਿੱਛੇ ਕੋਈ ਗੁਰਾਹਾਂਗਾ ਗੁਰਾਹਾ ਤਾਂ ਮੈਂ ਪਹਿਲਾਂ ਇੱਕ ਇੰਟਰਵਿਊ ਚ ਕਿਹਾ ਵੀ ਗੁਰਾਹਾ ਤਾਂ ਵਿਚਾਰਾ ਕੁਝ ਵੀ ਨਹੀਂਗਾ ਉਹਰੇ ਪਿੱਛੇ ਤੱਕ ਗਰੁੱਪ ਅਕਸਲਟਾਂ ਦਾ 19576 ਤੋਂ ਚੱਲਿਆ ਹੁੰਦਾ ਇਹ ਲਹਿਰ ਉਹ ਪਰ ਉਹ ਅੱਜ ਵੀ ਉਹ ਭਰਮਪਾਲੀ ਫਰਦ ਬੇ ਹਰਮਨ ਸਟਕ ਲਾ ਲਿਆ ਅਸੀਂ ਹਰਮਨ ਸਟਕ ਲੜਾਂਗੇ ਤਾਂ ਹੀ ਉਹ ਕੋਈ ਝੋਣਾ ਚ ਭਾਗੇ ਨਹੀਂ ਲੈਣਾ ਸੀ ਬਾਈ ਕੱਟ ਗਿਆ ਬਦਲ ਕੀ ਉਹ ਕੁਝ ਨਹੀਂ ਗਾ ਉਹਨਾਂ ਕੋਲੇ ਚਰਪਾ ਪਿੰਡਾਂ ਚ ਰੈਲੀਆਂ ਕਰ ਦੋ ਬਦਲ ਸਾਰੋ ਇਹਨਾਂ ਦਾ ਕਿ ਇਹਨਾਂ ਕੁਝ ਨਹੀਂ ਕਰਨਾ ਪਿਆ ਰੈਲੀਆਂ ਕਰਕੇ ਮਨ ਚਰਚਾ ਕਰ ਲੋ ਚੁਗਾ ਵੀ ਆਪ ਪੋਲਿਟਿਕਸ ਉਤਰੋ ਨਾ ਜੇ ਤਾਂ ਆਪ ਉਤਰੋ ਬਦਲ ਬੂ ਛੱਡ ਆ ਲੈ ਕੇ ਆਇਆ ਬਦਲਾ ਜਨਤ ਅਗਵਾਈ ਕਰੋ ਹੁਣ ਮੈਨੂੰ ਕਿਸੇ ਬੰਦੇ ਨੇ ਗੱਲ ਕੀਤੀ ਕਹਾਂ ਜੀ ਫਿਰ ਜਰੋ ਕਰ ਰਹੇ ਨੇ ਰੈਲੀਆਂ ਲੋਕਾਂ ਕੋਲ ਮੋਰਚਾ ਬਣਾ ਕੇ ਗ੍ਰਾਹਾਂ ਦਾ ਗਰੁੱਪ ਤੱਕ ਲੋਕ ਮੋਰਚਾ ਵੀ ਉਹਦੇ ਜੋ ਪਿੱਛੇ ਗਰੁੱਪ ਗ੍ਰਾਹ ਕਿਸਾਨ ਜੂਨ ਨੂੰ ਚਲਾਉਂਦਾ ਉਹਦਾ ਇੱਕ ਲੋਕ ਮੋਰਚਾ ਹੀ ਬਣਾਇਆ ਵਾ ਜਿੱਥੇ ਬੰਦੀ ਉਹ ਚੱਦਦੇ ਗ੍ਰਾਹਾਂ ਲੀਡਰਸ਼ਿਪ ਵੀ ਆ ਕਹਿੰਦੇ ਉਹ ਫਿਰ ਕਰਨ ਲੱਗੀ ਪ੍ਰਚਾਰ ਹੀ ਕਰ ਸਕਦਾ ਹੈ ਪ੍ਰਚਾਰ ਕਰਕੇ ਥੋੜਾ ਹੁੰਦਾ ਹੁੰਦਾ ਐ ਲੋਕਾਂ ਨੇ ਕਿਤੇ ਬਦਲ ਉਸਾਰ ਨਹੀਂ ਹੁੰਦੇ ਬਦਲ ਉਸਾਰ ਨਹੀਂ ਕਰਦਰਾ ਮੌਜੇ ਤੁੰਗ ਵੀ ਕਹਿੰਦਾ ਸਾਰੇ ਕਹਿੰਦੇ ਫਿਰ ਉਹਦਾ ਗਵਾਹੀ ਕਰਨੇ ਪੈਦੇ ਲੋਕਾਂ ਦੇ ਮੂਰੇ ਲੱਗਣਾ ਪੈਂਦਾ ਫਿਰ ਕਹਿੰਦਾ ਫਾਰਮ ਕੀ ਹੋਏ ਮੈਂ ਕਿਹਾ ਫਾਰਮ ਤਾਂ ਫਿਰ ਇਹ ਸੀ ਜਿੱਥੋਂ ਦਾ 7-800 ਪਿੰਡਾਂ ਦੇ ਬੇਸ ਆਗਰ ਹਾਲ ਦਾ ਉੱਥੇ ਪੋਲਿੰਗ ਬੂਥਾਂ ਲੱਗਣ ਦੇਣ ਫਿਰ ਸਾਰਾ ਨਾ ਕਿਹਨਾਂ ਲੋਕ ਦਾ ਬਦਲਾ ਮੇਰਾ ਜੀ ਅਸੀਂ ਤੁਹਾਡੀ ਗਵਾਹੀ ਕਰਦੇ ਆਂ ਅਸੀਂ ਇੱਥੇ ਕਿਸੇ ਪਾਰਟੀ ਦਾ ਪੋਲਿੰਗ ਬੂਥ ਨਹੀਂ ਪਿੰਡ 'ਚ ਲੱਗਣ ਦੇਵਾਂਗੇ ਮੁਕੰਮਲ ਹੀ ਬਾਈਕਾਟ ਕਰਾਂਗੇ ਜੇ ਤਾਂ ਉਹ ਕਰਾਉਣ ਹੁਣ ਫੋਕੇ ਨਾਲ ਕਾਰੇ ਮਾਰ ਦੋ ਚਾਰ ਬੰਦੇ ਵੀ ਇਕੱਠੇ ਹੋ ਗਏ ਉੱਥੇ ਲੋ ਜੀ ਬਦਲ ਸਾਰਾ ਲੋਕਾਂ ਨੇ ਬਦਲ ਸਾਰ ਨਹੀਂ ਹੁੰਦੇ ਆ ਉਹਦੇ ਖਤਰ ਕੁਰਬਾਨੀਆਂ ਕਰਨੀਆਂ ਆ ਪੈਂਦੀਆਂ ਲੋਕ ਨੂੰ ਗਵਾਈ ਦੇਣੀ ਪੈਂਦੀ ਆ ਕੋਈ ਐਕਸ਼ਨ ਪਲਾਨ ਉਹ ਲਿਖਣਾ ਪੈਂਦਾ ਵੀ ਆ ਸਾਡਾ ਐਕਸ਼ਨ ਪਲਾਨ ਆ ਅੱਜ ਰੈਲੀ ਆ ਅੱਜ ਰੈਲੀ ਆ ਬਟ ਰੈਲੀ ਕਰ ਲੋ 2000 3000 ਬੰਦਾ ਇਕੱਠਾ ਕਰਕੇ ਤੁਰਜੋ ਅਗਵਾਈ ਕਿੱਥੇ ਕਰੋਗੇ ਇਹ ਸਿਸਟਮ ਨੂੰ ਛੱਟ ਕੇ ਮੈਂ ਵਾਰੋਂਗੇ ਲੋਕ ਤਾਂ ਵੋਟਾਂ ਦੇ ਚਾਹ ਕਰਦੇ ਨੇ ਤਾਂ ਵੋਟਾਂ ਪਾਉਣੀਆਂ ਬੋਟ ਤੋਂ ਦੂਰ ਕਿਵੇਂ ਲੈ ਕੇ ਜਾਓਗੇ ਉਹਨੂੰ ਫਿਰ ਛੋਟੇ ਕੋਲ ਆਰਮਾਸਟਰ ਜਾਣ ਆਰਮਾਸਟਰ ਗੱਲ ਤੇ ਪਾਓ ਜਾਨੂੰ ਵਾਈ ਕਾਰਡ ਕਰਾਓ ਮੁਕੰਮਲ ਵੀ ਨਹੀਂ ਅਸੀਂ ਪਿੰਡ ਚ ਪੋਲਿੰਗ ਬੂਥ ਨਹੀਂ ਲੱਗਣ ਦੇਣਾ ਅਸੀਂ ਤੁਹਾਨੂੰ ਖਾਲੀ ਮੋੜਾਂਗੇ ਕੋਈ ਕਰਬਈ ਤਾਂ ਹੁਣ ਸ ਤੱਕ ਲੈਣੀ ਉਹ ਲੈਣੀ ਨੋਨੇ ਉੱਥੋਂ ਪਗੋੜੇ ਨੇ ਉਹਨੂੰ ਪਤਾ ਵੀ ਸੁਖਰੇ ਨਹੀਂ ਜਾਣਾ ਹੁਣ ਆ ਤਾਂ ਮੌਕਾ ਮਿਲ ਗਿਆ ਵੀ ਚਲ ਤੜਕੇ ਗੱਡੀਆਂ ਚੱਕਦੇ ਆ ਤੇਲ ਪਾਉਣ ਨੂੰ ਫੰਡ ਆ ਗਿਆ ਪ੍ਰਚਾਰ ਕਰਕੇ ਆਥਣ ਨੂੰ ਕਰੀ ਆ ਜਾਂਦੇ ਆ ਖੇਤੀਬਾੜੀ ਹੋਈ ਜਾਂਦੀ ਹੈ ਜ਼ਮੀਨਾਂ ਹੈਂਗਾ ਫਸਲਾਂ ਹੋਈ ਜਾਂਦੀਆਂ ਸ਼ੁਗਲ ਬਣ ਕੇ ਨਾ ਹੁੰਦਾ ਭੋਕੇ ਨਰੇ ਮਾਰੀ ਚੱਲੋ ਅਮਲ ਤੇ ਨਾ ਕਰੋ ਕਿਸਾਨੀ ਮੋਰਚੇ ਵਿੱਚ ਵੀ ਜਦੋਂ ਜਿਹੜੇ ਸਿੱਖੀ ਨਿਸ਼ਾਨ ਸਭ ਲੱਗਦੇ ਸੀ ਤੇ ਉਹਦੇ ਵਿੱਚ ਵੀ ਆ ਕਾਫੀ ਉਸ ਨੂੰ ਨਨੂ ਚੁਬਦੇ ਸੀਗੇ ਇਹ ਦੇਖਣ ਨੂੰ ਕਾਫੀ ਕੀ ਹੈ ਚਲੋ ਉਹਦੇ ਬਚਣਾ ਕੋਈ ਕਿ ਗੱਲਾਂ ਸਿੰਨਾ ਹਾਂਜੀ ਉਹਦੇ ਵਿੱਚ ਕਈ ਉਹਦੇ ਨਾਲ ਮੈਂ ਸਹਿਮਤ ਵੀ ਨਹੀਂ ਸੀ ਮੈਂ ਕਹਿੰਦਾ ਵੀ ਜਦੋਂ ਜਦੋਂ ਮੋਰਚਾਗਾ ਹਾਂਜੀ ਪਹਿਲਾਂ ਭਾਵੇਂ ਜੱਟ ਭਾਈ ਚਰਿਆ ਇਕੱਲਾ ਗਿਆ ਪਰ ਬਾਅਦ ਵਿੱਚ ਉਹ ਪੰਜਾਬ ਦੇ ਹੋਰ ਲੋਕ ਵੀ ਸ਼ਾਮਲ ਹੋ ਗਏ ਪੰਜਾਬ ਦਾ ਮੈਂ ਸਾਰ ਨੂੰ ਹੁਣ ਪੰਜਾਬ ਦੀ ਇੱਕ ਪੱਤ ਦਾਤੇ ਲੱਗ ਗਈ ਠੀਕ ਹੈ ਮੁਕੰਮਲ ਪੰਜਾਬ ਦੀ ਪੰਜਾਬ ਹਾਰ ਹੁੰਦੀ ਉਹ ਕਦੇ ਜੱਟ ਭਾਈ ਦਾ ਕਿਸਾਨੀ ਦੀ ਹਾਰ ਨਹੀਂ ਪੰਜਾਬ ਦੀ ਹਾਰ ਹੈ ਮੁਕੰਮਲ ਠੀਕ ਹੈ ਮੋਦੀ ਹੁਣ ਹੀ ਕਾਰਪੋਰੇਟਾਂ ਲਈ ਇੱਕ ਰਾਹ ਖੁੱਲਦਾ ਬੜਾ ਵੱਡਾ ਪੰਜਾਬ ਨੂੰ ਸਾਰਿਆਂ ਨੂੰ ਡਰਣ ਲੱਗੇ ਜੇ ਹਾਰ ਹੁੰਦੀ ਇਹਦੀ ਉਦਲੇ ਸਾਡੇ ਲਈ ਸੀ ਜਿਹੜੀ ਮੇਰੇ ਵੀ ਉੱਥੇ ਆਪਸ਼ਨ ਵਕਰੀ ਸੀਗੀ ਬੀ ਜਦੋਂ ਤੁਹਾਡੇ ਨਾਲ ਯੂਪੀ ਤੇ ਕਿਸਾਨ ਆ ਗਿਆ ਹਰਿਆਣੇ ਦਾ ਆ ਗਿਆ ਜਦੋਂ ਤੁਸ ਨੂੰ ਨਾਲ ਲੈ ਕੇ ਚੱਲਣਾ ਫਿਰ ਤੁਸ ਨੂੰ ਕਈ ਗੱਲਾਂ ਤੋਂ ਪਿੱਛੇ ਹਟਣਾ ਪੈਂਦਾ ਫਿਰ ਤੁਸੀਂ ਨਰੋਲ ਸਿੱਖੀ ਵਾਲੇ ਨਹੀਂ ਕਰ ਸਕਦੇ ਸਟੇਟ ਨੇ ਚਾਹੁੰਦੀ ਸੀ ਵੀ ਤੁਸੀਂ ਨਰੋਲ ਸਿੱਖੀ ਵਾਲੇ ਸਾਰੇ ਇਸ ਗੱਲ ਤੇ ਪਹਿਰਾ ਦੇਵੋ ਤਾਂ ਕਿ ਤੁਹਾਨੂੰ ਯੂਪੀ ਤੇ ਹਰਿਆਣੇ ਨਾਲ ਕਿਸਾਨਾਂ ਨੂੰ ਅਲੱਗ-ਥਲੱਗ ਕਰਕੇ ਕੁੱਟਿਆ ਜਾ ਸਕੇ ਕੱਲਿਆਂ ਨੂੰ ਭਜਾਇਆ ਜਾ ਸਕੇ ਉੱਥੇ ਬੜੀ ਸਟਰੈਂਥ ਦੀ ਲੋੜ ਸੀ ਬੜਾ ਸੋਚ ਸਮਝ ਕੇ ਉਹ ਜਿਹੜਾ ਸਾਰਾ ਕੁਸਚਨ ਨੰਬਰ ਟੈਕਟਿਕਲੀ ਟੰਗ ਨਾ ਲੈਣ ਦੀ ਲੋੜ ਸੀ ਤੇ ਇਕ ਕਾਂ ਪੰਜਾਬੀ ਹੋਣੇ ਕੋ ਕੋ ਮੋਦੀ ਨੂੰ ਭਜਾਇਆ ਉਹਨੇ ਤੇਨ ਕੋ ਨੂੰ ਵਾਪਸ ਲੈਣੇ ਪਏ ਉਹ ਟੈਕਟਿਕਲੀ ਚੱਲ ਰਹੇ ਸੀ ਕਿ ਉੱਥੇ ਬਟ ਉੱਥੇ ਨਹੀਂ ਇਹ ਟੈਕਟਿਕਸ ਹੁੰਦੇ ਨੇ ਕਿ ਟੈਕਟਿਕ ਸਟ੍ਰਗਲ ਤੇ ਮੈਂ ਤਾਂ ਹੁਣ ਇਹ ਜਿਹੜੇ ਬੰਦੇ ਸੀਰੀਜ਼ ਨੂੰ ਕਹਿੰਦੇ ਆ ਉਹ ਨਾੜੀ ਹਨ ਕਿਹੜਾ ਚਟਾ ਇਹ ਬੰਦੇ ਹੜੇ ਹੋਏ ਨੇ ਇਹ ਨਹੀਂ ਗੱਲ ਲੰਬੇ ਸਮੇਂ ਤੋਂ 50 50 ਸਾਲ ਤੋਂ ਹੜੇ ਤੇਜਰਬੇ ਆ ਨੋਕਲੇ ਨਾੜੀ ਪੁਰਾਣੇ ਸ਼ਿਕਾਰ ਨੂੰ ਕੱਲੀ-ਕੱਲੀ ਕੱਲ ਦਾ ਪਤਾ ਜੀ ਵੀ ਜੇ 1 ਇੰਚ ਵੀ ਤੁਰਨਾ ਬੜਾ ਸੰਭਲ ਕੇ ਪੈਰ ਧਰਨਾ ਪਊ ਸਾਨੂੰ ਅਸੀਂ ਹਮੈਤ ਕਿੰਨੀ ਜੇ ਬੰਦੇ ਨੇ ਇੰਟਰਨੈਸ਼ਨਲ ਪੱਤੇ ਹਮੈਤ ਲਈਏ ਇਹਨਾਂ ਨੇ ਰਿਹਾਨਾ ਵਰਗੀਆਂ ਰਿਜਾ ਹੋਰਾ ਉਹਨਾਂ ਦੀ ਫਾਰਮਸੀ ਵੀ ਸਾਂਤ ਮੀਂ ਟੰਗਣਾ ਕਿਹਨੇ ਕਰਕੇ ਜਿੱਤ ਹੋਈ ਆ ਜੇ ਚੱਕਵੇਂ ਕਰਵੇ ਇੱਕ ਵੀ ਸਾਰੇ ਮੋਰਚੇ ਨੂੰ ਖੜਾ ਆਂਦੇ ਤੇ ਚੱਕਵੇਂ ਕਰਵੇ ਬਰੱਢੀ ਜਾਂਦਾ ਉਹਨਾਂ ਨੂੰ ਇਹ ਕਿਹਾ ਜਾਂਦਾ ਮੋਰਚੇ ਵਿੱਚ ਆਰਗੇਨਾਈਜ਼ੇਸ਼ਨਲ ਸਕਿੱਲ ਸੀਗੇ ਲੈਫਟ ਸੀਗੇ ਪਰ ਸਪਿਰਟ ਕੰਮ ਕਰਦਾ ਸੀ ਉਹ ਸਿੱਖੀਦਾ ਸੀਗਾ ਬਹੁਤ ਕੋਸ਼ਕੋਤ ਦੋ ਰਾਮੇ ਨੇ ਨਾ ਜੋ ਪੰਜਾਬੀ ਗੱਲ ਗੱਦੀ ਕਹਿੰਦੇ ਨੇ ਇੱਥੋਂ ਉਹਨਾਂ ਦੀ ਨਾਕਾਂ ਬੰਨੀਆਂ ਭੰਨੀਆਂ ਉਹਦੇ ਵਿੱਚ ਤਾਂ ਟੋਟਲੀ ਸਿੱਖੀ ਸਪਿਰਟ ਕੰਮ ਕਰਦੀ ਆ ਜੀ ਤੇ ਜਿਹੜੀ ਰੈਜ਼ਿਲੈਂਸ ਪ੍ਰਿਜ਼ਰਵੈਂਸ ਜਿਹੜੀ ਸੀਗੀ ਉਹ ਜੋ ਜਥੇਬੰਦ ਕੀਤਾ ਲੋਕਾਂ ਨੂੰ ਉਹਨਾਂ ਨੇ ਕੀਤਾ ਜਿਹੜੇ ਹੁਣ ਫਿਰ ਜਿਹੜੀ ਭਾਈਚਾਰਕ ਸਾਂਝ ਪੈਦਾ ਹੋਈ ਜਿਹੜੀ ਗੁਰੂ ਨਾਨਕ ਦੇ ਸਿਧਾਂਤ ਦੇ ਲੰਗਰ ਦੀ ਜਿਹੜੀ ਉੱਥੇ ਦੇ ਬ੍ਰਦਰਹੂਡ ਸੀਗਾ ਉਹ ਤਾਂ ਦੇਖੋ ਉਸਨੇ ਏਮਪਾਵਰ ਕੀਤਾ ਉਹਨੇ ਕਿਸ਼ਕ ਤਾਂ ਸਿੱਖੀ ਸਪਿਰਟ ਕੰਮ ਕਰਦ ਗਈਆ ਦੂਜੀ ਗੱਲ ਵੀ ਜਿੱਥੇ ਵੀ ਪੰਜਾਬ ਦਾ ਜੱਟ ਭਾਈਚਾਰਾ ਬੈਠਾ ਬਦੇਸਾਂ ਦੇ ਵਿੱਚ ਉਹ ਤਾਕਤਵਰ ਬਹੁਤ ਬਣ ਗਏ ਭਾਈਚਾਰਾ ਠੀਕ ਹੈ ਉਹਨੂੰ ਹਰੇਕ ਨੂੰ ਇਹ ਹੋ ਗਿਆ ਵੀ ਯਾਰ ਸਾਡੇ ਜ਼ਮੀਨ ਨਾਲ ਜੁੜੇ ਹੋਇਆ ਮੈਂ ਕਿਸਾਨ ਦਾ ਪੁੱਤ ਆ ਤਾਂ ਇਹ ਕਰਦਾ ਨਹੀਂ ਉਹਦੇ ਵਿੱਚ ਕੋਈ ਗੈਂਗਸਟਰ ਆ ਚਾਹੇ ਕੋਈ ਚਿੱਟਾ ਵੇਚਦਾ ਪੁਸ਼ਮਗਲ ਰਹਿਣਾ ਹਰੇਕ ਨੂੰ ਇਹ ਹੋਇ ਮੈਂ ਤੇ ਹਿੱਸਾ ਪਾਵਾਂ ਮੈਂ ਬਚਣਾ ਨਾ ਕੋ ਮਛਾੜੀ ਜ਼ਮੀਨਾਂ ਗੱਦਨਾ ਉਹਦੇ ਮੰਚੇ ਕਰ ਲਾਗੀ ਉਹ ਇਕੱਠਾ ਹੋਇਆ ਇੱਕ ਟੋਤੇ ਹੋ ਗਿਆ 101% ਇਕੱਠਾ ਹੋ ਗਿਆ ਠੀਕ ਉਹਦੇੰਦਰ ਇਹ ਭਾਵਨਾ ਵੀ ਤਾਂ ਕੰਮ ਕਰਦੀ ਹੈ ਨਾ ਸਿੱਖੀਆਂ ਨੂੰ ਵੱਧ ਕੇ ਮਛਾੜੀ ਜ਼ਮੀਨਾਂ ਤੇ ਖਤਰਾ ਹੋ ਗਿਆ ਖੜਾ ਕਿ ਨਿੱਚੀ ਹੈ ਤਾਂ ਉਹਦਾ ਜੁੜ ਗਿਆ ਉੱਥੇ ਉਹ ਨਿੱਚੀ ਹੈ ਤਾਂ ਉਹਨੂੰ ਇਕੱਠਾ ਕਰਦਾ ਉਹੀ ਗੱਲ ਕਰੇ ਹੋਰ ਭਾਈ ਤਰਨਾ ਹੋਊਗੀ ਫਿਰ ਦੇਖਾਂਗੇ ਵੀ ਇਹ ਦਲਤ ਤੇ ਕਿਤੇ ਆਉਂਦੀ ਆ ਫਿਰ ਉਸ ਸਿੱਖੀਸ ਪਰਸੈਂਟ ਕਿੰਨੀ ਕੁ ਹੁੰਦੀ ਆ ਪਰਖ ਤਾਂ ਉਹਥੇ ਹੋਣੀ ਹੈ ਨਾ ਆਪ ਦਾ ਖਤਰਾ ਤਾਂ ਇਕੱਠਾ ਹੋ ਗਿਆ ਉਹਨੂੰ ਹੁਣ ਜੀ ਮਛਾੜੀ ਜ਼ਮੀਨਾਂ ਜਾਂਦੀਆਂ ਸਾਡੀ ਸਰਦਾਰੀ ਜਾਂਦੀ ਆ ਸਿੱਖੀਸਪੜਤਾਂ ਦੇ ਉੱਥੇ ਪਾਰਕ ਹੋਣੀ ਹੈ ਬਰਾ ਗਾਂ ਜਾ ਕੇ ਜਦੋਂ ਤੁਹਾਡੇ ਸਾਹਮਣੇ ਜਿਹੜਾ ਆਪਣਾ ਦਲਿਤ ਭਾਈਚਾਰਾ ਮੰਨ ਲਓ ਅੱਜ ਜੀ ਦਲਤ ਭਾਈਚਾਰੇ ਨੂੰ ਕੋਈ ਪਾਰਟੀ ਕਰੇ ਤਾਂ ਵੀ ਸਾਨੂੰ 5-5 ਮਰਲੇ ਪਲਾਟ ਦੇਵਾਂਗੇ ਉੱਥੇ ਬਿਲਕੁਲ ਜਿਹੜੇ ਕਹਿੰਦੇ ਸੀ ਅਸੀਂ ਸਿੱਖੀਸਪੜਤ ਤੋਂ ਲੰਗਰ ਲਾਉਨੇ ਆ ਉਹ ਡੱਟਣ ਲਈ ਉਲਟ ਭੋਗਣ ਨੂੰ ਨਹੀਂ ਹੈ ਹੱਕਦਾਰ ਹੀ ਨਹੀਂ ਇਹਨੂੰ ਪਲਾਟ ਨਾ ਦਿਓ ਇਹ ਸੜਕਾਂ ਦੀ ਜ਼ਮੀਨਾਂ ਨੇ ਸੜਕਾਂ ਦੀ ਜ਼ਮੀਨਾਂ ਕੋਈ ਕੱਟ ਕੇ ਦੇ ਪਲਾਟ ਨੂੰ ਉਲਟ ਭੋਗਣ ਕੋਦੀ ਬਾਬੇ ਨਾਲ ਕਤੋ ਠੀਕ ਇੱਥੋਂ ਦਾ ਹੈ ਤੁਸੀਂ ਉੱਥੇੋਂ ਇਕੱਠੇ ਨੇ ਉੱਥੋਂ ਕੋਈ ਨਾ ਬਾਬੇ ਨਾਲ ਸਿੱਖੀਸਪੜਤ ਦੀ ਕੰਮ ਕਰਦੀ ਠੀਕ ਹੈ ਠੀਕ ਹੈ ਹਾਂ ਇਹ ਤਾਂ ਤਰ੍ਹਾਂ ਪਰ ਕੋਥੇ ਹੋਣੀ ਹੈ ਨਾ ਹੁਣ ਜਦੋਂ ਕੋ ਗੱਲ ਚੱਲਣੀ ਹੈ ਕਿਤੇ ਜਿਹੜਾ ਕੋਈ ਮਾਮਲਾ ਠਾਊਗਾ ਦਲਿਤ ਭਰਕ ਨੂੰ ਉਹਨੂੰ ਜ਼ਮਾਨੇ ਦੇ ਮਾਨਤਾ ਨਤਾਣੇ ਦੇ ਤਾਣ ਬਣਦੇ ਉੱਥੇ ਕੀ ਬਾਬੇ ਨਾਲ ਕਿਸਪਟ ਕਿਉ ਆਪਣਾ ਇਸ ਹੱਕ ਛੱਡਣੋਂ ਤਿਆਰ ਆ ਉਹਨੂੰ ਕੁਝ ਦੇਣੋਂ ਤਿਆਰ ਆ ਫਿਰ ਪਰਖ ਉਹਨੂੰ ਵੀ ਬਾਬੇ ਨਾਲ ਕਿੰਨੇ ਕਿ ਸਿੱਖ ਆ ਬਾਕੀ ਸੂਬਿਆਂ ਨਾਲੋਂ ਪੰਜਾਬ ਦਾ ਦਲਿਤ ਕਿੰਨਾ ਕੁ ਬੈਟਰ ਹੈ ਬਾਕੀ ਸਟੇਟਾਂ ਨਾਲੋਂ ਤੇ ਇੱਥੇ ਦੀ ਜਿਹੜੀ ਜਿਹੜੀ ਦਲਿਤ ਸੈਕਟ ਦੇ ਅੰਦਰ ਵਿਦਿਨ ਜਿਹੜੀ ਫ੍ਰੈਗਮੈਂਟੇਸ਼ਨ ਹੈ ਡਿਵੀਜ਼ਨ ਹੈ ਉਹ ਕਿੰਨੀ ਕੁ ਹੈਗੀ ਐ ਦੇਖੋ ਕਿ ਤਾਂ ਹੁਣ ਜਦੋਂ ਤੁਸੀਂ ਸਾਰੇ ਜਿਹੜੇ ਲੋਕਾਂ ਦੇ ਹੈਗੇ ਆ ਐਨਲਿਸਿਸ ਉਹ ਦੂਰੋਂ ਖੜਕੇ ਆ ਆ ਪ੍ਰਕਾਸ਼ਟ ਦੇ ਠੀਕ ਐ ਉਹ ਪ੍ਰਕਾਸ਼ਟ ਕਰਨ ਦੀ ਜੀ ਤਾਂ ਮਤਲਬ ਬਹੁਤ ਘੱਟ ਆ ਜਾਂ ਨਾ ਮਾਤਰ ਰਹਿ ਗਈ ਪਰ ਜਦੋਂ ਆਪਾਂ ਦੇਖਿਆ ਵੀ ਸੋਸ਼ਲ ਜਸਟਿਸ ਦੇ ਪੱਖੋਂ ਹਾਂਜੀ ਸੋਸ਼ਲ ਸਟੇਟਸ ਦੇ ਪੱਖੋਂ ਦਲਿਤ ਦੀ ਕੀ ਸਟੇਟਸ ਜਿਹੜੇ ਪੰਜਾਬ ਦਾ ਦਲਤੋਂ ਬਹੁਤ ਡਰਿਆ ਹੋਇਆ ਦਾ ਸੋਸ਼ਲ ਪੱਖੋਂ ਓਕੇ ਉਹਦੀ ਮਤਲਬ ਕੋਈ ਬੁਕਤ ਨਹੀਂ ਗਈ ਕੋਈ ਕਿਤੇ ਸੁਣਵਾਈ ਨਹੀਂ ਨਾ ਪੁਲਸ ਦੇ ਵਿੱਚ ਠੀਕ ਐ ਹਰ ਤਰ੍ਹਾਂ ਦੀ ਬੇਇਨਸਾਫੀ ਦਾ ਸਕਾਰ ਤੇ ਜਿਹੜੇ ਉਹਦੇ ਬੇੜੇ ਨੇ ਮਾਲਬੇਜ ਬੇੜੇ ਕਹਿੰਦੇ ਨੇ ਤੇ ਇੱਥੇ ਦੁਆਬੇ ਚ ਮਾਰੜੀਆਂ ਕਹਿੰਦੇ ਨੇ ਤੇ ਮਾਝਾ ਲਠਟੀਆਂ ਕਹਿੰਦੇ ਨੇ ਜਦੋਂ ਜਾ ਕੇ ਤੁਸੀਂ ਉਹਦੀ ਹਾਲਤ ਦੇਖੋਗੇ ਫੇਰ ਪਤਾ ਲੱਗਦਾ ਨਾ ਪੀੜੀਆਂ ਭਈਆਂ ਨਿੱਕੇ ਨਿੱਕੇ ਘਰਨੇ ਮਰਲੇ ਮਰਲੇ ਦੇ ਘਰਨੇ ਉੱਥੇ ਪਸ਼ੂ ਬੰਨੇ ਵੀ ਉੱਥੇ ਲੋਕਾਂ ਨੇ ਹੈਗੇ ਕੱਚੇ ਘਰ ਠੀਕ ਹੋ ਖੇਤੀ ਤੋਂ ਨਰ ਪਰਨੇ ਨੂੰ ਕੁਲਕੋ ਵੱਡਾ ਵਿਕਾਸ ਕਿਵੇਂ ਹੋਇਆ ਉਹਨਾਂ ਕੋਲ ਤਾਂ ਦਿਹਾੜੀ ਲਾਉਂਦੇ ਨੇ ਜਾਂ ਛੋਟੇ ਮੋਟੇ ਨੇ ਕੰਮ ਕਰ ਲੈ ਕੋ ਕੁਆੜ ਵੇਚਣ ਲੱਗਾ ਗੁਰੰਗ ਕਰਨ ਲੱਗਾ ਕੋ ਹੋਰ ਕਰਨ ਲੱਗ ਗਿਆ ਜਾ ਕੇ ਉੱਥੇ ਪਤਾ ਲੱਗਦਾ ਨਾ ਤੇ ਸੋਸ਼ੀਅਲੀ ਤੌਰ ਤੇ ਉਹ ਡਿਪਰੈਸ਼ਨ ਕਿੰਨੇ ਨੇ ਇਕਨੋਮਿਕਲੀ ਕਿ ਠੀਕ ਜੇ ਹੁਣ ਅਕਲ ਕਰਨੋਂ ਉਹ ਕੋਈ ਵਿਕਾਸ ਕਰਨ ਦਾ ਰਿਜ਼ਰਵੇਸ਼ਨ ਆ ਹੁਣ ਰਿਜ਼ਰਵੇਸ਼ਨ ਦਾ ਲਾਹਾ ਤਾਂ ਉਹੀ ਲਊਣਾ ਵੀ ਜਿਹੜਾ ਜਾ ਕੇ ਪਹਿਲਾਂ ਤਾਂ 14 ਜਮਾਤਾਂ ਪੜੂ ਫਿਰ ਜਾ ਕੇ ਕਿਤੇ ਕੋਰਸ ਕਰੂਗਾ ਫੇਰ ਹੀ ਮਿਲੂ ਨਾ ਹੁਣ ਉੱਤ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੈ ਜੋ ਮੈਂ ਦੱਸੀ ਕਿ ਨਾ ਮੇਰੇ ਟੈਲੈਂਟ ਵੀ ਸੀ ਇੰਟੈਲੈਕਟ ਵੀ ਸੀ ਪਰ ਘਰ ਦੇ ਹਾਲਾਤਾਂ ਨੇ ਮੈਨੂੰ ਬਾਹਰ ਹੀ ਪੜਨ ਦਿੱਤਾ ਮੈਂ ਫੇਰ ਹੀ ਜਾ ਕੇ ਉਹ ਰਿਜ਼ਰਵੇਸ਼ਨ ਦਾ ਲਾਹਾ ਤਾਂ ਮੈਂ ਉਹ ਟਿੱਸੀ ਦਾ ਫੇਰ ਤਾਂ ਮੈਂ ਫੇਰ ਹੀ ਤੋੜੂ ਨਾ ਮੈਂ ਹੱਕ ਲਊਂਗਾ ਜੇ ਮੁੱਤਕ ਪੁੱਛ ਪਰ ਮੇਰੇ ਹੱਕ ਕਰਦੇ ਹਾਲਾਤ ਹੀ ਨਹੀਂ ਘਾਪੋਂ ਹੁਣ ਜਿਹੜੇ ਬੱਚਿਆਂ ਦੇ ਮਾਮਾ ਵਿਚਾਰੇ ਨਰੇਗਾ ਚ ਜਾਂਦੀਆਂ ਨੇ ਤੇ ਉਹ ਸੀਰੀ ਕਰਦਾ ਦਿਹਾੜੀ ਜਾਂਦਾ ਉਹ ਬੱਚਾ ਰੱਬ ਦੇ ਆਸਰੇ ਆ ਸਕੂਲ ਜਾਂਦਾ ਉੱਥੋਂ ਮਾੜਾ ਮੋਟਾ ਨੂੰ ਕੰਮ ਕਰਾ ਕੇ ਘਰ ਨੂੰ ਤੋੜ ਦਿੰਦੇ ਉਹ ਕਿੱਧਰ ਗਲੀਆਂ ਚ ਘੁੰਮਦਾ ਕਿਹੜੀ ਸੰਗਤ ਕਰਦਾ ਕਿੱਥੇ ਜਾਂਦਾ ਹੁਣ ਤਾਂ ਸੋਸ਼ਲ ਮੀਡੀਆ ਦੇ ਹਰਕਤੇ ਕੋਲੇ ਫੋਨ ਆ ਗਿਆ ਉਹਦਾ ਪਾਲੀਪਾਰਸ ਕੌਣ ਉਹਨੂੰ ਕੰਟਰੋਲ ਕਰਨ ਵਾਲਾ ਕੌਣ ਆ ਮਾਮਲਾ ਨਾ ਦੇਖੋ ਤੁਸੀਂ ਹੋ ਤਾਂ ਕੋ ਹੁਣ ਜਿਹੜਾ ਤਕੜੇ ਦਾ ਬੱਚਾ ਗਾ ਉਹ ਚੰਗੇ ਸਕੂਲ ਚ ਪੜਦਾ ਆਉਣ ਸਾਰ ਨੂੰ ਉਹਦੇ ਮਾਪਿਓ ਕਰੇ ਬੈਠੇ ਨੇ ਉਹਨਾਂ ਕੋਲ ਟਾਈਮ ਆ ਜਿਉਂ ਆਪ ਕੰਮ ਕਰ ਜਾਣਾ ਤਰ ਤਪਰ ਟਿਊਸ਼ਨ ਤੇ ਪਈ ਨਾ ਤੋ ਟਿਊਸ਼ਨ ਦਾ ਉਹ ਕੋਲ ਬੇਲਾ ਟਾਈਮ ਨਹੀਂ ਨਾ ਉਹ ਵਰਕ ਲੋਡ ਚ ਆ ਉਹ ਬੱਚਾ ਸਿੱਧਾ ਜਾਊਗਾ ਪਲੱਸ 2 ਦੋਬਾਰ ਆਈ ਲੈਟਸ ਦੇ ਵੀ ਚੰਗੇ ਨੰਬਰ ਲਊਗਾ ਇਹ ਵਰਗ ਦੀ ਤੁਸੀਂ ਉੱਥੇ ਦੇਖੋ ਨਾ ਮੈਨੂੰ ਦੁੱਖ ਹੈ ਗੱਲ ਦਾ ਹੁਣ ਜਿਹੜੇ ਵਰਗ ਫੈਸਲੇ ਦਿੰਦੇ ਨੇ ਉਹ ਪਰ ਘਾਟ ਦਿੰਦਾ ਇਹ ਤਾਂ ਜੀ ਬਹੁਤ ਚੰਗਾ ਵਰਗ ਹੈ ਹਰ ਤਾਂ ਜੀ ਬਹੁਤ ਹੋ ਗਿਆ ਜੀ ਹੁਣ ਤਾਂ ਹੈਗਾ ਉਹ ਪਰ ਘਾਟ ਤਾਂ ਕਰਦੇ ਬੇੜਾ ਚ ਨਹੀਂ ਬਣਿਆ ਮੈਂ ਇੱਕ ਦੋਸਤ ਨੂੰ ਗੱਲ ਕੀਤੀ ਨਾਲੋ ਕਾਮਰੇਡ ਰਹਾ ਮਤਲਬ ਜਦੋਂ ਮੈਂ ਕਿਹਾ ਕਿ ਨਾ ਚ ਰੋਗਾ ਤਨੋ ਕਰੇ ਬੇੜਾ ਜ ਬੜਿਆਂ ਨੂੰ ਉਹ ਹੱਸ ਕੇ ਕਹਿੰਦਾ ਜੇ ਮੇਰੇ ਉਤੋਂ ਲਾ ਲੇ 40 ਸਾਲ ਹੀ ਕਿਤੇ ਹੋਣਗੇ ਮੇਰਾ ਗਏ ਨਹੀਂ ਬੇੜੇ ਚ ਹੁਣ ਜਿਹੜੇ ਬੰਦੇ ਤਾਂ ਟੁੱਟ ਚੁੱਕੇ ਨੇ ਲੋਕਾਂ ਤੋਂ ਉਹ ਇਹਨਾਂ ਦੇ ਕਿਸਮਾਂ ਬਾਰੇ ਕੀ ਜਾਣਦੇ ਨੇ ਇਸ ਲਈ ਤਾਂ ਬਾਰੇ ਕੀ ਜਾਣਦੇ ਨੇ ਇਹਨਾਂ ਦੇ ਕਰਾਂ ਨੂੰ ਵੇੜਾ ਕਹਿੰਦੇ ਨੇ ਹਾਂ ਬੇੜੇ ਉਹ ਮੱਲ ਵਿੱਚ ਬੇੜੇ ਕਹਿੰਦੇ ਨੇ ਦੁਆਬੇ ਚੋਂ ਚਮਾਰਣਿਆ ਕਹਿੰਦੇ ਨੇ ਕੋਠੇ ਚਮਾਰਾਂ ਦੀ ਬਹੁਤ ਗਣਤੀ ਕਰਕੇ ਤੇ ਮੱਝ ਠੱਠੀਆਂ ਕਹਿੰਦੇ ਨੇ ਹਜੇ ਵੀ ਅੱਜ ਦੇ ਨਾਮ ਚੱਲਦੇ ਨੇ ਅੱਛਾ ਚੱਲਦੇ ਨੇ ਉਹਦੇ ਪਛਾਣ ਹੀ ਇੱਥੇ ਹੋਣੀ ਹੈ ਇਹ ਜਿਹੜੇ ਜਿਹੜੇ ਡਿਪਰਾਈਵਡ ਮਾਰਜਨਲਾਈਜ਼ ਦਲਿਤ ਸੁਸਾਇਟੀ ਹੈ ਪੰਜਾਬ ਦੇ ਵਿੱਚ ਇਹਨਾਂ ਨੂੰ ਚੱਕਣ ਦੇ ਲਈ ਜਿਹੜੇ ਸਿੱਖ ਧਾਰਮਿਕ ਸੰਸਥਾਵਾਂ ਨੇ ਹੈ ਜਿਹੜੇ ਸਾਡਾ ਸਿੱਖ ਮੇਨ ਜਿਹੜਾ ਕੇਂਦਰ ਮੰਨਿਆ ਜਾਂਦਾ ਹੈ ਜਿਹੜਾ ਕਮਿਊਨਿਟੀ ਸੈਂਟਰ ਜਿਹੜਾ ਗੁਰਦੁਆਰਾ ਹੈਗਾ ਇਹ ਸਾਡੇ ਸਿੱਖ ਜਥੇਬੰਦੀਆਂ ਨੇ ਸਿੱਖ ਕਮੇਟੀਆਂ ਨੇ ਉਹਨਾਂ ਦਾ ਕਿੰਨਾ ਕੋਲ ਰੋਲ ਹੈ ਉਹਨਾਂ ਦਾ ਰੋਲ ਕੋਈ ਨਹੀਂ ਜੀ ਉਹ ਤਾਂ ਸਿਰਫ ਦਬਾਉਣ ਚ ਰੋਲ ਆਣ ਦਾ ਜੋ ਗੁਰਦੁਆਰਿਆਂ ਦੇ ਕਮੇਟੀਆਂ ਨੇ ਪਿੰਡਾਂ ਦੇ ਵਿੱਚ ਗੁਰਦੁਆਰੇ ਆ ਕਈ ਪਿੰਡ ਚਾਰ ਚਾਰ ਗੁਰਦਾਰੇ ਵੀ ਆ। ਉਹ ਚ ਦਲਤਤਾ ਕੀ ਆ? ਉਹ ਸਾਰੇ ਜਿਹੜੀ ਮੈਨੇਜਮੈਂਟ ਕਮੇਟੀ ਆ ਉਹ ਜੱਟਾਂ ਦੀ ਆ। ਉਹ ਤੇ ਪਿੰਡ ਦੇ ਵਿੱਚ ਨਾਈ ਵੀ ਵਸਦੇ ਨੇ, ਸ਼ਿਮਬੇ ਵੀ ਵਸਦੇ ਨੇ, ਥੋੜ ਵੀ ਵਸਦੇ ਨੇ, ਤਰਖਾਨ ਭਾਈਚਾਰਾ ਵੀ ਵਸਦਾ। ਉਹਨਾਂ ਤੋਂ ਵੀ ਨੂ ਤਾਂ ਮੈਂਬਰ ਲੈਣ ਦੇ ਕੋਈ। ਦਲਤ ਨੂੰ ਤਾਂ ਕੀ ਲੈਣਾ? ਮੈਨੇਜਮੈਂਟ ਚ। ਤੇ ਪਿੰਡ ਦੇ ਵਿੱਚੋਂ ਜਿਹੜੋਂ ਉਹ ਦੁੱਧ ਇਕੱਠਾ ਕਰਦੇ ਨੇ ਜਾਂ ਹੋਰ ਆ। ਤੇ ਜੇ ਮੰਨ ਲਓ ਉੱਥੇ ਕੋਈ ਲੱਸੀ ਲੈਣ ਚੱਲਾ ਜਾਂਦਾ ਦਲਤ। ਉਹ ਸਾਡੇ ਪਿੰਡ ਚ ਉਹ ਆਥਣੇ ਹੁੰਦੇ ਸਾਮ ਨੂੰ ਜੋ ਦਿਨ ਚਿਪੇ ਹੁੰਦਾ ਬਿਚਾਰਾ ਉਹ ਰੁਕਣਗੇ ਲੱਸੀ ਲੈਣਗੇ ਵੱਧੂ ਪਈ ਆ ਹੁਣ ਤਾਂ ਥੋੜਾ ਜਿਹੜਾ ਸਾਡਾ ਸਿੱਖ ਬਾਹਰ ਪਹੁੰਚ ਗਿਆ ਮਤਲਬ ਇੱਕ ਰਿਸਪੈਕਟਫੁਲੀ ਉਹਨਾਂ ਨੂੰ ਕੋਈ ਕੋਈ ਇੱਕ ਡਿਊ ਸਪੇਸ ਜਾਂ ਇੱਕ ਜੋ ਅਨਦਰ ਹੱਕ ਮੱਥਾ ਟੇਕ ਲੋ ਮੱਥਾ ਟੇਕਣ ਨੂੰ ਕੋਈ ਤਾਂ ਜੀ ਜੇ ਕਹੋ ਵੀ ਮੈਨੇਜਮੈਂਟ ਕਮੇਟੀਆਂ ਚ ਕੋਈ ਫੈਸਲਾ ਲੈਣ ਚ ਹੈਗੇ ਹਨ ਤੇ ਵੀ ਹਾਂ ਜੀ ਹੈਗੇ ਆ ਪਰ ਕੁੱਤ ਨੂੰ ਕੌਣ ਪੁੱਛਦਾ ਜਿਹੜੇ ਸਮੇ ਅਕਾਲ ਤੱਕ ਪੁੱਛ ਦਲਤੀ ਨੇ ਕਿ ਨਾਲ ਹੋਰ ਕਾਸਟਾਂ ਨੂੰ ਵੀ ਕੋਈ ਨਹੀਂ ਪੁੱਛਦਾ ਜਿਹੜੇ ਅਕਾਲ ਤੱਕ ਤੇ ਜਿਹੜੇ ਜਥੇਦਾਰ ਨੇ ਉਹ ਵੀ ਕੋਈ ਉੱਚੀ ਜਾਤ ਤੋਂ ਤਾਂ ਬਿਲੋਂਗ ਨਹੀਂ ਕਰਦੇ ਸੀਗੇ ਨਹੀਂ ਉਹ ਹੁਣ ਕਾਲ ਤਰ੍ਹਾਂ ਜੇਸੇਦਾਰ ਆ ਹਾਂਜੀ ਉਹ ਤਾਂ ਬਦਲਾਂ ਦਾ ਗੁਲਾਮ ਆ ਨਾ ਇਹ ਥੋੜਾ ਵੀ ਉਹ ਕੋਈ ਗੱਲ ਕਹਿ ਦੂਗਾ ਨਾ ਬੇੜਾ ਦੇ ਖਾਤੇ ਕੰਮ ਕਰ ਦੂ ਉਹ ਤਾਂ ਕਿ ਮੌਕਾ ਮੇਲ ਬਣ ਗਿਆ ਨਾ ਵੀ ਜਦੋਂ ਜਿਹੜਾ ਗਾਨੀ ਗੁਰਵਤਨ ਸਿੰਘ ਸੀ ਉਹ ਇੰਨਾ ਕਰਾਪਟ ਹੋ ਗਿਆ ਉਹ ਸਰਸੇ ਵਾਲ ਨੂੰ ਮਾਫੀ ਦੇਣ ਵਾਲੇ ਮਾਮਲੇ 'ਚ ਜੀ ਇੰਨਾ ਬਦਨਾਮ ਹੋ ਗਿਆ ਉਹਨੂੰ ਬਦਲਣਾ ਪੈਣਾ ਸੀ ਉਹਦੇ ਸਾਹ ਤੇ ਬੱਲੇ ਦਾ ਬੱਕਰੇ ਨੂੰ ਬਣਾ ਲਿਆ ਵੀ ਆ ਜਰ ਹੁਣ ਕੋਈ ਪਾਪਾਂ ਦਾ ਬੋਝ ਤੇ ਕਿਦੇ ਸਿਰ ਤੇ ਧਰ ਨਹੀਂ ਹੈ ਕਦਾਲਤ ਨੂੰ ਮੂਹਰੇ ਲੈਂਦਾ ਇਹ ਵਿਚਾਰਾ ਮਾਨਸਿਕ ਤੌਰ ਤੇ ਵੀ ਦੱਬੂ ਆ ਤੇ ਸਾਰੇ ਪਛੋਂ ਦਬੂਆ ਤਾਂ ਉਹ ਇਤਨਾ ਆਪਣੀ ਹੋਂਦ ਹੀ ਨਹੀਂ ਕੋਈ ਵੀ ਕੋਈ ਗੱਲ ਵੀ ਉਲਟ ਕਹਿ ਸਕੇ ਇਹ ਕਿਵੇਂ ਕਰ ਲੂ ਇਹਦੇ ਆਧਾਰ ਤੇ ਥੋੜਾ ਪਕਾ ਤਾਂ ਗੱਲਾਂ ਜੀ ਬੇੜਾਂ ਦੀ ਹਾਲਤ ਸੁਧ ਗਈ ਜਾਤ ਪਾਤ ਦੂਰ ਹੋ ਗਈ ਕਈ ਕਰ ਰਹੇ ਵੀ ਰਹੇ ਨੇ ਅੰਗਰੇਜ਼ੀ ਮੀਡੀਆ ਲੋਜੀਆ ਦਲਤਾ ਗਿਆ ਮੂਰੇ ਇਹਦਾ ਕਿ ਬਾਇਰ ਚਾਂਸ ਹੁਣ ਲੈਂਦਾ ਨਾ ਹੁਣ ਮਿਸਾਲ ਦੇ ਤੌਰ ਤੇ ਵੀ ਕਿਸੇ ਸਮੇਂ ਆਪਣੇ ਹੁਣ ਅਬਦੁਲ ਕਲਾਮ ਭਾਜਪਾ ਨੇ ਰਾਸ਼ਟਰਪਤੀ ਬਣਾਇਆ ਕਿ ਉਹਨਾਂ ਆਧਾਰ ਤੇ ਤੁਸੀਂ ਕਹਿੰਦਾ ਕਿ ਮੁਸਲਮਾਨਾਂ ਦੀ ਹਾਲਤ ਬਹੁਤ ਸੁਧਰੀ ਹੋਈ ਹੈ ਜਾਂ ਮੁਸਲਮਾਨਾਂ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੁੰਦੀ ਜਾ ਉਹਨਾਂ ਨੇ ਉਹ ਅਨਸਾਰੀ ਵਗੈਰਾ ਉਹਦਾ ਮੁਸਲਮਾਨਾਂ ਦਾ ਇੱਕ ਮੰਤਰੀ ਰਿਹਾ ਹੈ ਹੁਣ ਤੱਕ ਲੰਬਾ ਸਮਾਂ ਮੇਰੇ ਪੂਰਾ ਨਹੀਂ ਉਹ ਅਨਸਾਰੀ ਕਹਿੰਦੇ ਨੇ ਕੀ ਹੈ ਉਹ ਜੇ ਉਹਨਾਂ ਨੇ ਇੱਕ ਮੰਤਰੀ ਬਣਾ ਲਿਆ ਜਾਂ ਇੱਕ ਹੋਰ ਸਿਕ ਹਵਾਬਾਜੀ ਮੰਤਰੀ ਰਿਹਾ ਭਾਜਪਾ ਦੇ ਵਿੱਚ ਨਮਾਜੰਗ ਜਿਹਾ ਮੁੰਡਾ ਕਿ ਉਹਦੇ ਨਾਲ ਮੰਤਰੀ ਲੈਣ ਦਾ ਮੁਸਲਮਾਨਾਂ ਦਾ ਹਾਲਤ ਸੁਧਰ ਗਈ ਇਹਦਾ ਸਿੰਪਲ ਹੁੰਦੇ ਨੇ ਅਗਲਾ ਕੰਦ ਖਾਰੀ ਲਓ ਜੀ ਅਸੀਂ ਲੋਕਾਂ ਨੂੰ ਸਿੰਬਲ ਦਿਖਾ ਰਹੇ ਆ ਆ ਦੇਖੋ ਇੱਕ ਦਲਤ ਲੈ ਜਾਂਦਾ ਮੂਰੇ ਇੱਕ ਦਲਤ ਚਿਹਰਾ ਲੈਂਦਾ ਅਸੀਂ ਆ ਲੈ ਜਾਂਦਾ ਇਹਦੇ ਨਾਲ ਹਲਾਤ ਤਾਂ ਉੱਥੇ ਆ ਜਿੱਦਾਂ ਉਹਦੇ ਆਉਣ ਦੇ ਨਾਲ ਹਲਾਤਾਂ 'ਚ ਵੱਡੀ ਤਬਦੀਲੀ ਆਪਰਦੀ ਆ। ਜਾਂ ਕੋਈ ਐਕਟਿਵ ਹੋ ਜਾਦਾ। ਜਾਂ ਨੂੰ ਜਾਤ ਦੇਤੀ ਲੈਤਾ ਇਪਰ ਤੈਨੂੰ ਹੁਣ ਤੱਕ ਜਾਨੇ ਦੇ ਮੂੰਹ ਆ ਸ਼੍ਰੋਮਣੀ ਕਮੇਟੀ ਦਾ ਖਿਆਨਤ ਤੇ ਰਹਿ ਹਵਾਲੇ ਜੱਸਦਾਰ ਦੇ ਤੇ ਤੂੰ ਉਹਨਾਂ ਦੇ ਬੱਚਾ ਨੂੰ ਪੜਾਉਣਾ। ਸ਼੍ਰੋਮਣੀ ਕਮੇਟੀ ਦੇ 131 ਦਾ ਮਤਾ ਵੀ ਜਿਹੜਾ ਦਲਤ ਵਰਗ ਆ ਇਹਦੇ ਬੱਚਿਆਂ ਦੀ ਪੜਾਈ ਦਾ ਸਾਰਾ ਖਰਚਾ ਮੈਂ ਉੱਤ ਹੋਊਗਾ ਸੀ ਦੇਵਾਂਗੇ। ਪਰ ਜਿੰਨੇ ਸ਼੍ਰੋਮਣੀ ਕਮੇਟੀ ਦੇ ਸਕੂਲ ਆ ਸਾਰਾ ਚੱਪਰ ਕਾਟਣ ਦੇ ਬੱਚੇ ਪੜ੍ਹਦੇ ਵੱਡੀਆਂ ਫੀਸਾਂ ਨੇ। ਦਲਤਾਂ ਨੇੜੇ ਬਿਲ ਜੱਸਦਾਰ ਹੁੰਦੇ। ਗੁਰੂ ਰਾਮਦਾਸ ਮੈਡੀਕਲ ਕਾਲਜਾ ਸਾਰਾ ਜਿੰਨੇ ਨੇ ਦੇ ਹੈਗੇ ਆ ਸ੍ਰੋਮਣੀ ਕਮੇਟੀ ਦੇ ਮੈਂਬਰ ਨੇ ਵੱਡੇ ਹੋਰ ਸਾਰਾ ਅਪਰਕਾਸ਼ ਦੇ ਪਿੰਡਾ ਪਿੰਡਾ ਚ ਪਿੰਡਾ ਪਿੰਡਾ ਚ ਦੀਵਾਨ ਲੱਗਦੇ ਨੇ ਪਿੰਡਾ ਪਿੰਡਾ ਚ ਜੋ ਪ੍ਰਚਾਰ ਹੋ ਰਿਹਾ ਉਹਦੇ ਨਾਲ ਕੋਈ ਤਬਦੀਲੀ ਨਹੀਂ ਆਉਂਦਾ ਉਹ ਅਪਰਕਾਸ਼ ਹੀ ਜਾਂਦਾ ਉਹ ਜਿਹੜਾ ਸਟਾਰ ਬਾਬੇ ਨੇ ਕਿਹੜਾ ਕੋਈ ਮਨਾ ਥੋੜਨਾ ਕਰਦਾ ਨਹੀਂ ਨਹੀਂ ਮੈਂ ਕੱਲਾ ਬਾਬੇ ਦੀ ਗੱਲ ਨਹੀਂ ਕਰ ਰਿਹਾ ਪ੍ਰਚਾਰਕ ਵੀ ਤੇ ਜਾਂਦੇ ਆ ਮਿਸ਼ਨਰੀ ਪ੍ਰਚਾਰਕ ਵੀ ਜਾਂਦੇ ਆ ਉਹਦੇ ਨਾਲ ਗੱਲ ਤਾਂ ਇਹ ਹੈ ਨਾ ਸਿੱਖ ਮਿਸ਼ਨਰੀ ਪ੍ਰਚਾਰਕ ਦੇਖੋ ਗੱਲ ਸੁਣੋ ਜਿਹੜੇ ਗੁਰਬਾਣੀ ਕਹਿੰਦੀ ਆ ਕਿ ਨਾ ਬਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਬਾਹਰ ਧੋਤੀ ਤੂੰ ਮੜੀ ਅੰਦਰ ਵਸਨ ਕੋਰ ਉਹ ਦਵਾਨ ਨਾ ਬਠਣਾ ਕਨਵਰਟ ਬੰਦਾ ਥੋੜਾ ਹੋ ਜਾਊਗਾ ਜੇ ਤਾਂ ਦਵਾਨ ਸੁਣ ਕੇ ਬੰਦਾ ਕਹਿੰਦਾ ਗੁਰਬਾਣੀ ਕਹਿੰਦੀ ਆ ਮੂਲ ਸਿਧਾਂਤ ਆ ਨਮਾਣਾ ਦੇ ਮਾਨ ਨ ਤਾਣਾ ਦੇ ਤਾਣ ਨਿਉਟਾਂ ਦੀ ਉੱਠ ਨਿਆਸਰਾ ਦੇ ਆਸਰਾ ਨਾ ਤਿਰਹਿ ਨਿ ਤੇਰ ਬੰਦ ਨਾ ਥਾਮਾ ਦੇ ਥਾ ਬੰਦ ਜੇ ਤਾਂ ਦਵਾਨ ਸੁਣ ਕੇ ਬੰਦੇ ਚ ਤਬਦੀਲੀ ਆਉਂਦੀ ਆ ਫਿਰ ਤਾਂ ਕੋਈ ਤਬਦੀਲੀ ਨਹੀਂ ਆਉਂਦੀ ਇਹ ਤਾਂ ਈ ਹੋਣੀ ਆ ਉਹਨੂੰ ਮਨਸਿਕ ਤੌਰ ਤੇ ਇਸ ਕਨਚੋਂ ਪਾਇ ਦੂਜੇ ਚ ਘੜਤਾ ਜੇ ਤਾ ਬੇੜਾ ਚੜਦਾ ਵੀ ਲੈ ਭਾਈ ਦੁਖੀ ਇਨਸਾਨ ਆ ਹੁਣ ਤੁਹਾਡੇ ਸਾਹਮਣੇ ਆ ਵੀ ਲਾਲਾ ਲਾਲਾ ਸਾਰੇ ਪੱਸੀ ਹੋ ਜਾਨੇ ਵੀ ਕਿਉਂ ਲੋਕ ਅਸਾਈ ਬਣ ਰਹੇ ਨੇ ਹਜ਼ਾਰਾਂ ਦੀ ਗਿਣਤੀ ਚ ਪਹਿਲਾਂ ਦੁਆਬਾ ਮਾਝਾ ਬਣਿਆ ਹੁਣ ਮਾਲਵਾ ਬਣ ਰਿਹਾ ਬੇੜੇ ਐਲੇ ਬਣ ਰਹੇ ਨੇ ਤੇ ਲਗਾਤਾਰ ਅਸਾਈ ਪ੍ਰਚਾਰਕ ਇਹ ਵਾਲਾ ਮੁੱਦਾ ਤੇ ਟਾਕ ਆਫ ਦਾ Town ਹੈ ਜੀ ਅਮੀਤ ਸ਼ਾ ਵੀ ਕਹਿ ਕੇ ਗਏ ਨੇ ਸਾਰੇ ਬਣ ਰਹੇ ਨੇ ਹਾਂਜੀ ਉਹ ਕਿਉਂ ਜੇ ਜਿਹੜਾ ਸਟਾਰ ਪ੍ਰਚਾਰਕ ਨੇ ਸਟਾਰ ਬਾਬੇ ਨੇ 50 50 ਲੱਖ ਦੀਆਂ ਗੱਡੀਆਂ ਲਈ ਫਰਦੇ ਨੇ ਤੇ ਉਹਨਾਂ ਦਾ ਅਸਰ ਕਿੱਥੇ ਉਹ ਕਿੱਦਾਂ ਵੇੜੇ ਜਾਂਦੇ ਨੇ ਉਹ ਤਾਂ ਪ੍ਰਕਾਟ ਦੇ ਘਰੇ ਜਾਂਦੇ ਨੇ ਅਪ੍ਰਕਾਸ਼ਤਾ ਦਾ ਸੰਤ ਲੈਂਕਾ ਮੈਂ ਬਾਬਿਆਂ ਦੀ ਗੱਲ ਤੇ ਨਹੀਂ ਕਰਦਾ ਬਾਬੇ ਨਹੀਂ ਬਾਬਾ ਨਹੀਂ ਗੱਲ ਹੀ ਕਰਦੇ ਤੁਸੀਂ ਮੈਂ ਮੈਂ ਪ੍ਰਚਾਰਕਾਂ ਦੀ ਗੱਲ ਕਰ ਰਿਹਾ ਜਿਹੜੇ ਐ ਜੀਪੀਸੀ ਦੇ ਪ੍ਰਚਾਰਕ ਨੇ ਆ ਜਿਹੜੇ ਮਿਸ਼ਨਰੀ ਪ੍ਰਚਾਰਕ ਨੇ ਸਿਕ ਮਿਸ਼ਨਰੀ ਪ੍ਰਚਾਰਕ ਨੇ ਐ ਜੀਪੀਸੀ ਦੇ ਪ੍ਰਚਾਰਕ ਨੇ ਹਾਂ ਉਹ ਤਾਂ ਜਿਹੜੇ ਅਹੁਦੇਦਾਰ ਨੇ ਵੱਡੇ ਮੈਂਬਰ ਵਗੈਰਾ ਉਹਨਾਂ ਦਾ ਕਰਾਂਚੀ ਨੌਕਰ ਲੱਗੇ ਹੋਏ ਨੇ ਉਹਨੇ ਪਿੰਡ ਚੰਦੇ ਤਰਖਾ ਉੱਥੋਂ ਪੈਂਦੀਆਂ ਹਾਂਜੀ ਉਹ ਤਾਂ ਉਹ ਕਰਦੇ ਸੇਵਾਦਾਰ ਨੇ ਤੇ ਜਿਹੜਾ ਜੀਪੀਸੀ ਦਾ ਮੈਂਬਰ ਬਣ ਗਿਆ ਜੀ ਜਿਹੜਾ ਥੱਲੇ ਗੱਡੀ ਆ ਗਈ ਉਹ ਬਦਲਣ ਦਾ ਬੰਦਾ ਕੋ ਬੱਤ ਸੱਤ ਸੱਤ ਟਿਕਾ ਉਹ ਤਾਂ ਉਹਦੇ ਘਰੇ ਵਿਚਾਰੇ ਬਗਾਰੀ ਕਰੀ ਜਦ ਲੱਗੀ ਨੇ ਜਿਹੜੇ ਚਾਰ ਕਾਲਜ ਆਏ ਗਏ ਨੇ ਸਿੱਖਾਂ ਦੇ ਸਿੱਖ ਮਿਸ਼ਨਰੀ ਕਾਲਜ ਚਾਰ ਰਹਿ ਗਏ ਨੇ ਅਨੰਦਪੁਰ ਸਾਹਿਬ ਹੈ ਇੱਕ ਦੋ ਲੁਧਿਆਣੇ ਨੇ ਕਮਰਿਤਸਰ ਹੈ ਹਾਂਜੀ ਹਾਂਜੀ ਬਰੇਲੀ ਵੀ ਹੈਗਾ ਮੈਂ ਕਿ ਹਰਿਆਣੇ ਵੀ ਹੈਗਾ ਇਹ ਜਿਹੜੇ ਅਤੇ ਇਹ ਤੇ ਇੰਡੀਪੈਂਡੈਂਟ ਸੰਸਥਾਵਾਂ ਹੈਗੀਆਂ ਨੇ ਇੱਥੋਂ ਜਿਹੜੇ ਪ੍ਰਚਾਰਕ ਨਿਕਲਦੇ ਨੇ ਉਹ ਤੁਹਾਨੂੰ ਤਾਂ ਪੁੱਛੋ ਨਾ ਤੁਸੀਂ ਜਾ ਕੇ ਵੀ ਤੁਹਾਡੇ ਜਿਹੜੇ ਪ੍ਰਚਾਰਕ ਆ ਹਾਂ ਉਹ ਤਾਂ ਜਾ ਕੇ ਵੇਖਾਂ ਕਿੰਨਾ ਕੰਮ ਕਰਦੇ ਨੇ ਕਿ ਬੱਚੇ ਕਿੱਥੇ ਬੜੇ ਨੇ ਕਿੱਥੇ ਕਿੱਥੇ ਪ੍ਰਚਾਰ ਕੀਤਾ ਜੇ ਆਪਾਂ ਗੱਲ ਕਰਦੇ ਆ ਨਾ ਕੱਲੀ ਗੱਲ ਇਹ ਹੀ ਨਹੀਂ ਗੱਲ ਬੀਏ ਵਿਚਾਰੇ ਜਿਹੜੇ ਦਲਿਤ ਵਰਗ ਖਾਸ ਕਰਕੇ ਜਿਹੜਾ ਮੱਝ ਵੀ ਸਿੱਖ ਭਾਈਚਾਰਾ ਜੀ ਉਹ ਸਭ ਤੋਂ ਵੱਧ ਪਛੜਿਆ ਤੇ ਗਰੀਬ ਆ ਤੇ ਬਿਮਾਰੀਆਂ ਦਾ ਸ਼ਿਕਾਰ ਆ ਤੇ ਉਹਦੀ ਐਸੀ ਅਨਪੜਤਾ ਦਾ ਬਿਮਾਰੀ ਦਾ ਤੇ ਉਹਦੇ ਪਛੜੇ ਪਣਦੇ ਇਸਾਈ ਜਿਹੜੇ ਮਿਸ਼ਨਰੀ ਆ ਉਹ ਲਾਹ ਚੁੱਕਦੇ ਨੇ ਉਹਨੂੰ ਚਮਤਕਾਰ ਦਿਖਾ ਕੇ ਕੋਲ ਆਜੋ ਬੱਟੇ ਕਰਾ ਨਹੀਂ ਸਕਦਾ ਵੀ ਲੈ ਚਮਤਕਾਰ ਨਾਲ ਇਲਾਜ ਹੋ ਜਾਊਗਾ ਤੇਰੀ ਪ੍ਰਾਰਥਨਾ ਕਰਤੀ ਤੇਰੀ ਗਰੀਬੀ ਕੱਟੀ ਜੋ ਉਹਨੂੰ ਚਮਤਕਾਰ ਦਿਖਾਉਂਦੇ ਨੇ ਜਾਂ ਜਿਹੜਾ ਇਹ ਵਰਗ ਆ ਛਧੀਆਂ ਤੋਂ ਭੂਤਾਂ ਤੋਂ ਡਰਦਾ ਭੂਤਾਂ ਨਾਲ ਪਰੋਬਿਸ਼ੜ ਕਰ ਭੂਤਾਂ ਨੇ ਅੱਜ ਆਹਨੇ ਦੇਵਗਨਾਂ ਪੂਜਾ ਉਹ ਇਥੋਂ ਡਰਾਉਂਦਾ ਵੀ ਤੇਰੇ ਘਰ ਭੂਤਾਂ ਨੇ ਅਸੀਂ ਭੂਤਾਂ ਕੱਢਦੇ ਆਂ ਪ੍ਰਾਰਥਨਾ ਕਰਦੇ ਉਹ ਮੰਚਕ ਤੌਰ ਤੇ ਉਹ ਬਰੇਨ ਪਾਸ ਕਰਦਾ ਇਹ ਜਾ ਕੇ ਦੋ ਗੱਲਾਂ ਕਰਨੀਆਂ ਪੈਣਗੀਆਂ ਮਤਲਬ ਸਾਈਕੋਲੋਜੀਕਲੀ ਉਹ ਆਲਰੇਡੀ ਉਹ ਟਰੋਮਾ ਜੇ ਹੈਗੇ ਨੇ ਆਹ ਟਰੋਮਾ ਜ ਨੇ ਤੇ ਉਹਦਾ ਫਾਇਦਾ ਉਠਾਉਂਦੇ ਆ ਉਹਦਾ ਫਾਇਦਾ ਉਠਾਉਂਦੇ ਨੇ ਇਸਾਈ ਮਿਸ਼ਨਰੀ ਇਸਾਈ ਮਿਸ਼ਨਰੀ ਉਹਨਾਂ ਟਰੋਮਾ ਜੋ ਕੱਢਣ ਦੇ ਖਾਤਰ ਉਹ ਇਕਨੋਮਿਕ ਕੰਡੀਸ਼ਨ ਐਂਡ ਸੋਸ਼ਲ ਕੰਡੀਸ਼ਨ ਆ ਹਾਂਜੀ ਉਹਦਾ ਸੋਸ਼ਲ ਸਟੇਟਸ ਤੇ ਸੋਸ਼ਲ ਲੋਕੇਸ਼ਨ ਵੀ ਚੇਂਜ ਕਰਨੀ ਪਊ ਤੁਹਾਨੂੰ ਕੱਲੇ ਇਹ ਨਹੀਂ ਗੱਲ ਜਾ ਕੇ ਕਰ ਲੋ ਚਿੱਕੀ ਨੇ ਜੁੜ ਜਾ ਕੋ ਮੈਨਸ ਉਹ ਦਸਤਾ ਮੈਂ ਸਿੱਖੇ ਜੋ ਹੱਥ ਲੱਗੀ ਹੋ ਮੈਂ ਸਿੱਖੇ ਜੁੜਿਆ ਨਹੀਂ ਹਣ ਤੱਕ ਸਿੱਖੇ ਤੋਂ ਮੈਂ ਸਾਡਾ ਜਾ ਰਹੇ ਇਹਦੇ ਸੋਸ਼ਲ ਚੇਂਜ ਨਹੀਂ ਆਈ ਉਹਦੀ ਲਾਈਫ ਦੇ ਵਿੱਚ ਉਥੋਂ ਸੋਸ਼ਲ ਚੇਂਜ ਭਾੜਦਾ ਉਹਨੂੰ ਲੱਗਦਾ ਵੀ ਜਰ ਉੱਥੇ ਜਰ ਪ੍ਰਾਰਥਨਾ ਨਾਲ ਜਾਂ ਕੋਈ ਚਮਤਕਾਰ ਨਾਲ ਮੇਰੇ ਹਾਲਤ ਬਦਲ ਜੂ ਇਹ ਮੇਰੇ ਘਰ ਦੀ ਹਾਲਤ ਬਦਲ ਦੋ ਜਦੋਂ ਕਿ ਅਸੀਂ ਇਹ ਗੱਲ ਕਹਿੰਦੇ ਆ ਵੀ ਜਿਹੜੇ ਐਸਾਈ ਬਣ ਰਹੇ ਨੇ ਉਹ ਬਹੁਤ ਵੱਡਾ ਨੁਕਸਾਨ ਕਰ ਰਹੇ ਨੇ ਮੱਬਾ ਸਭ ਅੰਬੇਡ ਕਰ ਨੇ ਘੱਟੋ ਘੱਟ ਸਾਨੂੰ ਰਿਜ਼ਰਵੇਸ਼ਨ ਦੇ ਕਹ ਲੈਤਾ ਹਾਂਜੀ ਰਾਈਟ ਲੈ ਕੇ ਦਿੱਤਾ ਅਦਰਬਿਸਨ ਸਾਡੇ ਕਾ ਸਮਾਜਿਕ ਇਕੁਐਲਟੀ ਦਾ ਬਰਾਬਰੀ ਦਾ ਸਾਡੀ ਪ੍ਰਤੀਨਿਧਤਾ ਵੀ ਸਾਡੇ ਸਮਾਜ ਦੇ ਬੱਚਾ ਸਾਡਾ ਇੱਕ ਪ੍ਰਤੀਨਿਧਤਾ ਹੋਣੀ ਚਾਹੀਦੀ ਆ ਉਹ ਜਦੋਂ ਅਸਾਈ ਬਣਦੇ ਨੇ ਨਾ ਧਰਮ ਪਰਵਾਟ ਕਰ ਲੈਂਦੇ ਨੇ ਉਹ ਵਿਚਾਰੇ ਇਸ ਗੱਲ ਤੋਂ ਵੀ ਬਾਂਦੇ ਹੋ ਜਾਂਦੇ ਹੱਕਾਂ ਤੋਂ ਹੀ ਬਾਂਦੇ ਹੋ ਜਾਂਦੇ ਨੇ ਜੋ ਸ਼ਡਿਊਲਡ ਕਾਸਟ ਨੂੰ ਮਿਲਣਾ ਹੱਕ ਅਦਰਬਿਸਨ ਰਿਜ਼ਰਵੇਸ਼ਨ ਤੋਂ ਬਾਂਦੇ ਕਰ ਦਿੰਦੇ ਨੇ ਨੂੰ ਫਿਰ ਉਹ ਬੱਚਿਆਂ ਦੇ ਨਾਮ ਬਦਲ ਦਿੰਦੇ ਨੇ ਬੱਚੇ ਦਾ ਨਾਮ ਅਸਾਂ ਜਿਹੜੇ ਰੱਖ ਦਿੰਦੇ ਨੇ ਥੋੜੇ ਜਿਹਾ ਮੁਨਾਫੇ ਲਈ ਉਹ ਕਨਵਰਟ ਹੋ ਜਾਂਦੇ ਇਹ ਤਾਂ ਲਈ ਹੁਣ ਸਿੱਖ ਸਮਾਜ ਦੇ ਤੁਹਾਨੂੰ ਪਹਿਲਾਂ ਕਹ ਕੇ ਛੱਡਿਆ ਇਹ ਜਿਹੜਾ ਸਿੱਖ ਸਮਾਜ ਤੇ ਨਾ ਜਿਹੜਾ ਛਾਦਨ ਸੁਪਨ ਪ੍ਰਕਾਸ਼ਤਾ ਉਹਦਾ ਧਰਮ ਤੇ ਪੰਜਾਬ ਦੇ ਸੱਭਿਆਚਾਰ ਤੇ ਪੰਜਾਬ ਦੀ ਪੋਲਿਟਿਕਸ ਤੇ ਤੇ ਪੰਜਾਬ ਦੇ ਸਾਰੇ ਕਹੇ ਤੋਂ ਮੁਕੰਮਲ ਕਬਜ਼ਾ ਹੋ ਗਿਆ ਪਰ ਹੁੰਦੇ ਪੰਜਾਬ ਦਾ ਸੀਐਮ ਦਲਿਤ ਹੈ ਹਾਂਜੀ ਹੁੰਦੇ ਪੰਜਾਬ ਦਾ ਸੀਐਮ ਦਲਿਤ ਹੈ ਨਹੀਂ ਇਹ ਤਾਂ ਪਰ ਕਾਂਗਰਸ ਨੇ ਲੈ ਕੇ ਆਇਆ ਨਾ ਕੱਲੀਦਨ ਹੀ ਲੈ ਕੇ ਕੱਲਿਆ ਕੁਰਤਾ ਜਿਹੜੇ ਗਿਫਟ ਨਹੀਂ ਜਿਹੜੇ ਕੱਲ ਹੀ ਆ ਸਿੱਖਾਂ ਦੀ ਪਾਰਟੀ ਆ ਨਾ ਜੱਟ ਸਿੱਖਾਂ ਦੀ ਪਾਰਟੀ ਹੁੰਦੀ ਸੀ ਨਾ ਸ਼ੁਰੂ ਤੋਂ ਸਿੱਖਾਂ ਨੇ ਪ੍ਰਤੀਨਿਧਤਾ ਸਿੱਖਾਂ ਨੇ ਸੀ ਬਾਰਸਾ ਉਹਨਾਂ ਨੂੰ ਤੇ ਸਿੱਖਾ ਨਹੀਂ ਉਹਨਾਂ ਨੂੰ ਤੇ ਸਿੱਖਾ ਨੇ ਉਹ ਰਿਜੈਕਟ ਕਰਦਾ 2017 ਪ੍ਰੋਜੈਕਟ ਕਰਕੇ ਸਿੱਖਾ ਨੇ ਤਾਂ ਮੁਕਾਬਲੇ ਬਦਲ ਕੇ ਪੇਸ਼ ਕੀਤਾ ਜੇ ਸਿੱਖਣ ਠੀਕ ਹੈ ਇੱਕ ਬਾਰਗ ਨੇ ਉਹ ਰਿਜੈਕਟ ਕੀਤਾ ਰਿਜੈਕਟ ਕਰਨ ਦਾ ਕਾਰਨ ਇਹ ਬਣ ਗਈ ਵੀ ਉਹ ਬੇਅਦਬੀਆਂ ਦੇ ਕਾਰਨ ਸਰਚ ਵਾਲਾ ਮਾਮਲਾ ਬਣ ਗਿਆ ਨਾ ਕੋਈ ਇਕਨੋਮਿਕ ਪਾਲਸੀਆਂ ਬਣ ਗਏ ਵੀਰ ਤੁਸੀਂ ਉਹ ਨਹੀਂ ਕਰਦੇ ਨਿਗਵੇੜੇ ਲਈ ਇਸ 이슈 ਤੇ ਨਹੀਂ ਕੀਤਾ ਨਹੀਂ ਐਂਟੀਨ ਕੰਪਨਸੀ ਤੇ ਬਹੁਤ ਹੀ ਕੀਤਾ ਵੀ ਦਲਤ 이슈 ਤੇ ਕੀਤਾ ਲਵੀ ਤੁਸੀਂ ਦਲਤਾਂ ਲਈ ਕੁਝ ਨਹੀਂ ਕਰਦੇ ਤੂੰ ਚਾਹ ਨਹੀਂ ਕਰਦੇ ਉਹ ਤਾਂ ਅਮੋਸ਼ਨਲ ਸਾਡਾ ਇਸ਼ੂ ਬਣ ਗਿਆ ਗੁਰੂ ਗ੍ਰੰਥ ਸਾਹਿਬ ਵਾਲਾ ਜਿੱਤੇ ਕਰਕੇ ਉਹਨੇ ਸਰਸਿਲ ਵੋਟ ਬੈਂਕ ਦੇ ਰੋਜ਼ ਦੇਖਿਆ ਤੇ ਉਹ ਬਣ ਗਿਆ ਤਾਂ ਰਿਜੈਕਟ ਹੋ ਗਏ ਤੇ ਨਸਾਂ ਦਾ ਇੰਨਾ ਕਾਰੋਬਾਰ ਕਰਤਾ ਜਿਹੜਾ ਪੰਜਾਬੀ Hindu ਵਾਂ ਜਾਂ ਹੋਰ ਉਹਨਾਂ ਦੇ ਮੂੰਹ ਵੀ ਲੈ ਗਿਆ ਸਾਰਾ ਕੁਝ ਹੋ ਗਿਆ ਪਰ ਉਹ ਤਾਂ ਹੁਣ ਸਿੱਖਾਂ ਦੇ ਪ੍ਰਤੀਨਿਧ ਪਾਰਟੀ ਸੀ ਨਾ ਉਹਨਾਂ ਨੇ ਇਹ ਦਲਤਾਂ ਨੂੰ ਕਿੱਥੇ ਦਿੱਤਾ ਹੁਣ ਉਹ ਪਰਿਵਾਰ ਬਾਅਦ ਚ ਆ ਗਿਆ ਪਹਿਲਾਂ ਬਦਲਾ ਬਦਲਾ ਤੋਂ ਪਹਿਲਾਂ ਤੁਸੀਂ ਪਹਿਲੇ ਸੀਮ ਦੇਖ ਲਓ ਕੌਣ ਕੌਣ ਸੀਗੇ ਸਰ ਇਹ ਪ੍ਰਕਾਸ਼ ਤੋਂ ਆਏ ਨੇ ਤੁਸੀਂ ਇੰਟੈਲੈਕਚੁਅਲਸ ਦਾ ਵਿਚਰਦੇ ਹੋ ਜਿਹੜੇ ਸਿੱਖ ਇੰਟੈਲੈਕਚੁਅਲਸ ਨੇ ਉਹ ਸਿੱਖ ਇਸ਼ੂਜ਼ ਦੇ ਵਿੱਚ ਸਿੱਖ ਬਤਾਨ ਦੇ ਵਿੱਚ ਸਿੱਖ ਨੈਰੇਟਿਵ ਦੇ ਵਿੱਚ ਦਲਿਤ ਇਸ਼ੂ ਨੂੰ ਕਿਉਂ ਨਹੀਂ ਇੱਕ ਹਾਈਲਾਈਟ ਕਰ पाए ਕਿਉਂ ਨਹੀਂ ਕਹਤਾ ਦਾ ਨੈਰੇਟਿਵ ਉਹ ਸਾਰੇ ਬਿਲਡ ਕਰ पाए ਉਹ ਪ੍ਰਕਾਸ਼ ਤੋਂ ਜਿਹੜਾ ਸਾਰੇ ਤੁਸੀਂ ਸੱਚਾ ਲੱਗਦਾ ਉਹ ਸਾਰੇ ਪ੍ਰਕਾਸ਼ ਤੋਂ ਨੇ ਮੁੱਦੇ ਤੇ ਮਸਲੇ ਹੋਰ ਛੇੜੇ ਹੋਏ ਨੇ ਉਹ ਤਾਂ ਧਿਆਨ ਨਹੀਂ ਦਿੰਦੇ ਉਹ ਕਹਿੰਦਾ ਮੁੱਦਾ ਤੇ ਮਸਲਾ ਹੀ ਨਹੀਂ ਹੈ ਕੋਈ ਘਾਟ ਦਾ ਨਹੀਂ ਐ ਤੇ ਆਪਣਾ ਜੋ ਘਾਟ ਦਾ ਮੁੱਦਾ ਵਾਸਿਕ ਦਾ ਬੱਕ ਹੋਗੀ ਨਾ ਕਰਾ ਤੇ ਇਹ ਪੰਜ ਬੈਗ ਬਣਾਤਾ ਜੋ ਉਹਨਾਂ ਤੇ ਗਲਤ ਸੁੱਟਦੀ ਆਪਾ ਮੈਂ 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 ਤੁਹਾਡੇ ਨਾਲ ਮੈਂ ਐਜ਼ ਆ ਤੁਹਾਡੇ ਨਾਲ ਮੈਂ ਇੰਡੀਜੀ ਤੁਹਾਡੇ ਨਾਲ ਤੁਸੀਂ ਇੰਟੈਲੈਕਚੁਅਲ ਨਾਲ ਵਿਚਰਦੇ ਜਿਹੜੇ ਸਿੱਖ ਇੰਟੈਲੈਕਚੁਅਲਸ ਨੇ ਜਿਹੜੇ ਕੌਮ ਪ੍ਰਸਤ ਨੇ ਪੰਥਦਰਦੀ ਨੇ ਜਿਹੜਾਂ ਦਾ ਜਾਤ ਪਾਤ ਦਾ ਕੋਈ ਲੈਣਾ ਦੇਣਾ ਨਹੀਂ ਜਿਹੜੇ ਕੌਮ ਪ੍ਰਸਤ ਨੇ ਤੁਸੀਂ ਵੀ ਉਹਨਾਂ ਦੀ ਟੀਮ 'ਚ ਵਿਚਰਦੇ ਹੋ ਉਹਨਾਂ ਨੇ ਇਸ ਨੈਰੇਟਿਵ ਬਿਲਡਿੰਗ ਦੇ ਲਈ ਸਿੱਖ ਇਸ਼ੂਜ਼ ਦੇ ਲਈ ਦਲਿਤ ਉਸ ਦੀ ਜਨਕੀ ਕੰਡੀਸ਼ਨ ਹੈ ਉਹਨਾਂ ਨੂੰ ਮੇਨਸਟ੍ਰੀਮ ਸਿੱਖੀਜ਼ਮ ਦੇ ਵਿੱਚ ਲਿਆਉਣ ਲਈ ਜਿਹੜੇ ਲੈਫਟਾ ਦੇ ਕੀ ਕੀਤਾ ਜੋ ਮੈਂ ਕੇਂਦਰੀ ਸ੍ਰੀ ਗੁਰੂ ਸੰਸਮਨ ਨਾਲ ਜੁੜਿਆ ਹੋਇਆ ਹਾਂ ਹਾਂਜੀ ਜਿਹੜੇ ਇਹ ਹੈਗੇ ਸਰਦਾਰ ਖੁਸ਼ਾਲ ਸਿੰਘ ਆ ਜੀ ਚਾਹੇ ਉਹ ਪ੍ਰਕਾਸ਼ਨ ਸੁਵੰਤ ਨੇ ਹੋਰ ਜਿਹੜੇ ਸਰ ਰਾਜਪਾਲ ਸਿੰਘ ਸਿੱਧੂ ਆ ਜੀ ਜਾਂ ਪ੍ਰੋਫੈਸਰ ਰਪਾਲ ਸਿੰਘ ਆ ਜਾਂ ਪ੍ਰੋਫੈਸਰ ਸਾਮ ਸਿੰਘ ਆ ਉਪਰਕਾਸ਼ਨ ਆ ਹੈਗੇ ਸੰਬੰਧ ਪਰ ਸਿੱਖ ਸਿੰਘ ਸਭਾ ਦੇ ਇੱਕ ਟ੍ਰੈਡੀਸ਼ਨ ਰਹੀ ਆ ਉਹ ਸ਼ੁਰੂ ਤੋਂ ਇਹਨਾਂ ਨੇ ਦਲਤ ਵਰਗ ਵਿੱਚ ਕੰਮ ਕੀਤਾ ਤੇ ਜਦੋਂ ਦਰਬਾਰ ਸਾਹਿਬ 'ਚ ਇਹਨਾਂ ਦਾ ਦਾਖਲਾ ਬੰਦ ਸੀਗਾ ਤੇ ਨਾਇਨ ਦੀ ਦੇਖ ਉਥੇ ਪ੍ਰਵਾਨ ਕੀਤੀ ਜਾਂਦੀ ਸੀ ਨੈਨੂ ਦਰਸ਼ਨ ਦਿੱਤੇ ਜਾਂਦੇ ਸੀ ਕਰਾਇਆ ਜਾਂਦੇ ਸੀਗੇ ਮੌਕਾ ਸੀ ਉਹ ਸਿੰਘ ਸਭਾ ਦੇ ਮੂਵਮੈਂਟ ਚਲਾਈ ਉਹਦੇ ਬਦੌਲਤ ਇਹਨਾਂ ਦਾ ਦਾਖਲੇ ਖੁੱਲੇ ਅੱਜ ਜਿਹੜੀ ਸਿੰਘ ਸਭਾ ਗਈ ਇਸ ਗੱਲ ਨੂੰ ਜ਼ਿੰਮੇਵਾਰੀ ਚੱਕਦੀ ਆ ਵੀ ਜੋ ਵੀ ਦਲਤ ਸੂਤ ਤੇ ਕੋਈ ਕਾਰੋਬਾਰ ਹੁੰਦਾ ਸੈਮੀਨਾਰ ਹੁੰਦਾ ਜਾਂ ਉਤਰ ਨੂੰ ਹੁੰਦਾ ਇਹ ਉਹ ਤਾਂ ਯਤਨਸ਼ੀਲ ਆ ਇਹ ਇਹਦਾ ਬਹੁਤ ਪੋਜ਼ਿਟਿਵ ਕੰਮ ਆ ਤੇ ਮੈਨੂੰ ਵੀ ਇਹਦਾ ਨਹੀਂ ਮਤਲਬ ਮੈਂ ਪਹਿਲਾਂ ਮੈਂਬਰ ਬਣਿਆ ਫਿਰ ਮੈਨੂੰ ਨੇ ਐਡਜੈਕਟਿਵ ਕਮੇਟੀ ਚ ਲੈਂਦਾ ਤੇ ਇਸ ਵਾਰ ਦੀ ਚੋਣ ਚ ਮੈਨੂੰ ਨੇ ਗਵਰਨਿੰਗ ਕਾਉਂਸਲ ਦੇ ਮੈਂਬਰ ਲੈਂਦਾ ਜੋ ਮੈਂ ਦਲਤ ਈਸ਼ੂ ਦਾ ਰੱਖਦਾ ਮਤਲਬ ਇਹ ਮੇਰਾ ਵਿਰੋਧ ਨਹੀਂ ਕਰਦਾ ਤੁਹਾਨੂੰ ਕਹਿੰਦਾ ਵੀ ਠੀਕ ਹੈ ਇਹਨੂੰ ਕਰਨਾ ਚਾਹੀਦਾ ਐਕਟੀਵਿਟੀ ਨੇ ਫੜੀ ਆ ਇਹ ਬਹੁਤ ਪੋਜ਼ਿਟਿਵ ਕੰਮ ਆ ਮੈਂ ਕਹਿੰਦਾ ਵੀ ਜੇ ਹੋਰ ਜਿੱਥੇ ਬੰਦੀਆਂ ਵੀ ਸੰਸਥਾਵਾਂ ਵਿੱਚ ਮਿਲ ਕੇ ਇਹ ਕੰਮ ਕਰ ਰਹੇ ਨੇ ਲੋਕਾਂ ਲਈ ਜੋ ਸਿੱਖੀ ਦਾ ਤੁਰਾ ਨੇ ਰਾਈਟ ਕੋਈ ਕਹਿੰਦਾ ਕਲੇਮ ਆ ਸਿੱਖੀ ਤੇ ਜਿਹੜੇ ਬੰਦੇ ਸਿੱਖੀ ਛੱਡ ਰਹੇ ਨੇ ਉਹ ਐਸਾਂ ਨੂੰ ਸਿੱਖੀ ਚ ਕੁਝ ਨਹੀਂ ਲੱਭਦਾ ਉਹ ਮੈਂ ਉਹਨੂੰ ਕਹਿੰਦਾ ਗੱਲ ਇਹ ਜ਼ਰੂਰੀ ਨਹੀਂ ਹੁੰਦਾ ਵੀ ਤੁਹਾਡੇ ਕਿ ਪਿਓ ਨੇ ਘਰ ਬਣਾ ਤੱਕ ਜੇ ਕੋਈ ਹੋਰ ਬੰਦਾ ਕੇ ਕਬਜ਼ਾ ਕਰ ਲੇ ਤੂੰ ਸਿੱਤੋਂ ਪੱਜ ਜੋ ਹਾਂਜੀ ਉਹ ਤੂੰ ਕਬਜ਼ਾ ਲਓ ਤੁਸੀਂ ਤਾਂ ਕਲੇਮ ਨਾ ਛੱਡੋ ਜਿਹੜੇ ਬੰਦਿਆਂ ਕੋਲ ਆ ਨਾ ਜਿਹਨਾਂ ਨੇ ਸਿੱਖੀ ਲਈ ਆ ਹਾਂਜੀ ਸਿੱਖੀ ਸਿਰ ਦੇ ਕੇ ਲਈ ਆ ਜੇ ਭਾਈ ਬਾਬਾ ਜੀਵਨ ਸਿੰਘ ਨੌਵੇਂ ਪਾਸ਼ਾ ਦਾ ਪਵਿੱਤਰ ਸੀਸ ਦਿੱਲੀ ਤੋਂ ਲੈ ਕੇ ਆਇਆ ਇਹਨੇ ਦੀ ਕਿ ਕਿਤੇ ਗੁਰੂ ਗੋਬਿੰਦ ਸਿੰਘ ਨੇ ਉਹਨੂੰ ਰਗਰੇਟੇ ਗੁਰੂ ਕੋ ਬੇਟਾ ਦਾ ਦਰਜਾ ਦਿੱਤਾ ਕੋਈ ਛੋਟੀ ਗੱਲ ਨਹੀਂ ਹੁੰਦੀ ਗੁਰੂ ਦਾ ਬੇਟਾ ਕਹਿਣਾ ਤੁਸੀਂ ਤਾਂ ਕਾਪੀਰਾਈਟ ਥੋੜੀ ਨਾ ਸਿੱਖੀ ਤੇ ਰੇਟੇ ਨਾ ਕਹੋ ਮੈਂ ਅਸਲ ਦੇ ਕਹਿਣਾ ਤੁਸੀਂ ਰੇਟੇ ਨਾ ਕਹੋ ਰੇਟੇ ਦੋਸਾਂ ਗੱਲ ਫਾਰਮਰ ਚਲੇਗਾ ਹਾਂਜੀ ਤੁਸੀਂ ਤਾਂ ਗੁਰੂ ਕੋ ਬੇਟਾ ਦਾ ਕਲੇਮ ਕਰੋ ਵੀ ਤਾਂ ਗੁਰੂ ਦੇ ਬੇਟੇ ਆ ਗੁਰੂ ਕੀ ਵੀ ਤੁਸੀਂ ਨਾਦੀਪ ਪੁੱਤਰ ਆ ਨਾਦੀਪ ਪੁੱਤਰ ਤੁਸੀਂ ਕਲੇਮ ਕੋ ਸਿੱਖਣਾ ਸਿੱਖੀ ਤੇ ਹੋਈ ਡਾਕਟਰ ਜਗਵੀਰ ਸਿੰਘ ਨੇ ਪਹਿਲਾਂ ਦਿੱਲੀ ਯੂਨੀਵਰਸਿਟੀ ਚ ਸੀਗੀ ਹਾਂਜੀ ਹੁਣ ਉਹ ਕੇਂਦਰੀ ਯੂਨੀਵਰਸਿਟੀ ਚ ਆ ਹਾਂਜੀ ਉਹਨੇ ਕਿਤਾਬ ਲਿਖੀ ਆ ਕੁਰੂ ਮੈਨੀ ਪੈਸ਼ਟੋ ਗੁਰੂ ਗ੍ਰੰਥ ਸਾਹਿਬ ਰਾਈਟ ਮੈਂ ਕਿਤਾਬੀ ਬੰਦਾਂ ਨੂੰ ਪੜਾਈ ਆ ਮੈਂ ਕਿਹਾ ਦੇਖੋ ਤੁਸੀਂ ਇਸਾਈ ਬਣ ਗਏ ਤੁਸੀਂ ਡੇਰੇ ਚ ਚਲੇ ਗਏ ਸਾਡੇ ਤਾਂ ਗੁਰੂ ਗ੍ਰੰਥ ਸਾਹਿਬ ਸਾਡੀ ਵਿੱਚ ਮੁਕਤੀ ਹੈ ਜਦੋਂ ਗੁਰੂ ਨਾਨਕ ਪਾਸ਼ਾ ਇੰਨਾ ਜਾਤ ਪਾਤ ਸੀ ਆਪ ਉਸ ਜਾਤੀ ਵਰਗ ਚੋਂ ਪੈਦਾ ਹੋ ਕੇ ਉਹ ਜਦੋਂ ਗੁਰੂ ਨੀਚੇ ਨਣਕ ਕੋਲ ਦਾ ਵਿਰੋਧ ਹੋਇਆ ਹੋ ਲਾਜ਼ਮੀ ਹੋਇਆ ਹੋ ਕੁਝ ਸੰਵਾਦ ਵੀ ਹੋਏ ਹੋਣਗੇ ਉਹਨਾਂ ਦਾ ਕਿਹਾ ਹੋਣਾ ਯਾਰ ਤੂੰ ਇਹਨਾਂ ਦਾ ਜਿਹੜੇ ਨੀਚੇ ਬਹਿਗੇ ਆ ਚੰਡਾਲ ਨੇ ਤੇ ਪੰਜਵਾਂ ਆਉਟ ਕਾਸਟ ਚ ਹੈਗੇ ਕੋ ਚਾਰ ਵਰਗ ਤਾਂ ਹੈਗੇ ਨੇ ਸ਼ੂਦਰ ਤੱਕ ਪਰ ਜਿਹੜਾ ਦਲਿਤ ਵਰਗ ਹੈ ਤਾਂ ਆਉਟ ਕਾਸਟ ਹਨ ਨਾ ਚਾਰ ਵਰਗਾਂ ਚ ਨਹੀਂ ਹੋਣੀ ਸੁਧਰਾ ਤਾਂ ਪਿੱਛੇ ਨੇ ਤਾਂ ਜ ਚੰਡਾਲ ਨੇ ਝੂੜੇ ਨੇ ਚਮਾਰ ਨੇ ਤਾਂ ਆਊਟਕਾਸਟ ਚ ਨੇ ਜਦੋਂ ਉਹ ਬਸਤਕਾਰ ਗਏ ਹੋਣਗੇ ਗੁਰੂ ਨਾਨਕ ਸਾਹਿਬ ਉੱਥੇ ਉੱਥੇ ਜਾਤੀ ਦਾ ਵਿਰੋਧ ਕੀਤਾ ਹੋਊਗਾ ਤੂੰ ਕਿਉਂ ਜਾਨਣਾ ਤਸ ਪਿੱਟਿਆ ਦੇਗਾ ਸੂਰ ਚੜੇ ਹੋਊਗੀ ਉੱਥੇ ਗੁਰੂ ਨਾਨਕ ਦਾ ਸ਼ਬਦ ਆ ਨੀਚੇ ਅੰਦਰ ਨੀਝ ਜਾ ਤ ਨੀਚੀ ਹੂੰਾ ਤ ਨੀਚ ਫਿਰ ਉਹ ਕਹਿੰਦਾ ਵੀ ਨਾਨਕ ਤਿੰਨ ਕੇ ਸੰਗ ਸਾਥ ਵੀ ਨਾਨਕ ਤਾਂ ਇੰਨਾ ਨਾਲ ਆ ਨਾ ਆ ਜਿਹੜੇ ਆਊਟਕਾਸਟ ਵਸਤੀਆਂ ਤੋਂ ਬਾਹਰ ਬਠਾਇਨੇ ਚੰਡਾਲ ਉਹ ਉਸੇ ਮਾਂ ਚ ਬਠਾਏ ਨੇ ਬਗਦੇ ਆਸਾ ਕਰੇਗਾ ਥੋੜਾ ਮੇਰੀ ਕੋਈ ਮੇਰਾ ਹੈ ਨਹੀਂ ਮੇਰਾ ਸਾਥ ਹੀ ਨਹੀਂ ਥੋੜੇ ਨਾਲ ਕੋਈ ਮੇਰਾ ਤਾਂ ਮਤਲਬ ਹੀ ਨਹੀਂ ਕੋਈ ਨਾ ਵੀ ਉਹ ਜਿੱਥੇ ਨੀਚ ਸਮਾਲੀਆਂ ਨੇ ਜਿੱਥੇ ਨੀਚ ਰਹਿੰਦੇ ਨੇ ਪਰਮਾਤਮਾ ਨੂੰ ਤੁਸੀਂ ਉੱਥੇ ਲੱਭਦੇ ਮੰਦਰਾਂ 'ਚੋਂ ਜਿੱਥੇ ਨਜ਼ਰ ਤੇਰੀ ਤਾਂ ਨਜ਼ਰ ਤਾਂ ਉੱਥੇ ਪਈ ਆ ਇਹਦਾ ਮਤਲਬ ਬਹੁਤ ਵੱਡਾ ਮੈਨੀਫੈਸਟ ਹੋ ਜੀਏ ਇਤੋਂ ਵੱਡਾ ਮੈਨੀਫੈਸਟ ਹੋਰ ਕਿਹੜਾ ਹੋ ਸਕਦਾ ਬਈ ਤੋਂ 550 ਸਾਲ ਪਹਿਲਾਂ ਇਹ ਨੀਚਾਂ ਨਾਲ ਆਈਡੈਂਟੀਫਾਈ ਕਰਨਾ ਖਹਿ ਕੇ ਲਲਕਾਰ ਕੇ ਸਰੇ ਕਰਨ ਅਰੰਧ ਕਰਕੇ ਛੱਡ ਲੋ ਬੱਟ ਅੱਜ ਗੁਰੂ ਦਸ ਦਾ ਹੱਥ ਹੈ ਕਿ ਨਾ ਦਲਤਾਨੂਬੀ ਸ੍ਰੀ ਸਿਧਾਂਤ ਤੇ ਖੜਕੇ ਜਿਹੜਾ ਪ੍ਰਕਾਸ਼ ਨੂੰ ਨੁਲਕਾਰੋ ਤੂੰ ਸਿੱਖ ਨਹੀਂ ਯਾਰ ਤੂੰ ਗੁਰੂ ਤੋਂ ਵੇ ਮੱਖੋ ਐ ਮਸੀ ਜੱਕਾਉ ਦੇ ਧਰਮ ਨਾਲ ਛੱਡ ਕੇ ਭਜੋ ਇਹ ਰਾਹੁਲ ਸੰਕਰਤਾ ਇਹਨਾਂ ਬੜੇ ਪਾਟਤ ਹੋਏ ਨੇ ਕਾਮਰੇਡ ਵੀ ਹੋਏ ਨੇ ਬੜਾ ਉਹਨੇ ਕਿਤਾਬਾਂ ਲਿਖੀਆਂ ਨੇ ਬਹੁਤੀ ਧਰਮਾਂ ਤੇ ਉਹਨੇ ધ્યાન ਕੀਤਾ ਉਹਦੇ ਕਿਤਾਬ ਆ ਬਾਗੋ ਮਤ ਸਮਾਜ ਕੋ ਬਦਲੋ ਕਾਮਰੇਡ ਬੜੀ ਕੋ ਪੜਦੇ ਨੇ ਉਹੀ ਗੱਲ ਮੇਰੀ ਇਹਨਾਂ ਨੂੰ ਕਹਿਣਾ ਵੀ ਭਜੋ ਨਾ ਸਿੱਖ ਤਾਂ ਛੱਡ ਕੇ ਸਿੱਖ ਤਾਂ ਸਾਡੇ ਖੂਨ ਚ ਸਿੱਖੀ ਕਿਸੇ ਨਾਲ ਕਾਪੀਰਾਈਟ ਤੋਂ ਸਾਨੂੰ ਉਪਰਕਾਟ ਤੋਂ ਇਨਸਾਫ ਲੈਣਾ ਤੁਸੀਂ ਹੱਕ ਲੈਣੇ ਆ ਉਪਰਕਾਟ ਨਾਲ ਲੜਾਈ ਲੈਣ ਦੀ ਕੋ ਤੂੰ ਸਿੱਖ ਨਹੀਂਗਾ ਤੂੰ ਗੁਰੂ ਤੋਂ ਬੇਮੱਖੋ ਆ ਨੀ ਤੂੰ ਐਵੀ ਗੱਲ ਕਿਹਦੇ ਵਿੱਚ ਇੱਕ ਸੈਕਿੰਡ ਇੱਕ ਐਵੀ ਲਵ ਬਾਰ ਬਾਰ ਕਹਿਣਾ ਵਿਦ ਡੂ ਰਿਸਪੈਕਟ ਟੂ ਯੂ ਕਿ ਉਹ ਉੱਪਰ ਦਾ ਸਿੱਖੀ ਵਿੱਚ ਉੱਪਰ ਕਿਸੇ ਨੂੰ ਉੱਪਰ ਕਹਿਣ ਦਾ ਮਤਲਬ ਨਹੀਂ ਕੀ ਹੈ ਦੇਖੋ ਇੱਕ ਹੈ ਨਾ ਅੱਪਾਇਗਲ ਲਵ ਕਿਉਂ ਬੋਲਦੇ ਆ ਉੱਪਰ ਹੈ ਪੁਈ ਉੱਪਰ ਨਹੀਂ ਹੈ ਸਿੱਖੀ ਜ ਨਹੀਂ ਇੱਕ ਮਿੰਟ ਸਿੱਖ ਸਿਧਾਂਤ ਹੋਰ ਚੀਜ਼ਾਂ ਸਿੱਖ ਸਮਾਜ ਹੋਰ ਚੀਜ਼ਾਂ ਕਈ ਬੰਦੇ ਨੂੰ ਰਲਗੱਡ ਕਰ ਦਿੰਦੇ ਨੇ ਜਿਹੜੇ ਉਪਰਕਾਟ ਉਹ ਸਮਾਜ ਚ ਆ ਸਿੱਖ ਸਿਧਾਂਤ ਨਹੀਂ ਸਿੱਖ ਸਿਧਾਂਤ ਨੂੰ ਰੱਦ ਕੀਤਾ ਸਿੱਖ ਸਿਧਾਂਤ ਦੇ ਬਿਜਤਾ ਅਪਾ ਇਸ ਥਾਟ ਨੂੰ ਬੈਠਾਗਾ ਸਮਾਹਮਣੇ ਵੀ ਬੈਠਾਗਾ ਆਪਾਂ ਇਸ ਥਾਟ ਨੂੰ ਕਿਉਂ ਪ੍ਰਮੋਟ ਕਰਦੇਗਾ ਕਿ ਤਰ੍ਹਾਂ ਕਿ ਅਡੋਰਸ ਕਰਦੇ ਤੁਸੀਂ ਸਮਾਹਦੇ ਖੁਸ਼ਮਾਹਦੇ ਨਸਾਨ ਤੇ ਹੀ ਕਿਵੇਂ ਕਰੋਗੇ ਸਮਾਹਦੇ ਨੂੰ ਡਾਇਗਨੋਸ ਕਰਨ ਨਾਲ ਬਿਮਾਰੀ ਆ ਉਹ ਬਿਮਾਰੀ ਦਾ ਡਾਇਗਨੋਸ ਕਰਨੇ ਖਾ ਤਾਂ ਤੁਹਾਨੂੰ ਐ ਹੀ ਪਤਾ ਹੈ TCL DLC ਬੰਦ ਤੇ ਹੂੰ ਟੀਗਰ ਸੀ ਡਿਗਰ ਸੀ ਦੀ ਪਰਖ ਕਿਵੇਂ ਹੋਊਗੀ ਇੱਕ ਪ੍ਰਕਾਰ ਦਾ ਕਿ ਥੱਲੇ ਲਤਾੜੇ ਹੋਏ ਨੇ ਇਸ ਸਮਾਜ ਦੀ ਜਿਹੜੀ ਹੈਗੀ ਡੈਮੋਗ੍ਰਾਫੀ ਇਹ ਸਮਾਜ ਦਾ ਨਕਸ਼ਾ ਥੋੜਾ ਜਿਹਾ ਸਾਹਮਣੇ ਸਮਾਜ ਦਾ ਨਕਸ਼ਾ ਜੋ ਤੁਸੀਂ ਦੇਖੋਗੇ ਨੂੰ ਜਦੋਂ ਆਪਾਂ ਇਹਨਾਂ ਨੂੰ ਕਹਿ ਦਿੰਨੇ ਆ ਨਾ ਕਿ ਇਹ ਲਤਾੜੇ ਹੋਏ ਨੇ ਹਾਂ ਤੇ ਮਤਲਬ ਇੱਕ ਆਲਰੇਡੀ ਪਹਿਲੇ ਹੀ ਉਹਨਾਂ ਦੇ ਅੰਦਰ ਜਿਹੜਾ ਸਾਈਕੋਲੋਜੀਕਲੀ ਨਾ ਇੱਕ ਉਹ ਉਹ ਆ ਜਾਂਦਾ ਹੈ ਨਹੀਂ ਨਹੀਂ ਉਹ ਖੁਦ ਲਤਾੜੇ ਹੋਣੇ ਵਿਚਾਰ ਤੋਂ ਆਪ ਵੀ ਮੰਨਦੇ ਨੇ ਕਿ ਲਤਾੜੇ ਹੋਏ ਆ ਸਦੀਆਂ ਤੋਂ ਉਹਨਾਂ ਦੇ ਅੰਦਰ ਸਾਸੀ ਮਾਰਤਾ ਹੈ ਗੱਲ ਤਾਂ ਲੜਨ ਦਾ ਉਹਨਾਂ ਨੂੰ ਇਹ ਗੱਲ ਕਹਿਣੀ ਹੈ ਤੁਸੀਂ ਲਤਾੜੇ ਹੋਏ ਆ ਪਰ ਲਤਾੜੇ ਉੱਪਰ ਉੱਠਣਾ ਤੁਸੀਂ ਹਾਂ ਤੁਸੀਂ ਉੱਪਰ ਉੱਠਣਾ ਤੁਸੀਂ ਲਤਾੜੇ ਨਹੀਂ ਰਹਿਣਾ ਇਹ ਤਾਂ ਭੱਜਣ ਆਲੇ ਤੁਸੀਂ ਖਿੱਚ ਟ ਕੇ ਬਸ ਇਹਨਾਂ ਤੋਂ ਸਤਾਏ ਹੋਏ ਭੱਜ ਜਗੇ ਤੁਸੀਂ ਨਾ ਬਦਕਾ ਨਾ ਲੜਦਾ ਗੁਰੂ ਤਾਂ ਬੇਮਕ ਹੋ ਗਿਆ ਬਲਕਿ ਜਿਹੜਾ ਗੁਰੂ ਤੋਂ ਨਾਲ ਜੁੜਿਆ ਹੋਇਆ ਹਾਂ ਜੀ ਵਿਦੇਸ਼ਾਂ 'ਚ ਬਹੁਤ ਬੰਦੇ ਬੈਠੇ ਨੇ ਮੇਰੇ ਮਿੱਤਰ ਨੇ ਉਹ ਗੁਰੂ ਨਾਲ ਜੁੜੇ ਹੋਏ ਨੇ ਚਾਹੇ ਉਹ ਪ੍ਰਕਾਸ਼ ਨਾਲ ਹੀ ਸੰਬੰਧ ਨੇ ਉਹ ਮਹਿਸੂਸ ਕਰਦੇ ਨੇ ਵੀਰ ਜਿਹੜੇ ਸਾਡੇ ਰਿਸੋਰਸ ਨੇ ਜਾਂ ਸਾਡੇ ਸਾਧਨ ਨੇ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਬੇੜਾ ਨੇ ਜਿਹੜੀਆਂ ਹਾਲਤਾਂ ਨੇ ਸਿੱਖੀ ਤੋਂ ਬੇਮਕ ਹੋ ਰਿਆ ਜਾਂ ਇਹ ਹਾਲਤਾਂ ਸੀ ਉਹ ਪਿੰਡਾਂ ਚੋਂ ਗਏ ਨੇ ਵੀ ਸਾਨੂੰ ਪਤਾ ਵੀਰਾਂ ਦਾ ਵਿਚਾਰਾ ਦੀ ਸ਼ੋਸ਼ਣ ਹੋਇਆ ਹਰ ਪੱਧਰ ਤੇ ਇਕਨੋਮਿਕਲੀ ਵੀ ਹੋ ਰਹੀ ਹੈ ਜਿੱ ਬੇਦੇ ਹਾਲਤਾ ਬਦਲ ਗਏ ਉਹ ਚਾਹਦੇ ਨੇ ਵੀ ਜਨ ਜੇ ਕੋਈ ਤਸ਼ਾ ਨਾ ਹੁੰਦੀ ਕਿਰਤਾ ਸਾਡੀ ਇੱਥੇ ਲੱਗੇ ਪਰ ਅਜੇ ਉਹ ਕੋਈ ਲਹਿਰ ਨਹੀਂ ਬਣੀ ਮੇਨ ਸਟਰੀਮ ਨਹੀਂ ਬਣੀ ਇੱਥੇ ਜਿਹੜਾ ਸਾਰਾ ਬਾਹਰਲੇ ਬਾਬੇ ਪਾਸੇ ਖਿੱਚੀ ਆਉਂਦੇ ਨੇ ਉਹ ਵੱਡੇ ਮਹਿਲ ਸਾਰੇ ਜਿਹੜੇ ਨਿੱਜੀ ਗੁਰਦੁਆਰੇ ਸਾਰੇ ਜਾਂਦੇ ਨੇ ਇਹ ਸਾਰੀਆਂ ਗੱਲਾਂ ਅਜੇ ਕਰਨ ਵਾਲੇ ਆਪਣੇ ਸਿੱਖੀ ਚ ਤੁਹਾਨੂੰ ਨਹੀਂ ਲੱਗਦਾ ਸਾਨੂੰ ਜਿਹੜਾ ਨੇਮ ਐਂਡ ਸ਼ੇਮ ਐ ਉਹਨੂੰ ਕਰਨਾ ਚਾਹੀਦਾ ਜਿਹੜਾ ਸਿੱਖ ਸਿਧਾਂਤ ਤੋਂ ਉਲਟ ਚੱਲੇ ਜਿਹੜਾ ਕਹੇ ਜਿਹੜਾ ਕਹੇ ਕਿ ਮੈਂ ਵੱਡਾ ਜਾਂ ਮੈਂ ਉਖੋਤੀ ਉੱਚੀ ਜਾਤ ਤੋਂ ਆਨਾ ਉਹਨੂੰ ਕਹਣਾ ਤੂੰ ਜੇ ਤੂੰ ਜੱਦ ਤੋਂ ਆ ਨਾ ਤੂੰ ਸੇਖੀ ਨਹੀਂ ਹੈ ਦੇਖੋ ਡਿਕਲੇਅਰ ਨਹੀਂ ਹੈਗਾ ਜਦੋਂ ਪੋਸਟ ਜਦੋਂ ਸਾਧਨਾ ਤੇ ਕਾਬਜ਼ਾ ਹੋ ਗਿਆ ਤੇ ਸਾਧਨਾ ਤੇ ਹਰ ਤੀਸ ਸਮਾਜ ਨੂੰ ਦੇਖਾਂਗੇ ਨਾ ਤੇ ਸਾਧਨਾ ਤੇ ਤੁਹਾਡੀ ਪੋਲਿਟਿਕਸ ਤੇ ਛੋਟੇ ਕਲਚਰ ਤੇ ਤੁਹਾਡੇ ਰਿਲੀਜੀਅਨ ਤੇ ਤੁਹਾਡੇ ਚਾਰੇ ਕੋਲ ਸਪੇਸ ਤੇ ਹਮ ਕਿਹੜੇ ਮਰਗ ਦਾ ਕਾਬਜ਼ਾ ਉੱਥੋਂ ਉਹ ਦੇਖੂਗਾ ਨਾ ਸ਼ਾਂਦੇ ਤਾਂ ਉੱਥੇ ਹੀ ਕਰੋਂਗੇ ਨਾ ਫਿਰ ਬਾਕੀ ਬਰਗ ਦਾ ਤੜਿਆ ਗਿਆ ਫਿਰ ਜਦੋਂ ਤੁਸੀਂ ਟਰਮਾਂ 'ਚ ਗੱਲ ਕਰੋ ਟਰਮਨੋਲੋਜੀ ਤਾਂ ਘੱਟ ਨਹੀਂ ਬਹੁਤ ਨਾ ਗੱਲ ਦੀ ਟਰਮਾਂ ਤਾਂ ਵਰਤੋਂਗੇ ਨਾ ਪ੍ਰਕਾਸ਼ ਤੱਕ ਲੋਰ ਕਾਸਟਾ ਧਰਮ ਤੋਂ ਬਿਨਾਂ ਤੁਸੀਂ ਕਿਹਾਂ ਕੇ ਮੈਚ ਲਵਗੇ ਸੋਸ਼ੀਓਲੋਜੀ ਨਹੀਂ ਸੋਸ਼ੀਓਲੋਜੀਕਲ ਸਵਾਲ ਤੇ ਇਹੀ ਹੈ ਨਾ ਨਹੀਂ ਤੋਂ ਬੜੇ ਸੋਸ਼ੀਓਲੋਜੀ ਦੇ ਲਈ ਤੁਸੀਂ ਸਾਰੇ ਨਿਸ਼ਾਨ ਦੇ ਹੀ ਕਿਵੇਂ ਕਰੋਗੇ ਉਹ ਧਰਮ ਤੋਂ ਬਿਨਾਂ ਵੀ ਹੁੰਦੀ ਨਿਸ਼ਾਨੀ ਸੋਸ਼ੀਓਲੋਜੀ ਦਾ ਸਾਈਕੋਲੋਜੀਕਲ ਇੰਪੈਕਟ ਬਹੁਤ ਹੁੰਦਾ ਹੈ ਮੰਨ ਲਓ ਸਿੱਖਾਂ ਨੂੰ ਮਨੋਰਟੀ ਆ ਹਾਂਜੀ ਸਿੱਖ ਆਪਣਾ ਮਨੋਰਟੀ ਕਹਿੰਦੇ ਨੇ ਪਰ ਗੁਰੂ ਨੂੰ ਤਾਂ ਮਨੋਰਟੀ ਨਹੀਂ ਕਿਹਾ ਜਾਪਾਂ ਸਿੱਖਿ ਸਦਾ ਧਰਮ ਮਨੋਰਟੀ ਨਹੀਂ ਕਿਤੇ ਉਹ ਤਾਂ ਤੁਹਾਨੂੰ 7 ਸਵਾ ਲੱਖ ਨੇਕ ਲੜਾਇਆ ਉਹ ਸਵਾ ਲੱਖ ਅਸੇਖ ਤਾਂ ਤਾਂ ਸਵਾ ਲੱਖ ਨੂੰ 2 ਕਰੋੜ 2.5 ਕਰੋੜ ਦਾ ਜਮ੍ਹਾਂ ਕਰ ਲਓ ਇਹ ਤਾਂ ਭਾਰਦੀਵਾਦੀ ਤੋਂ ਹਾਂ ਬੰਦ ਜਾਂਦੇ ਪਰ ਮੇਰਾ ਕਹਿਣਾ ਮਤਲਬ ਹੈ ਕਿ ਸੋਸ਼ੀਓਲੋਜੀਕਲੀ ਇਹ ਤਾਂ ਸਿੱਟਾ ਟਰਮਾ ਦਾ ਵਰਤ ਨਹੀਂ ਆ ਪੈਂਦਾ ਟਰਮਾ ਤੋਂ ਬਿਨਾਂ ਤੁਸੀਂ ਨਿਸ਼ਾਨਦੇਹੀ ਨਹੀਂ ਕਰ ਸਕਦੇ ਜੀ ਜੀ ਬਟ ਆਪਾਂ ਨੂੰ ਤੁਹਾਨੂੰ ਨਹੀਂ ਲੱਗਦਾ ਐਦਾਂ ਦੀ ਟਰਮਸ ਜ਼ਿਆਦਾ ਯੂਜ਼ ਕਰਨੀਆਂ ਚਾਹੀਦੀਆਂ ਜਿਹਦਾ ਜਿਹੜੀ ਅੰਦਰੋਂ ਹੀ ਕਿਸੇ ਦੇ ਅੰਦਰ ਹੀਨ ਭਾਵਨਾ ਜਿਹੜਾ ਆਲਰੇਡੀ ਵਿਚਾਰਾ ਡਿਪਰਾਈਵਡ ਮੈਂ ਕਹਿੰਦਾ ਸਵਾ ਲੱਖ ਸਿੱਖ ਲਓ ਇਹ ਕੀ ਹੈ ਕਿ ਮੋਟੀਵੇਸ਼ਨਲ ਹੈ ਸਾਈਕਲੋਜੀਕਲੀ ਬੰਦੇ ਨੂੰ ਇੱਕ ਸਟਰੋਂਗ ਕਰਨ ਵਾਲਾ ਹੈਗਾ ਗੁਰੂ ਸਾਹਿਬ ਨੇ ਮੈਥਡਸ ਯੂਜ਼ ਕਰੀ ਪਹਿਲਾਂ ਕਰਨ ਹਾਂ ਗੁਰੂ ਨੇ ਤੈਨੂੰ ਕਹਿੰਦੇ ਆ ਵੀ ਗੁਰੂ ਸਾਹਿਬ ਨੇ ਤੈਨੂੰ ਸ਼ੇਰ ਬਣਾਇਆ ਰਾਈਟ ਜਦੋਂ ਤੈਨੂੰ ਅਮਰਖੰਡੇ ਬੜਾ ਸਕਾਇਆ ਹਾਂਜੀ ਉਹ ਤੇਰੇ ਨਾਲ ਨਾਲ ਸਿੰਘ ਲਾਉਣ ਦਾ ਮਤਲਬ ਸ਼ੇਰ ਹੈ ਤੇਰੇ ਅੰਦਰ ਸਾਸ ਪੈਦਾ ਹੋ ਜਾਂਦਾ ਸ਼ੇਰ ਆ ਰਾਈਟ 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 ਸਿੱਖਣਾ ਇਸ ਗੱਲ ਤੇ ਉਹ ਲੜੇ ਵੀ ਨੇ ਜੇ ਹੁਣ ਦਲਸਾ ਬਰਗ ਦੇ ਵਿੱਚੋਂ ਬਾਬਾ ਬੀਰ ਸਿੰਘ ਰਗਰੇਟੇ ਆ ਕੇ 1300 ਘੋੜਸਵਾਰਾਂ ਦੇ ਖਿਲਾਫ ਸੀਗੀ ਹਾਂਜੀ ਹੋਰ ਸੀ ਲੜਿਆ ਉਹ ਬਦਾਲੀਆਂ ਲੜਿਆ ਬਾਬਾ ਬ ਤੂੰ ਤਾਂ ਹੀ ਲੜਿਆ ਨਾ ਜੀਵਨ ਚ ਬਣਾਇਆ ਫਿਰ ਉਦੋਂ ਵਰ ਕੀ ਕਹਿੰਦਾ ਵੀ ਮਿਸਲ ਇਹ ਸਾਰਾ ਇਤਿਹਾਸ ਆ ਵੀ ਮਿਸਲ ਕਾਲ ਮੋਕੇ ਵੀ ਜਦੋਂ ਫਿਰ ਅਪਰਕਾਸ਼ ਉੱਪਰ ਆ ਜਾਂਦੀ ਆ ਸਾਧਨ ਸੁਪਨ ਲੋਕ ਜਿਨੇ ਸਟੋਰੀ ਉਹਨੇ ਸਾਰੇ ਇਸ ਗੱਲ ਨਾ ਮੰਨਦੇ ਆ ਪਰ ਉੱਥੋਂ ਜਿਹੜੀ ਸਿੱਖੀ ਆ ਗੁਰੂ ਦਾ ਸਿਧਾਂਤ ਆ ہزار ਡਿਗਰੀ ਸੰਗ ਦੇ ਕਿਤਾਬੀ ਤੁਸੀਂ ਪੜ੍ਹ ਲਓ ਸਿੱਖ ਇਨਕਲਾਬ ਅਸਾ ਖੁਦੋਂ ਮੰਨਦੇ ਨੇ ਜਦੋਂ ਨਲਸਜ ਕਰਦੇ ਨੇ ਵੀ ਜਦੋਂ ਫਿਰ ਭਾਈ ਤੋਂ ਸਰਦਾਰ ਬਣ ਗਏ ਜ਼ਮੀਨਾਂ ਅੰਗ ਹੱਥ ਸਤਾ ਆ ਗਈ ਪਰਨੇ ਪਿੱਛੇ ਤੱਕ ਤੋ ਵਰਗ ਹੁਣ ਤੁਸੀਂ ਕਹਿੰਦੇ ਕਿ ਮੈਂ ਕਿਤਾਬ ਪੜ੍ਹੂੰ ਸਿੱਖੇ ਸਟਰੀ ਜਿਹੜੋਂ ਸਿੱਖਤ ਸਟਰੀ ਦੇ ਚ ਕਨੰਗ ਨੈਮ ਕਹਿੰਦਾ ਵੀ ਇਹਨਾਂ ਨੂੰ ਜਿਹੜਾ ਦਲਿਤ ਵਰਗ ਸੀਗਾ ਪਛੜਿਆ ਹੋਇਆ ਸ਼ੈਡਿਊਲਡ ਕਾਸਟ ਸਾਰਾ ਇਹਨੂੰ ਸਿੱਖਾਂ ਨੇ ਵਰਤਾ ਪ੍ਰਕਾਟ ਨਹੀਂ ਲੜਾਈਆਂ ਤੇ ਵਰਤਾ ਸਾਰਾ ਕੋ ਜਦੋਂ ਸਤਾ ਆਣੂ ਹੱਥ ਥੱਲੇ ਮਾਰਾ ਲਾ ਕੇ ਸਤਾ ਆਪ ਸੰਭਲੀ ਜਿਹੜੇ ਡਿਸਕ੍ਰਿਮੀਨੇਸ਼ਨ ਨੂੰ ਤੁਸੀਂ ਕਿਵੇਂ ਕਰੋਗੇ ਜਾਇ ਥੋੜਾ ਓਟਾ ਰਹਾਂਗੇ ਇਹ ਤਾਂ ਬੋ ਕਹੂੰਗਾ ਨਾ ਵੀ ਪ੍ਰਕਾਟਨ ਲੈ ਲਈ ਇਹ ਥੱਲੇ ਮਾਰੇ ਵਿਚਾਰੇ ਵਰਤਕਾ ਛੋੜਦੇ ਹਕੀਕਤ ਤਾਂ ਪਈ ਸਾਰੇ ਇਹਨੇ ਹਿਸਟਰੀ ਅੰਨੇ ਸਾਰੇ ਗਲਤ ਰਿਸਰਚ ਕਰਦੇ ਨੇ ਜਿਹੜੇ ਉਹ ਸਾਰੇ ਦੇਖਦੇ ਨਹੀਂ ਵੀ ਯਾਰ ਹੋਇਆ ਵਾਪਰਾ ਕਿਵੇਂ ਪਾਣਾ से किस्ते बराबरी दसना आती है, बराबरी तो डिग्री ट्रैक के में होगी, बुरे से ना आंतो दूर के में चलेगा शेक पर। चलो ये पॉजिटिव नोट थे, इंटरव्यू जी इंटरव्यू लिए नाइजीरिया थी बेस्ट थैंक यू। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ